ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਕੱਲ੍ਹ ਸਿੰਘ ਸਾਹਿਬਾਨ ਦੀ 71ਤਾ ਹੈ, ਯਾਨੀ 15 ਤਰੀਕ ਨੂੰ ਸਿੰਘ ਸਾਹਿਬ ਦੀ ਉਹ 71ਤਾ ਹੈ ਜਿਹਦੇ ਵਿੱਚ ਸੰਭਾਵਨਾ ਹੈ ਕਿ ਉਹ ਅਕਾਲੀ ਸਿਆਸਤ ਦੇ ਉੱਤੇ ਅਹਿਮ ਫੈਸਲੇ ਲੈਣਗੇ। ਬੇਅਦਬੀ ਮਾਮਲਿਆਂ ਤੋਂ ਲੈ ਕੇ ਬਾਅਦ ਤੱਕ ਦੇ ਜਿੰਨੇ ਵੀ ਮਾਮਲੇ ਆ ਉਹਨਾਂ ਦੇ ਉੱਤੇ ਗਈ ਦਰਖਾਸਤ ਤੇ ਉਹ ਕੁਝ ਨਾ ਕੁਝ ਕਹਿਣਗੇ। ਇਹ ਕਾਫੀ ਅਹਿਮ ਮਾਮਲਾ ਇਸ ਕਰਕੇ ਵੀ ਆ ਕਿ ਇੱਕ ਦਿਨ ਪਹਿਲਾਂ ਬਾਗੀ ਅਕਾਲੀਆਂ ਦੇ ਵਿੱਚੋਂ 3 ਲੋਕ, ਜਿਨ੍ਹਾਂ ਦੇ ਵਿੱਚ ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ ਔਰ ਕਰਨੈਲ ਸਿੰਘ ਪੰਜੋਲੀ, ਇਹ ਤਿੰਨੇ ਸਿੰਘ ਸਾਹਿਬ ਨੂੰ ਮਿਲਦੇ ਨੇ। ਹੁਣ ਕੀ ਕਿਹਾ ਗਿਆ, ਅੰਦਰ ਕੀ ਗੱਲਬਾਤ ਹੋਈ, ਸਿੰਘ ਸਾਹਿਬ ਕੀ ਕਰ ਸਕਦੇ ਨੇ, ਇਹਨਾਂ ਨੂੰ ਤਲਬ ਕੀਤਾ ਜਾਊਗਾ, ਇਕੱਠਿਆਂ ਕੀਤਾ ਜਾਊਗਾ, ਵੱਖ ਵੱਖ ਕੀਤਾ ਜਾਊਗਾ, ਕਿੰਨੇ ਸਾਰੇ ਸਵਾਲ ਨੇ ਕਿ ਕੀ ਤਨਖਾਹ ਵੀ ਲਾਈ ਜਾਊਗੀ, ਇਹਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਕੁਛ ਅੰਦਰੋਂ ਸੋਰਸਿਸ ਰਾਹੀਂ ਕੁਝ ਜਾਣਕਾਰੀਆਂ ਮਿਲ ਰਹੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। 15 ਤਰੀਕ ਨੂੰ ਕੱਲ 11 ਵਜੇ ਚੰਡੀਗੜ੍ਹ ਦੇ ਵਿੱਚ ਸੁਖਬੀਰ ਵਿਰੋਧੀਆਂ ਨੇ ਇਕੱਠੇ ਹੋਣਾ ਹੈ, ਪ੍ਰੈਜੀਡੀਅਮ ਬਣਾਉਣੀ ਉਹਨਾਂ ਨੇ ਆਪਣੀ। ਇਹ ਦੋ ਈਵੈਂਟ ਬਹੁਤ ਵੱਡੇ ਈਵੈਂਟ ਹੈ ਜਿਨ੍ਹਾਂ ਨੇ ਸਿੱਖ ਪੋਲਿਟਿਕਸ ਵਿੱਚ ਆਪਣਾ ਅਸਰ ਛੱਡਣਾ ਹੈ, ਸੋ ਇਹਦੇ ਤੇ ਜਾਣੇ। ਦੂਜੀ ਗੱਲ, ਜਲੰਧਰ ਦੇ ਵਿੱਚ ਹੋਈ ਚੋਣ ਤੋਂ ਬਾਅਦ ਇੱਕ ਸਵਾਲ ਕਾਫੀ ਵੱਡੇ ਰੂਪ 'ਚ ਤੈਰ ਰਿਹਾ ਕਿ ਕੀ ਤੁਰੰਤ ਪ੍ਰਭਾਵ ਨਾਲ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਰਿਹਾ। ਮੁੱਖ ਮੰਤਰੀ ਨੇ ਇੱਕ ਖਾਣਾ ਦੇਣ ਦਾ ਪਲਾਨ ਕੀਤਾ ਹੈ ਸਾਰੇ MLAs ਔਰ ਮੰਤਰੀਆਂ ਨੂੰ, ਜਿਨ੍ਹਾਂ ਨੇ ਚੰਗਾ ਰੋਲ ਪਲੇ ਕੀਤਾ ਹੈ, ਮੁੱਖ ਮੰਤਰੀ ਖੁਸ਼ ਨੇ। ਵੈਸੇ ਕਾਂਗਰਸੀਆਂ ਦੇ ਵਿੱਚ ਵੀ ਇੱਕ ਗੱਲ ਚੱਲ ਰਹੀ ਹੈ ਕਿ ਕੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਨੂੰ ਵੱਡੇ ਹੋਣ ਤੋਂ ਰੋਕਿਆ ਗਿਆ, ਕੀ ਉਹ ਮੁੜ ਕੇ ਲੀਡਰ ਇਮਰਜ ਹੋਣ ਪੰਜਾਬ ਦੇ ਵਿੱਚ, ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨਾ ਬਣ ਜਾਣ, ਕਿ ਇਸ ਕਰਕੇ ਬਾਕੀ ਵੱਡੀ ਲੀਡਰਸ਼ਿਪ ਨੇ ਉਹ ਭੂਮਿਕਾ ਨਹੀਂ ਨਿਭਾਈ ਜਿਹੜੀ ਨਿਭਾਈ ਜਾਣੀ ਸੀਗੀ, ਕਿ ਇਹ ਸਵਾਲ ਨੂੰ ਵੀ ਮੰਨ ਲਿਆ ਜਾਏ। ਤੀਜੇ ਸਥਾਨ ਤੇ ਆਉਣ ਤੋਂ ਬਾਅਦ ਕਾਂਗਰਸ ਦੇ ਅੰਦਰ ਕਾਫੀ ਇੱਕ ਐਸਾ ਦੌਰ ਚੱਲ ਰਿਹਾ ਜਿਹਨੂੰ ਅਸੀਂ ਵੀ ਸਮਝਣ ਦਾ ਯਤਨ ਕੀਤਾ ਹੈ। ਕੇਜਰੀਵਾਲ ਸਾਹਿਬ ਦਾ 8.5 ਕਿਲੋ ਭਾਰ ਘਟ ਗਿਆ 21 ਮਾਰਚ ਦੇ ਜਦੋਂ ਦੇ ਅੰਦਰ ਗਏ ਨੇ। 3 ਜਿਹੜੇ ਕ੍ਰਿਮੀਨਲ ਲਾਜ਼ ਨੇ, 3 ਕਾਨੂੰਨ ਜਿਹੜੇ ਸੋਧੇ ਗਏ ਨੇ, ਬਦਲੇ ਗਏ ਨੇ, ਉਹਨਾਂ ਦੇ ਉੱਤੇ ਤਮਿਲਨਾਡੂ ਤੋਂ ਬਾਅਦ ਹੁਣ ਹੋਰ ਗੈਰ ਭਾਜਪਾਈ ਸਰਕਾਰਾਂ ਵੀ ਖੜੀਆਂ ਨੇ ਉਹਦੇ ਵਿਰੋਧ ਵਿੱਚ, ਇਹਨੂੰ ਵੀ ਸਮਝਦੇ ਹਾਂ। ਸੋ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਸਿੰਘ ਸਾਹਿਬਾਨ ਜਦੋਂ ਕੱਲ੍ਹ ਜੁੜਨਗੇ ਤਾਂ ਉਹਨਾਂ ਤੇ ਨਜ਼ਰ ਲੱਗੀ ਰਹੂਗੀ ਕਿ ਉਹ ਕੀ ਫੈਸਲੇ ਲੈਣਗੇ ਉਸ ਦਰਖਾਸਤ ਤੇ, ਜਿਹਦੇ ਵਿੱਚ ਬਾਗੀ ਅਕਾਲੀ ਸੁਖਬੀਰ ਵਿਰੋਧੀਆਂ ਨੇ ਕਬੂਲ ਕੀਤਾ ਹੈ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ, ਗਲਤੀਆਂ ਵੀ ਮੈਨਸ਼ਨ ਕੀਤੀਆਂ ਗਈਆਂ ਨੇ, ਔਰ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਹੀ ਲਿਖਿਆ ਗਿਆ। ਸੋ ਜੇਕਰ ਸਿੰਘ ਸਾਹਿਬਾਨ ਕੱਲ ਇਹ ਮਾਮਲੇ ਨੂੰ ਵਿਚਾਰਦੇ ਨੇ, ਕਿਵੇਂ ਵਿਚਾਰਨਗੇ, ਔਰ ਕੀ ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਅਗਲੇ ਕੁਝ ਦਿਨਾਂ ਦੇ ਵਿੱਚ ਸੱਦਿਆ ਜਾਊਗਾ, ਇਕੱਠਿਆਂ ਸੱਦਿਆ ਜਾਊਗਾ, ਵੱਖ ਵੱਖ ਦੋਵਾਂ ਧੜਿਆਂ ਨੂੰ ਸੱਦਿਆ ਜਾਊਗਾ, ਜਿਹੜੇ ਕੱਲ ਬਾਗੀ ਅਕਾਲੀਆਂ ਦੇ ਵਿੱਚੋਂ ਕੁਝ ਲੋਕ ਮਿਲੇ ਨੇ, ਉਹਨਾਂ ਨਾਲ ਸਿੰਘ ਸਾਹਿਬਾਨ ਦੀ ਕੀ ਗੱਲ ਹੋਈ ਹੈ, ਜੇ ਤੁਸੀਂ ਕੋਈ ਸਮਝ ਸਕੇ ਹੋਵੋ ਤਾਂ। ਹਾਂ ਬਿਲਕੁਲ, ਇਹ ਬਹੁਤ ਇੰਪੋਰਟੈਂਟ ਮੁੱਦਾ ਹੈ ਪੰਜਾਬ ਦੀ ਸਿਆਸਤ 'ਚ ਅਤੇ ਪੰਥਕ ਸਿਆਸਤ ਦੇ ਵਿੱਚ। ਜਦੋਂ ਤੋਂ ਖਾਸ ਤੌਰ ਦੇ ਉੱਤੇ ਇਹ ਗੱਲ ਚੱਲਣ ਲੱਗੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ ਅਤੇ ਅੱਗੇ ਇੱਕ ਗਰੁੱਪ ਬਣਾ ਕੇ, ਪਹਿਲੀ ਵਾਰ ਮੇਰਾ ਖਿਆਲ ਹੈ ਜਦੋਂ ਦੀਆਂ ਘਟਨਾਵਾਂ ਵਾਪਰੀਆਂ ਨੇ, ਅਤੇ ਸਾਰਾ ਗਰੁੱਪ ਲਿਖ ਕੇ ਦੇ ਕੇ ਆਇਆ, ਇੱਕ ਮਾਫ਼ੀਨਾਮਾ ਕਹੋ, ਕਬੂਲਨਾਮਾ ਕਹੋ, ਜਾਂ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਵੀ ਲਿਖਿਆ ਹੋ ਵੀ ਉਹ ਮੇਨ ਜ਼ਿੰਮੇਵਾਰ ਨੇ, ਅਸੀਂ ਤਾਂ ਸਹਾਇਕ ਹਾਂ, ਸਾਡੀ ਵੀ ਗਲਤੀ ਹੈ, ਸਾਨੂੰ ਸੱਦਿਆ ਜਾਵੇ ਤੇ ਸਾਨੂੰ ਤਨਖਾਹ ਲਾਈ ਜਾਵੇ, ਸਜ਼ਾ ਲਾਈ ਜਾਵੇ ਜਾਂ ਸੇਵਾ ਲਾਈ ਜਾਵੇ, ਜੋ ਵੀ ਧਾਰਮਿਕ ਤਰੀਕਾ ਹੁੰਦਾ ਜੀ। ਤੇ ਲੱਗਦਾ ਇਹ ਸੀ ਲੋਕਾਂ ਦੇ ਵਿੱਚ ਕਿਆਸ ਅਲੱਗ ਅਲੱਗ ਨੇ ਜਥੇਦਾਰ ਸਾਹਿਬਾਨ ਬਾਰੇ, ਕਿਉਂਕਿ ਜਿਹੜਾ ਮਾਫ਼ੀਨਾਮਾ ਵੀ ਸੀਗਾ ਪਹਿਲਾਂ ਵੀ
ਰਾਮ ਰਹੀਮ ਦਾ, ਉਹ ਵੀ ਜਥੇਦਾਰਾਂ ਨੇ ਹੀ ਵਾਪਸ ਲਿਆ ਸੀ ਨਾ, ਪਹਿਲਾਂ ਮਾਫੀ ਦੇਤੀ ਫਿਰ ਵਾਪਸ ਲਿਆ, ਤਾਂ ਜਥੇਦਾਰ ਸਾਹਿਬਾਨ ਦਾ ਆਪਣੇ ਕੰਮ ਕਾਜ ਤੇ ਵੀ ਤਾਂ ਸਵਾਲ ਉੱਠਦੇ ਹੀ ਨੇ ਲਗਾਤਾਰ। ਇੱਥੇ ਵੀ ਹੁਣ ਐਂ ਲੱਗਦਾ ਸੀ ਕਿ ਕੀ ਉਹ ਸੱਦਣਗੇ, ਨਹੀਂ ਸੱਦਣਗੇ, ਕੀ ਕਰਨਗੇ, ਇਸ ਚਿੱਠੀ ਤੇ ਵੀ ਵਿਚਾਰ ਕਰਨਗੇ 15 ਤਰੀਕ ਨੂੰ ਜਾਂ ਨਹੀਂ ਕਰਨਗੇ। ਪਰ ਇੱਕ ਗੱਲ ਇਹਦੇ ਨਾਲ ਕਲੀਅਰ ਹੋਈ ਹੈ, ਜਿਹੜੇ ਮਿਲ ਕੇ ਆਏ ਨੇ, ਇੱਕ ਡੈਲੀਗੇਸ਼ਨ ਕਹਿ ਦਿਓ ਉਹਨੂੰ, 3 ਮੈਂਬਰ ਇਕੱਠੇ ਗਏ ਨੇ ਤਾਂ ਇੱਕ ਡੈਲੀਗੇਸ਼ਨ ਟਾਈਪ ਹੀ ਬਣ ਜਾਂਦਾ ਉਹ, ਵੀ ਜਥੇਦਾਰ ਸਾਹਿਬ 15 ਦੀ ਜਿਹੜੀ ਕੱਲ ਦੀ ਮੀਟਿੰਗ ਹੈ ਉਹਦੇ ਚ ਇਹ ਚਿੱਠੀ ਤੇ ਵਿਚਾਰ ਕਰਨਗੇ, ਇਹ ਗੱਲ ਤਾਂ ਪੱਕੀ ਹੋ ਗਈ। ਮਤਲਬ ਉਹਨੂੰ ਐਂ ਸਾਈਡ ਤੇ ਨਹੀਂ ਰੱਖ ਦੇਣਗੇ ਵੀ ਚਲੋ ਜੀ ਛੱਡੀ ਗਈ ਹੈ। ਹੁਣ ਗੱਲ ਕੇਵਲ ਇਹ ਹੈ ਕਿ ਹੁਣ ਉਹ ਅੱਗੇ ਤੋਰਨਗੇ ਕਿਵੇਂ, ਕੀ ਕਰਨਗੇ ਉਹਦਾ, ਜੇ ਕੀ ਕਰਨਗੇ। ਔਰ ਪਹਿਲਾਂ ਕਹਿੰਦੇ ਨੇ ਚਿੱਠੀ ਤੇ ਵਿਚਾਰ ਕਰਨਗੇ, ਚਿੱਠੀ ਤੇ ਵਿਚਾਰ ਕਰਕੇ ਫਿਰ ਅਗਲੇ ਦਿਨਾਂ ਚ ਕੋਈ ਟਾਈਮ ਆ, ਹਜੇ ਤੱਕ ਜਿਹੜਾ ਉਹਨਾਂ ਨੇ ਮਨ ਬਣਾਇਆ ਕਰਨੈਲ ਸਿੰਘ ਪੰਜੋਲੀ ਮਿਲੇ ਜਾਂ ਜਿਹੜਾ ਉਹਨਾਂ ਨੂੰ ਉੱਥੋਂ ਲੱਗਿਆ ਕਿ ਕੀ ਹੈ ਉਹਦੇ ਨਾਲ ਉਹਨਾਂ ਨਾਲ ਗੱਲ, ਉਹਨਾਂ ਨੇ ਕਿਹਾ ਬਕਾਇਦਾ ਕਿ ਹਾਂ ਜਥੇਦਾਰ ਸਾਹਿਬ ਪਹਿਲੀ ਵਾਰ ਵਿਚਾਰ ਕਰਨਗੇ। ਫਿਰ ਇਹ ਇੱਕ ਮੈਸੇਜ, ਇੱਕ ਸੰਕੇਤ ਆਇਆ ਕਿ ਉਹ ਦੋਨੇ ਧਿਰਾਂ ਨੂੰ ਅਲੱਗ ਅਲੱਗ ਬਣਾਉਣ ਦੇ ਮੂਡ ਚ ਨੇ, ਕਿ ਪਹਿਲਾਂ ਸ਼ਾਇਦ ਪਹਿਲੀ ਵਾਰ ਪਹਿਲਾਂ ਇਹਨਾਂ ਨੂੰ ਬੁਲਾਇਆ ਜਾਏ ਜਿਹੜੇ ਦਰਖਾਸਤ ਦੇ ਕੇ ਆਏ ਨੇ, ਉਹਨਾਂ ਨੂੰ ਇਕੱਲੀ ਇਕੱਲੀ ਗੱਲ ਦੀ ਵਿਆਖਿਆ ਜਾਂ ਜੋ ਵੀ ਚੀਜ਼ਾਂ ਹੋਣਗੀਆਂ, ਜੋ ਉਹਨਾਂ ਦੇ ਕੋਈ ਸਵਾਲ ਹੋਣ, ਜੋ ਪੁੱਛਣਾ ਚਾਹੁੰਦੇ ਹੋਣਗੇ ਉਹ ਪੁੱਛਣਗੇ। ਫਿਰ ਜਿਹਨਾਂ ਦਾ ਨਾਂ ਹੈ ਸੁਖਬੀਰ ਸਿੰਘ ਬਾਦਲ ਜਾਂ ਬਾਕੀ, ਉਹਨਾਂ ਨੂੰ ਵੀ ਬੁਲਾ ਕੇ ਕਿ ਤੁਹਾਡਾ ਕੀ ਕਹਿਣਾ ਸਾਰਾ ਕੁਝ, ਸ਼ਾਇਦ ਉਹਦੇ ਤੋਂ ਬਾਅਦ ਫਿਰ ਅਗਲੀ ਗੱਲ ਕੋਈ ਕੌਮਨ ਇਕੱਤਰ ਜੋ ਉਹਨਾਂ ਨੂੰ ਲੱਗੂ, ਫਿਰ ਕੌਮਨ ਇਕੱਤਰਤਾ 'ਚ ਬੁਲਾ ਕੇ ਜੋ ਤਨਖਾਹ ਲਾਉਣੀ ਹੈ, ਕੀ ਕਰਨਾ ਕੀ ਨਹੀਂ ਕਰਨਾ, ਇਹੋ ਜਿਹਾ ਚੀਜ਼ਾਂ ਉਦੋਂ ਬਾਅਦ ਨੇ। ਹੁਣ ਜੇ ਉਹ ਇਕੱਲੇ ਇਕੱਲੇ ਬੁਲਾਉਂਦੇ ਨੇ, ਇੱਕ ਧਿਰ ਨੇ ਤਾਂ ਇਹ ਕਹਿ ਦਿੱਤਾ ਵੀ ਅਸੀਂ ਤਾਂ ਆਹ ਗੱਲਾਂ ਵਾਪਰੀਆਂ ਨੇ, ਲਿਖ ਕੇ ਦੇ ਤਾ ਕਿ ਸਾਡੀ ਹਾਜ਼ਰੀ 'ਚ ਅਸੀਂ ਸੀਗੇ ਉਦੋਂ, ਅਸੀਂ ਬੋਲੇ ਨਹੀਂ, ਸਾਡਾ ਗਲਤੀ ਇੰਨੀ ਕੁ ਹੈ। ਤੇ ਇਹਨਾਂ ਨੇ ਤਾਂ ਮੇਰੇ ਖਿਆਲ ਇਹੀ ਕਹਿ ਸਕਦੇ ਨੇ, ਹੋਰ ਵੀ ਅਸੀਂ ਤਾਂ ਲਿਖ ਕੇ ਦੇ ਤਾ ਜੀ, ਹੋਰ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ, ਤੇ ਸਾਡੀ ਤਾਂ ਇਹ ਗੱਲ ਪੱਕੀ ਹੈ। ਉਹਤੋਂ ਪਿੱਛੇ ਹਟਣਾ ਤਾਂ ਇਹਨਾਂ ਲਈ ਹੁਣ ਮੇਰੇ ਖਿਆਲ ਸੌਖਾ ਨਹੀਂ ਹੋਏਗਾ। ਤੇ ਦੂਸਰੀ ਗੱਲ ਇਹ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਦੇ ਨੇ ਜਾਂ ਉਹਨਾਂ ਦੇ ਨਾਲ ਕੁਝ ਹੋਰ ਵੀ ਤਾਂ ਹੋਣਗੇ, ਉਹਨਾਂ ਦੇ ਪਾਸੇ ਵਾਲੇ ਵੀ ਕੁਛ ਬੰਦੇ ਹੋਣਗੇ ਨਾਲ, ਫਿਰ ਜਿਹਨੇ ਉਹਨਾਂ ਸਮੇਂ ਦੇ ਵਿੱਚ ਰਹੇ ਜੀ, ਤੇ ਜੇ ਉਹਨਾਂ ਨੂੰ ਸੱਦਦੇ ਨੇ ਉਹਨਾਂ ਤੋਂ ਕੀ ਪੁੱਛਿਆ ਜਾਂਦਾ? ਜੇ ਉਹ ਪੁੱਛਦੇ ਨੇ ਤਾਂ ਕੀ ਉਹ ਮੰਨਦੇ ਨੇ ਫਿਰ ਵੀ ਹਾਂ ਇਹ ਗੱਲਾਂ ਤਾਂ ਵਾਪਰੀਆਂ ਨੇ, ਸਾਡੀ ਗਲਤੀ ਹੈ, ਜਾਂ ਉੱਥੇ ਡਿਨਾਈ ਕਰ ਦਿੰਦੇ ਨੇ ਕਿ ਸਾਡੀ ਗਲਤੀ ਹੈ? ਮੈਨੂੰ ਲੱਗਦਾ ਡਿਨਾਈ ਕਰਨਾ ਬੜਾ ਮੁਸ਼ਕਲ ਕੰਮ ਹੋ ਜਾਊਗਾ, ਮਤਲਬ ਇਹ ਚੀਜ਼ਾਂ ਨੂੰ ਔਨ ਰਿਕਾਰਡ ਜੇ ਉੱਥੇ ਡਿਨਾਈ ਕਰਦੇ ਨੇ ਤਾਂ ਪੰਥਕ ਸਫਾ ਦੇ ਵਿੱਚ ਇੱਕ ਲੈਵਲ ਦਾ ਹੋਰ ਮੈਸੇਜ ਜਿਹੜਾ ਪਹਿਲਾਂ ਹੀ ਜਾ ਰਿਹਾ ਇਹੋ ਜਿਹਾ ਬੇਭਰੋਸਗੀ ਦਾ, ਹੋਰ ਚਲਾ ਜਾਏਗਾ। ਇਸ ਲਈ ਇਹ ਬਹੁਤ ਸਿਚੁਏਸ਼ਨ ਬੜੀ ਸਪਸ਼ਟ ਜੀ ਹੁੰਦੀ ਜਾ ਰਹੀ ਹੈ ਉਸ ਮਾਮਲੇ ਦੇ ਵਿੱਚ, ਤਾਂ ਕਿ ਜਦੋਂ ਤੁਸੀਂ ਚਲੇ ਹੀ ਗਏ ਉਹਦੇ ਸਾਹਮਣੇ ਮੁਕਰਨਾ, ਗੱਲ ਕਰਨਾ ਜੇ ਉਹ ਬੜਾ ਮੁਸ਼ਕਲ ਕੰਮ ਹੋਏਗਾ। ਪਰ ਪ੍ਰਮਾਣ ਕਰਨਾ ਵੀ ਤਾਂ ਗਲੇ ਦੀ ਹੱਡੀ ਬਣ ਸਕਦਾ, ਜੇ ਮੰਨ ਗੁਨਾਹ ਮੰਨ ਲਏ ਜਾਣ ਵੀ ਆ ਤੁਹਾਡੇ ਤੇ ਦੋਸ਼ ਆ, ਤੁਸੀਂ ਕਹਿੰਦੇ ਹਾਂ ਅਸੀਂ ਕੀਤੇ ਆ, ਫਿਰ ਤਾਂ ਤੁਸੀਂ ਹੋਰ ਫਸ ਗਏ, ਫਿਰ ਤਾਂ ਲੋਕ ਅੱਗੇ ਨਾਲੋਂ ਵੀ ਕਨਫਰਮ ਹੋ ਜਾਣਗੇ, ਇਹ ਉਲਟੀ ਤਾਂ ਨਹੀਂ ਪੈ ਜੂ ਕਿਤੇ, ਦੋ ਧਾਰੀ ਤਾਂ ਨਹੀਂ? ਨਹੀਂ ਦੋ ਤਾਰੀ ਹੈਗੀ ਆ, ਪਰ ਮੰਨਣ ਚ ਸੇਫ ਸਾਈਡ ਜ਼ਿਆਦਾ ਹੈ ਕੰਪੈਰੇਟਿਵਲੀ, ਤਨਖਾਹ ਵਗੈਰਾ ਲਵਾ ਕੇ ਤੇ ਠੀਕ ਠਾਕ ਚੱਲਿਆ ਜਾ ਸਕਦਾ ਹੁੰਦਾ। ਤੇ ਜੇ ਨਾ ਮੰਨੋ ਫਿਰ ਤਾਂ ਅਦਾਲਤੀ ਸੈਟਅਪ ਦੇ ਵਿੱਚ ਅੱਗੇ ਦੂਜੇ ਨੂੰ ਕਹਿਣਗੇ ਗਵਾਹਾਂ ਗਵਾਹੀਆਂ ਭੁਗਤਦੀਆਂ ਨੇ ਫਿਰ ਤਾਂ, ਇਹਦਾ ਮਤਲਬ ਉਦੋਂ ਬਾਅਦ ਤਾਂ ਕਿ ਬਾਕੀ ਬੰਦੇ ਵੀ ਸੱਦੋ ਜੀ, ਹੋਰ ਜਿਹੜੇ ਗਵਾਹ ਨੇ ਮੌਕੇ ਦੇ, ਜੇ ਤਾਂ ਕਿਸੇ ਅਦਾਲਤ ਕੋਲ ਕੋਈ ਕੇਸ ਚਲਾ ਗਿਆ, ਇੱਕ ਬੰਦੇ ਨੂੰ ਕਹਿੰਦੇ ਨੇ ਤੇਰੇ ਤੇ ਆਹ ਚਾਰਜਿਸ ਨੇ, ਉਹ ਨਹੀਂ ਮੰਨਦਾ, ਉੱਥੋਂ ਤਾਂ ਮੁਕੱਦਮਾ ਸ਼ੁਰੂ ਹੋ ਜਾਂਦਾ ਸਗੋਂ ਫਿਰ, ਤੇ ਫਿਰ ਜਥੇਦਾਰ ਸਾਹਿਬ ਨੂੰ ਕੁਝ ਇੰਡੀਪੈਂਡੈਂਟ ਗਵਾਹ ਵੀ ਬੁਲਾਉਣੇ ਪੈਣਗੇ। ਚਲੋ ਇਹ ਵਿਰੋਧੀ ਲਾ ਲਓ, ਉਹ ਦੂਜੇ ਪਾਸੇ ਲਾ ਲਓ, ਤਾਂ ਕੁਝ ਗਵਾਹ ਵੀ ਤਾਂ ਇੰਡੀਪੈਂਡੈਂਟ ਹੁੰਦੇ ਨੇ ਜਿਹੜੇ ਉਸ ਸਮੇਂ 'ਚ ਹੋਣਗੇ, ਉਸ ਸਮੇਂ ਦੇ ਬਾਕੀ ਹੋਣਗੇ, ਕੀ ਕਰਨਗੇ ਪਤਾ ਨਹੀਂ। ਹੁਣ ਜੇ ਜਥੇਦਾਰ ਸਾਹਿਬ ਨੇ ਸੋਚਣਾ ਕਿ ਕੀ ਹੋਏਗਾ ਇਹ ਤੋਂ ਬਾਅਦ, ਪਰ ਜੇਕਰ ਉਹ ਜਾ ਕੇ ਇਹ ਗੱਲਾਂ ਹੋ ਜਾਂਦੀਆਂ ਨੇ, ਮੰਨ ਲਓ ਕੋਈ ਪੈਚ ਅਪ ਨੇੜੇ, ਮੈਨੂੰ ਲੱਗਦਾ ਕਿ ਕੋਈ ਅੰਡਰਕਰੰਟ ਗੱਲਬਾਤ ਕਰ ਰਹੇ ਹੋਣਗੇ, ਐਡੀ ਗੱਲ ਨਹੀਂ ਹੈ ਕਿ
ਪੋਲੀਟੀਕਲ ਲੀਡਰ ਐਵੇਂ ਛੱਡ ਦਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਇਹਦੇ ਚੋਂ ਇੱਕ ਮੌਕਾ ਦੇਖ ਕੇ, ਇੱਕ ਤਾਂ ਹੁੰਦਾ ਕਿ ਤੁਸੀਂ ਫਸ ਗਏ, ਨਾਲ ਦੀ ਨਾਲ ਇੱਕ ਅਪਰਚੁਨਿਟੀ ਵੀ ਹੈ, ਇੱਕ ਮੌਕਾ ਵੀ ਹੈ ਨਿਕਲਣ ਦਾ, ਸਾਰੇ ਇੱਕ ਪੂਰੇ ਝਮੇਲੇ ਨੂੰ ਸਾਫ ਗੋਈ ਦੇ ਨਾਲ ਕਰਕੇ ਤੇ ਅੱਗੇ ਵਧਣ ਦਾ ਇੱਕ ਮੌਕਾ ਵੀ ਹੋ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ। ਤੇ ਹੁਣ ਇੱਕ ਵੱਡਾ ਸਵਾਲ ਹੋਰ ਪੈਦਾ ਹੁੰਦਾ ਜੀ, ਉਹ ਇਹ ਪੈਦਾ ਹੁੰਦਾ ਕਿ ਕੀ ਤੁਸੀਂ ਉਵੇਂ ਹੀ ਆਉਂਦੇ ਹੋ ਆਪਣੇ ਆਪਣੇ ਰੁਤਬਿਆਂ ਨਾਲ, ਆਪਣੇ ਆਪਣੇ ਹੰਕਾਰ ਨਾਲ, ਆਪਣੇ ਆਪਣੇ ਚੀਜ਼ਾਂ ਨਾਲ, ਮੰਨ ਲਓ ਕਿ ਜਥੇਦਾਰ ਸਾਹਿਬ ਇਹ ਵੀ ਕਰਨਗੇ ਦੋਨੇ ਧਿਰਾਂ ਨੂੰ ਵੀ ਭਾਈ ਹੁਣ ਥੋੜਾ ਜਿਹਾ ਹਲੀਮੀ ਨਾਲ ਆਓ, ਦੋਨੇ ਅਸਤੀਫੇ ਦੇ ਕੇ ਆ ਜਾਓ ਇੱਕ ਵਾਰ, ਫਿਰ ਦੇਖਦੇ ਹਾਂ। ਪਛਤਾਪ ਕਰੋਗੇ ਨਾ ਇੱਕ ਟਾਈਪ ਦਾ, ਤਨਖਾਹ ਲਵਾ ਕੇ ਸੇਵਾ ਲਵਾ ਕੇ, ਪਛਤਾਪ ਕਰਨ ਤੋਂ ਬਾਅਦ ਫਿਰ ਤੁਹਾਡੇ ਜੋ ਵੀ ਕਰਨਾ ਉਹ ਕਰ ਲਿਓ ਆਪਸ ਦੇ ਵਿੱਚ, ਕੋਈ ਪ੍ਰੈਜ਼ੀਡੀਅਮ, ਕੋਈ 3 ਮੈਂਬਰ, ਕੋਈ 5 ਮੈਂਬਰ, ਕੋਈ 4 ਮੈਂਬਰ, ਜੋ ਵੀ ਕਿਸੇ ਨੇ ਬਣਾਉਣਾ ਵੀ ਉਹਨੇ ਦੇਰ ਇਹ ਦੇਖ ਲੈਣਗੇ ਕੰਮ ਕਾਰ। ਅਜੇ ਕੋਈ ਬਹੁਤ ਜ਼ਿਆਦਾ ਨਾ ਤਾਂ ਮੋਰਚੇ 'ਚ ਹੈ ਅਕਾਲੀ ਦਲ, ਨਾ ਕੋਈ ਇਲੈਕਸ਼ਨ ਆ ਇਸ ਲੈਵਲ ਦੇ ਉੱਤੇ ਹੈੜੀਆਂ ਨੇ ਵੀ ਤੁਸੀਂ ਕਿੱਧਰ ਜਾਣਾ ਕਿੱਧਰ ਨਹੀਂ, ਕੋਈ ਟਾਈਮ ਹੈਗਾ ਇਹੋ ਜਿਹੀਆਂ ਚੀਜ਼ਾਂ ਨੂੰ ਵਿਚਾਰਨ ਦਾ ਤੇ ਅੱਗੇ ਫੋਲੋ ਕਰਨ ਦਾ ਉਹ ਸਾਰੇ ਮਾਮਲਿਆਂ ਦੇ ਵਿੱਚ। ਔਰ ਇਹੋ ਜਿਹੇ ਤਰੀਕੇ ਦੇ ਨਾਲ ਅੱਗੇ ਨੂੰ ਮੇਰੇ ਖਿਆਲ ਹੈ ਪੰਥਕ ਯੂਨਿਟੀ ਦਾ ਵੀ ਜਿਹੜਾ ਇੱਕ ਸਵਾਲ ਪਹਿਲਾਂ ਵਾਲੇ ਜਥੇਦਾਰ ਸਾਹਿਬ ਵੀ ਵਿੱਚ ਹੀ ਬੈਠੇ ਹੋਣਗੇ, ਤਖ਼ਤ ਦਮਦਮਾ ਸਾਹਿਬ ਵਾਲੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਵਾਰ ਵਾਰ ਇਹ ਵੀ ਕਹਿੰਦੇ ਰਹੇ ਕਿ ਯੂਨਿਟੀ ਕਰਨ ਦੀ ਲੋੜ ਹੈ ਪੰਥ ਨੂੰ, ਬਾਕੀ ਚੀਜ਼ਾਂ ਨੇ ਖਰੇ ਇਹਨਾਂ ਨੇ ਵੀ ਕਿਹਾ ਸੀ ਕਰਨ ਦੀ ਲੋੜ ਹੈ, ਯੂਨਿਟੀ ਤਾਂ ਸਾਰੇ ਹੀ ਕਹਿੰਦੇ ਨੇ। ਉਹਨਾਂ ਦੀ ਤਾਂ ਇਹ ਵੀ ਇੱਛਾ ਸੀ ਵੀ ਜਿੰਨੇ ਆਉਣਾ ਅਸਤੀਫੇ ਦੇ ਕੇ ਆਓ, ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਤਾਂ ਉਹ ਤਾਂ ਚਾਹੁਣਗੇ ਹੋਣਗੇ ਅਸਤੀਫੇ ਦੇ ਕੇ ਆਓ, ਵੀ ਉਹਨਾਂ ਦੀ ਇੱਛਾ ਉਦੋਂ ਅਗਲੀ ਵੀ ਹੈ ਇੱਕ, ਉਹਨਾਂ ਨੇ ਇਹ ਗੱਲ ਨੂੰ ਵੀ ਓਪਨ ਕੀਤਾ ਵੀ ਜੇ ਸਮੁੱਚਤਾ ਚ ਪੰਥ ਅਕਾਲੀ ਦਲ ਇਹ ਕਹਿੰਦਾ ਕਿ ਫਾਰ ਦੀ ਟਾਈਮ ਬੀਇੰਗ ਉਹਨਾਂ ਨੂੰ ਅਗਵਾਈ ਦੇ ਦਿੱਤੀ ਜਾਏ ਤਾਂ ਇਹ ਸੋਚਿਆ ਜਾ ਸਕਦਾ, ਜੇ ਸਾਂਝੇ ਤੌਰ ਤੇ ਕਹਿੰਦੇ ਨੇ, ਇਕੱਲੇ ਤਾਂ ਨੀ ਗਏ ਧੜੇ ਦੇ ਵਿੱਚ ਤਾਂ ਨੀ, ਉਹਨਾਂ ਨੇ ਆਪਣੀ ਇਹ ਇੱਛਾ ਦਾ ਵੀ ਪ੍ਰਗਟਾਵਾ ਕੀਤਾ ਕਿ ਕੋਈ ਨਵਾਂ ਬੰਦਾ ਲੱਭ ਰਹੇ ਨੇ ਪੁਰਾਣੇ ਸੰਤਾਂ ਵਾਂਗ ਪੁਰਾਣੇ ਸਿਸਟਮ ਦੇ ਵਿੱਚ, ਪਰ ਚਾਹੇ ਪ੍ਰਧਾਨ ਹੋਰ ਵੀ ਹੋ ਜੇ ਪਾਵਰਫੁਲ ਤਾਂ ਜਿਹੜਾ ਸਿਆਸਤ 'ਚ ਖੇਡਿਆ ਬੰਦਾ ਫਿਰ ਵੀ ਉਹ ਰਹਿੰਦਾ ਬਹੁਤ ਹੱਦ ਤੱਕ, ਐਸੀ ਕੋਈ ਗੱਲ ਨਹੀਂ ਹੁੰਦੀ, ਜਿਹਦੀ ਜਿੰਨੀ ਜ਼ਿਆਦਾ ਪ੍ਰੈਕਟਿਸ ਜਿੰਨੀ ਜ਼ਿਆਦਾ ਉਹਦੇ 'ਚ ਲੋੜ ਹੁੰਦੀ ਹੈ ਜਿਹੋ ਜਿਹੀ ਸਿਆਸਤ ਹੈ। ਮੈਨੂੰ ਲੱਗਦਾ ਨਹੀਂ ਕਿ ਕੋਈ ਬਾਹਰੋਂ ਆ ਕੇ ਬੰਦਾ ਜਿਹਦੀ ਉਨੀ ਪ੍ਰੈਕਟਿਸ ਅੱਜ ਦੀ ਪੋਲਿਟਿਕਸ 'ਚ ਘੱਟੋ ਘੱਟ ਨਹੀਂ ਹੈ, ਪੁਰਾਣੀ ਪੰਥਕ ਪੋਲਿਟਿਕਸ ਥੋੜ੍ਹੀ ਜਿਹੀ ਹੋਰ ਨੇਚਰ ਦੀ ਸੀ, ਨਾ ਤਾਂ ਉਹਦੇ 'ਚ ਉਨੇ ਪੈਸੇ ਲੱਗਦੇ ਸੀ, ਨਾ ਉਨੇ ਜੋੜ ਤੋੜ, ਨਾ ਉਹ ਸਿੱਧੀ ਜੀ ਸੀ ਆਹ ਇਸ਼ੂ ਨੇ ਤੇ ਮੇਰਾ ਮੋਰਚਾ ਲਾਉਣਾ ਹੈ ਜਾਂ ਚੋਣ ਲੜਨੀ ਹੈ, ਕੰਪੇਨ ਕਰਨੀ ਹੈ, ਇਹ ਤੋਂ ਬਿਨਾਂ ਕੋਈ ਗੱਲ ਨਹੀਂ ਸੀ। ਹੁਣ ਬਹੁਤ ਚੀਜ਼ਾਂ ਹੋਰ ਵੀ ਜੁੜ ਗਈਆਂ ਨੇ ਵਿੱਚ, ਉਹਨਾਂ ਚੀਜ਼ਾਂ ਨੂੰ ਵੀ ਦੇਖਣਾ ਪਏਗਾ, ਪਰ ਇਹ ਗੱਲ ਬਹੁਤ ਕਰੂਸਲ ਹੈ ਕੱਲ੍ਹ ਵਾਲੀ ਕਿ ਜਥੇਦਾਰ ਸਾਹਿਬ ਵਿਚਾਰ ਕਰਕੇ ਕਦੋਂ ਬੁਲਾਉਂਦੇ ਨੇ, ਕਿਵੇਂ ਬੁਲਾਉਂਦੇ ਨੇ, ਕੀ ਪਹਿਲਾਂ ਫਿਰ ਅਲੱਗ ਅਲੱਗ ਬਣਾ ਕੇ ਫਿਰ ਦੋਨਾਂ ਨੂੰ ਇਕੱਠੇ ਤਾਂ ਕਰਨਾ, ਇਕੱਠੇ ਹੀ ਬੁਲਾ ਕੇ ਲਾਉਣੀ ਹੋਊਗੀ ਤਨਖਾਹ, ਤਾਂ ਫਿਰ ਜੇ ਲਾਉਣੀ ਹੈ ਜੇ ਇਹ ਮੰਨ ਲਏ ਜਾਂਦੇ ਨੇ ਕਿਹਦੀ ਕਿੰਨੀ ਗਲਤੀ ਹੈ, ਕਿਹਦੀ ਕਿੰਨੀ ਗਲਤੀ ਹੈ। ਇਦੋਂ ਬਾਅਦ ਹੁਣ ਜਿਹੜਾ ਇਹ ਚਿੱਠੀ ਰਿਕਾਰਡ ਤੇ ਚਲੀ ਗਈ, ਆਪਾਂ ਪਹਿਲਾਂ ਵੀ ਵਾਰ ਵਾਰ ਕਿਹਾ, ਇਹ ਹੁਣ ਰੁਕਦੀ ਨਹੀਂ ਹੈ, ਇਹ ਰਿਕਾਰਡ ਅੱਗੇ ਵਧੇਗਾ, ਕਿਸੇ ਅੰਜਾਮ ਤੱਕ ਤਾਂ ਪਹੁੰਚੇਗੀ ਉਹ, ਜਾਂ ਤਾਂ ਉਹਦੇ ਨਾਲ ਲੋਕਾਂ ਨੂੰ ਲੱਗਿਆ ਕਿ ਇਨਸਾਫ਼ ਹੋ ਗਿਆ ਹੁਣ ਤਾਂ ਰੁਤਬਾ ਵਧੂਗਾ ਜਥੇਦਾਰ ਸਾਹਿਬ ਦਾ ਵੀ, ਅਕਾਲ ਤਖ਼ਤ ਦਾ ਰੁਤਬਾ ਤਾਂ ਹਮੇਸ਼ਾ ਹੀ ਰਹਿੰਦਾ, ਉਹਦੇ ਤੇ ਬੈਠੇ ਬੰਦਿਆਂ ਦੇ ਰੁਤਬਿਆਂ ਦੀ ਗੱਲ ਹੁੰਦੀ ਹੈ, ਉਹ ਵੱਧਦੇ ਘਟਦੇ ਰਹਿੰਦੇ ਨੇ, ਤੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ, ਜਾਂ ਫਿਰ ਇਦੋਂ ਵੀ ਡਾਊਨ ਚਲਾ ਜਾਂਦਾ ਕ੍ਰੈਡੀਬਿਲਿਟੀ ਲੋਕਾਂ ਦੇ ਵਿੱਚ ਕਿ ਨਹੀਂ ਹੋਇਆ ਨਹੀਂ, ਜਿਵੇਂ ਆਮ ਭਾਸ਼ਾ 'ਚ ਕਿਹਾ ਜਾਂਦਾ ਕਿ ਇਨਸਾਫ਼ ਹੋਣਾ ਹੀ ਨਹੀਂ, ਇਕੱਲਾ ਲੱਗਣਾ ਵੀ ਚਾਹੀਦਾ ਕਿ ਇਨਸਾਫ਼ ਹੋਇਆ ਲੋਕਾਂ ਨੂੰ, ਉਹ ਨੈਰੇਟਿਵ, ਉਹ ਪਰਸੈਪਸ਼ਨ ਜਿਹੜੀ ਵੱਖ ਵੱਖ ਲੋਕਾਂ ਦੇ ਘਰਾਂ 'ਚ ਘਰ ਘਰ ਜਾਂਦੀ ਆ ਦਿਮਾਗਾਂ ਦੇ ਵਿੱਚ, ਉਹਨੂੰ ਵੀ ਚੇਤੇ ਰੱਖਣਾ ਹੀ ਪੈਣਾ ਹੈ, ਮਤਲਬ ਸਾਰੇ ਮਾਮਲੇ 'ਚ। ਵੈਸੇ ਤਾਂ ਕੱਲ ਹੀ ਮੀਟਿੰਗ ਨਾਰਾਜ਼ ਅਕਾਲੀਆਂ ਦੀ ਵੀ ਆ 36 ਸੈਕਟਰ ਚੰਡੀਗੜ੍ਹ ਦੇ ਵਿੱਚ, ਉੱਥੇ ਇਹਨਾਂ ਨੇ ਪ੍ਰੈਜ਼ੀਡੀਅਮ ਕੱਲ ਬਣਾਉਣੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਉਹ ਨਿਰਧਾਰਤ ਏਜੰਡਾ ਹੀ ਆ ਉਹਨਾਂ ਦਾ, ਉਹ ਪ੍ਰੈਜ਼ੀਡੀਅਮ 7 ਮੈਂਬਰੀ ਸ਼ਾਇਦ ਬਣਾਈ ਜਾਣੀ ਹੈ, ਇੱਕ ਜਿਹਦੇ 'ਚ ਗੁਰਪ੍ਰਤਾਪ ਸਿੰਘ ਵਡਾਲਾ ਕਨਵੀਨਰ ਵੀ ਫਾਰ ਦਾ ਟਾਈਮਿੰਗ ਸ਼ਾਇਦ ਬਣਾਏ ਜਾਣ ਕੰਮਕਾਜ ਦੇਖਣ ਲਈ। ਪਰ ਇੱਕ ਸਵਾਲ ਤੁਸੀਂ ਪਹਿਲਾਂ ਉਠਾਇਆ
ਕਿ ਕੀ ਇਹ ਕੁਛ ਅੱਗੇ ਕਿਹੜੀ ਕੋਈ ਚੋਣ ਹੈ ਜਾਂ ਜਿਹੜੀ ਹੁਣ ਜੇ ਤੁਰੰਤ ਪ੍ਰਭਾਵ ਨਾਲ ਦੇਖਿਆ ਜਾਏ ਤੇ ਜਿਹੜੀਆਂ ਚੋਣਾਂ ਹੁਣ ਹੋਈਆਂ ਉਹਨਾਂ ਚ ਕਿਹੜਾ ਇੰਨਾ ਖੂਨ ਖੋਦਤਾ ਦੇਖਿਆ ਜਾਵੇ ਤਾਂ ਹਾਥੀ ਮਤਲਬ ਬਸਪਾ ਤੇ ਸੁਖਬੀਰ ਸਿੰਘ ਬਾਦਲ ਰਲ ਕੇ ਇੱਕ ਪਿੰਡ ਦੇ ਸਰਪੰਚ ਜਿੰਨੀਆਂ ਵੋਟਾਂ ਵੀ ਨਹੀਂ ਲੈ ਸਕੇ, 700 something ਵੋਟਾਂ। ਮੈਨੂੰ ਲੱਗਦਾ ਇਸ ਤੋਂ ਮਾੜੀ ਹਾਲਤ ਤੇ ਹੋ ਹੀ ਨਹੀਂ ਸਕਦੀ। ਮੈਨੂੰ ਤਾਂ ਉਹ ਚੰਦੂਮਾਜਰਾ ਸਾਹਿਬ ਦਾ ਬਿਆਨ ਵੀ ਇੰਝ ਲੱਗ ਰਿਹਾ, ਵੈਸੇ ਚੰਦੂਮਾਜਰਾ ਸਾਹਿਬ ਬੜੀ ਦੇਰ ਨਾਲ ਜਾਗੇ ਨੇ, ਇਹ ਵੀ ਤਾਂ ਪੂਰਾ ਹਿੱਸਾ ਹੀ ਸੀਗੇ ਨਾਲ ਇੱਥੋਂ ਤੱਕ ਲਿਆਉਣ ਦੇ ਵਿੱਚ, ਇਹਨਾਂ ਦਾ ਵੀ ਰੋਲ ਓਨਾ ਹੀ ਆ। ਆਪਣੇ ਆਪ ਨੂੰ ਪਾਸੇ ਤੇ ਕਰ ਨਹੀਂ ਸਕਦੇ, ਹੁਣ ਪਾਸੇ ਹਟ ਕੇ ਆਪਣਾ ਰੋਲ ਬਖਸ਼ਾਉਣਾ ਚਾਹੁੰਦੇ ਨੇ। ਜਦੋਂ ਉਹਨਾਂ ਨੇ ਕਿਹਾ ਕਹਿੰਦੇ ਸਾਨੂੰ ਤਾਂ ਅਕਾਲੀ ਕਹਾਉਣ ਚ ਸ਼ਰਮ ਆਉਂਦੀ, ਉਹ ਦੂਜੇ ਰੱਖੜਾ ਸਾਹਿਬ ਕਹਿੰਦੇ ਇਹਨਾਂ ਤਾਂ ਹਾਥੀ ਵੀ ਡੋਬਤਾ। ਹੁਣ ਇਹ ਸਾਰੀਆਂ ਘਟਨਾਵਾਂ ਦੇ ਰੂਬਰੂ ਜੇ ਇਹ 7-member ਪ੍ਰੈਜ਼ੀਡੀਅਮ ਬਣਾ ਦਿੰਦੇ, ਉਧਰੋਂ ਜਥੇਦਾਰ ਸਾਹਿਬ ਇਹਨਾਂ ਨੂੰ ਕਾਲ ਕਰ ਲੈਂਦੇ, ਚੀਜ਼ਾਂ 3-4 ਨੂੰ ਜੇ ਤੁਸੀਂ ਕਲੱਬ ਕਰਕੇ ਦੇਖਦੇ ਹੋ, ਤੁਹਾਨੂੰ ਲੱਗਦਾ ਇਹ ਵੇਟ ਕਰਨਗੇ ਸਿੰਘ ਸਾਹਿਬ ਦੀ ਇਕੱਤਰਤਾ ਤੋਂ ਬਾਅਦ ਵੀ ਕੀ ਫੈਸਲਾ ਆਉਂਦਾ ਜਾਂ ਇਹ ਪ੍ਰੈਜ਼ੀਡੀਅਮ ਬਣਾ ਦੇਣਗੇ? ਉਹਦੇ ਚ ਜਿਹੜੀ ਤਾਂ ਬਿਆਨਬਾਜ਼ੀ ਹੈ ਸਾਰੇ ਲੋਕ ਨਾਰਮਲੀ ਲੋਕਾਂ ਚ ਵੀ ਇੱਕ ਕਲੀਅਰ ਗੱਲ ਹੈ, ਇਸੇ ਕਰਕੇ ਕੋਈ ਇਹ ਕਨਵੀਨਰ ਵੀ ਕੋਈ ਨਵਾਂ ਬੰਦਾ ਜਿਹਦੇ ਥੋੜਾ ਜਿਹਾ ਠੀਕ ਠਾਕ ਹੋਵੇ, ਜਿਹਦੇ ਤੇ ਕੋਈ ਐਲੀਗੇਸ਼ਨ ਨਾ ਹੋਵੇ, ਉਹ ਲੱਭ ਰਹੇ ਨੇ ਨਾ ਸਾਰੇ। ਨਹੀਂ ਤਾਂ ਸਿਨੋਰਟੀ ਦੇ ਵਾਈਜ ਹੁੰਦਾ ਕਨਵੀਨਰ ਜੇ ਕਰਨਾ ਹੋਵੇ, ਤੇ ਉਦੋਂ ਬਾਅਦ ਸੈਕੰਡ ਕੌਣ ਹੈ ਲੀਡਰਸ਼ਿਪ ਚ, ਬਾਕੀ ਚੀਜ਼ਾਂ ਨੇ। ਇਹਦਾ ਮਤਲਬ ਇੱਕ ਕਾਰਨ ਤਾਂ ਸਹਿਮਤੀ ਵਾਲਾ ਹੁੰਦਾ, ਦੂਜਾ ਕਾਰਨ ਇਹ ਹੈ ਕਿ ਪਬਲਿਕ ਪਰਸੈਪਸ਼ਨ ਚ ਕੋਈ ਪਬਲਿਕ ਪਰਸੈਪਸ਼ਨ ਜੇ ਸੁਖਬੀਰ ਸਿੰਘ ਬਾਦਲ ਬਾਰੇ ਹੈ ਤਾਂ ਜਿਹੜੇ ਲੰਮੇ ਸਮੇਂ ਤੋਂ ਉਹਨਾਂ ਦੇ ਸਾਥੀ ਵਜ਼ੀਰੀਆਂ ਮਾਣੀਆਂ, ਅਹੁਦੇਦਾਰੀਆਂ ਮਾਣੀਆਂ ਤੇ ਪਾਰਲੀਮੈਂਟ ਮੈਂਬਰ ਬਣ ਗਏ, ਕਦੇ ਕਦੇ ਬਾਕੀ ਬਣ ਗਏ ਚੀਜ਼ਾਂ, ਉਹ ਵੀ ਉਹਨਾਂ ਨੂੰ ਲੋਕ ਬਰਾਬਰ ਉਹ ਟੀਮ ਸਮਝਦੇ ਨੇ ਉਹਨੂੰ ਕਿ ਇਹ ਟੀਮ ਦੀ ਗਲਤੀ ਹੈ ਟੋਟਲ ਦੀ। ਮੇਨ ਤਾਂ ਕੈਪਟਨ ਦੀ ਤਾਂ ਹੈਗੀ, ਉਹ ਜੇ ਟੀਮ ਵੀ ਨਾਲ ਉਵੇਂ ਹੀ ਖੇਡੀ ਜਾਂਦੀ ਹੈ ਜਿਵੇਂ ਕੈਪਟਨ ਖਿਡਾਉਣਾ ਚਾਹੁੰਦਾ, ਇਹ ਨਹੀਂ ਕਹਿੰਦੀ ਕਿ ਭਾਈ ਹਾਰ ਰਹੇ ਹਾਂ, ਗੱਲ ਗਲਤ ਹੈ ਤਾਂ ਟੀਮ ਦੀ ਉਹ ਗਲਤੀ ਹੈ, ਉਹ ਗਲਤ ਤਾਂ ਸਭ ਨੂੰ ਮੰਨਣੀ ਉਹ ਪੈ ਰਹੀ ਹੈ। ਪਰ ਇੱਕ ਗੱਲ ਹੀ ਅੱਗੇ ਹੈ ਫਰਦਰ ਕਿ ਇਹ ਜਿਹੜੇ ਬਾਕੀ ਗਰੁੱਪ ਹੈ ਇਹ ਕਹਿਣ ਤਾਂ ਚਲਾ ਗਿਆ ਓਪਨਲੀ ਨਾ, ਰਿਕਾਰਡ ਦੇ ਤੌਰ ਦੇ ਉੱਤੇ ਵੀ ਗਲਤੀਆਂ ਸਾਡੀਆਂ ਹੈਗੀਆਂ ਨੇ ਜੀ, ਚਾਹੇ ਆਪਦੇ ਆਪ ਨੂੰ ਇਹਨਾਂ ਥੋੜਾ ਜਿਹਾ ਘੱਟ ਰੱਖਿਆ, ਇਹਨਾਂ ਨੇ ਤਾਂ ਇੰਨਾ ਹੀ ਕਿਹਾ ਕਿ ਸਾਡੀ ਇੰਨੀ ਉਹ ਗਲਤੀ ਹੈ, ਅਸੀਂ ਚੁੱਪ ਰਹੇ। ਇਹ ਇਕੱਲੀ ਚੁੱਪ ਤੱਕ ਦੀ ਵੀ ਗਲਤੀ ਨਹੀਂ ਜੀ, ਜਥੇਦਾਰ ਸਾਹਿਬ ਖਾਲਣਗੇ ਪੂਰਾ ਬੋਲਣਗੇ, ਹਿਸਟੋਰੀਕਲ ਬਿਆਨ ਲੱਭ ਲੈਣਗੇ, ਬਾਕੀ ਚੀਜ਼ਾਂ ਕਰਨਗੇ। ਜੇ ਉਹਨਾਂ ਨੇ ਪੰਡਾਰਾ ਖੋਲ ਲਿਆ ਬਾਕੀ ਗਵਾਨ ਦਾ ਤਾਂ ਉਦੋਂ ਅਗਲੀ ਵੀ ਗਲਤੀ ਹੈ ਅੱਗੇ ਤੱਕ ਜਾਣ ਦੀ, ਫੈਸਲੇ ਕਰਨ ਦੇ ਵਿੱਚ ਕਈ ਮਾਮਲਿਆਂ 'ਚ ਤਾਂ ਇਨਵਾਲਵਮੈਂਟ ਤੱਕ ਦੀ ਵੀ ਹੋਏਗੀ ਚੁੱਪ ਦੇ ਨਾਲ ਨਾਲ। ਦੋ ਗੱਲਾਂ ਹੋਣਗੀਆਂ ਸਾਰੇ ਮਾਮਲਿਆਂ ਦੇ ਵਿੱਚ, ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਜਿੱਥੇ ਤੱਕ ਹੁਣ ਚੱਲ ਗਿਆ, ਜੇ ਕਹਿੰਦੇ ਨੇ ਕਿ ਲੋਕ ਖੁੱਲ੍ਹ ਕੇ ਆ ਜਾਣ, ਵਾਅਦਾ ਮਾਫੀ ਦੇ ਤੌਰ 'ਤੇ ਹੀ ਆ ਜਾਣ, ਤਾਂ ਉਹਨਾਂ ਦੀ ਸਜ਼ਾ ਘੱਟ ਜਾਂਦੀ ਹੁੰਦੀ ਹੈ ਕੁਛ, ਚਾਹੇ ਓਡਾ ਹੀ ਰੋਲ ਹੋਵੇ ਤਾਂ ਉਹਨੂੰ ਦੁਨਿਆਵੀ ਅਦਾਲਤ ਦੇ ਵਿੱਚ ਵੀ ਥੋੜਾ ਕਨਸੈਸ਼ਨ ਦੇ ਦਿੱਤਾ ਜਾਂਦਾ ਵੀ ਚੱਲ ਤੂੰ ਇੰਨੀ ਕੁ ਤਾਂ ਹਿੰਮਤ ਕੀਤੀ ਨਾ, ਸਹਿਯੋਗ ਕੀਤਾ ਇਨਸਾਫ਼ ਦੇ ਨਾਲ, ਇਨਸਾਫ਼ ਦਬਾਉਣ ਦੇ ਵਿੱਚ ਮਦਦ ਕੀਤੀ, ਮਤਲਬ ਕਿ ਇਹ ਕਿਹਾ ਜਾਂਦਾ ਉਹ ਸਾਰੇ ਮਾਮਲੇ ਨੂੰ, ਇਸ ਕਰਕੇ ਲੀਨੀਅੰਟ ਵਿਊ ਲਿਆ ਜਾਂਦਾ ਤੇ ਥੋੜੀ ਜਿਹੀ ਰਿਆਇਤ। ਪਰ ਦੂਜੀ ਗੱਲ ਜਿਹੜੀ ਇਹ ਹੈ, ਮਤਲਬ ਇਹ ਧੜੇ ਨੇ ਕੱਲ੍ਹ ਦੀ ਮੀਟਿੰਗ ਪਹਿਲਾਂ ਹੀ ਰੱਖੀ ਹੋਈ ਹੈ, ਖੈਰ ਇਸੇ ਕਰਕੇ ਸੀ ਕਿ ਇੱਕ ਤਾਂ ਇਹ ਇਲੈਕਸ਼ਨ ਨਿਕਲ ਜੂਗੀ ਉਹਦਾ ਵੀ ਪਤਾ ਲੱਗ ਜੂਗਾ, ਦੂਜਾ ਸਿੰਘ ਸਾਹਿਬਾਨ ਕੀ ਕਰਦੇ ਨੇ ਇਹਦਾ ਲੱਗ ਜੂਗਾ, ਪ੍ਰੈਜ਼ੀਡੀਅਮ ਤਾਂ ਬਣਾ ਹੀ ਲੈਣਗੇ। ਮਤਲਬ ਮੈਨੂੰ ਲੱਗਦਾ ਉਹ ਡਿਲੇ ਨਹੀਂ ਕਰਨਗੇ, ਇੰਨਾ ਚਿਰ ਦੇਖਣਗੇ ਨਹੀਂ ਆਪਣੇ ਤਰੀਕੇ ਨਾਲ, ਮਾਸ ਕੰਟੈਕਟ ਜੇ ਇਹਨਾਂ ਦਾ ਬੰਦ ਹੋ ਗਿਆ ਤਾਂ ਫਿਰ ਤਾਂ ਬੈਠੇ ਰਹੋਗੇ ਤੇ ਤੁਸੀਂ ਤਾਂ ਫਿਰ ਵਰਕਰ ਨਹੀਂ ਤੁਹਾਡੇ ਨਾਲ ਤੁਰਦੇ ਤੁਹਾਡੇ ਸੁਣਦੇ। ਪੋਲਿਟਿਕਸ ਦੇ ਵਿੱਚ ਇੱਕ ਇੱਕ ਦਿਨ ਬਹੁਤ ਕਰੂਸ਼ਲ ਹੁੰਦਾ, ਉਹਦੇ ਨਾਲ ਤਾਲਮੇਲ ਰੱਖਣਾ, ਕਿਉਂਕਿ ਦੂਜੀ ਧਿਰ ਵੀ ਲਗਾਤਾਰ ਹੇਠਾਂ ਮੀਟਿੰਗਾਂ ਦਾ ਸਿਲਸਿਲਾ ਚਲਾ ਰਹੀ ਹੈ, ਹੇਠਾਂ ਆਰਗੇਨਾਈਜ਼ ਕਰ ਰਹੀ ਹੈ ਆਪਣੇ ਤਰੀਕੇ ਦੇ ਨਾਲ। ਇਸ ਲਈ ਉਹ ਪ੍ਰੈਜ਼ੀਡੀਅਮ ਬਣਾ ਕੇ ਤੇ ਇੱਕ ਸਲਾਹਕਾਰ ਕਮੇਟੀ ਵੀ ਬਣਾਉਣੀ ਹੈ ਇਹਨਾਂ ਉਹਦੇ ਵਿੱਚੋਂ ਹੀ, ਜਿਹੜੀ ਮੇਨ ਸਲਾਹਕਾਰ ਬਾਡੀ ਹੋਊ ਜਿਹ 'ਚ ਸਾਰੇ ਸੀਨੀਅਰ ਲੀਡਰ ਪੈ ਜਾਣਗੇ ਨਾਲ ਪ੍ਰੈਜ਼ੀਡੀਅਮ ਦੀ ਸਲਾਹਕਾਰੀ ਦੇ ਵਜੋਂ, ਉਹ ਬਣਾ ਕੇ ਫਿਰ ਕੋਈ ਅਗਲਾ ਵੀ ਪ੍ਰੋਗਰਾਮ ਇਹਨਾਂ ਨੇ ਕੰਟੈਕਟ ਪ੍ਰੋਗਰਾਮ ਜਿਹੜੇ ਉਹਨਾਂ ਨੇ ਕੁਝ ਲਿਖੇ ਸੀਗੇ ਪਹਿਲੀ ਮੀਟਿੰਗ ਦੇ ਵਿੱਚ ਹੀ, ਉਹਨਾਂ ਦੀ ਤਿਆਰੀ ਵੀ ਤਾਂ ਲੱਭਣੀ ਹੋਣੀ ਹੈ ਕਿ ਚਾਹੇ ਆ ਸਤੰਬਰ 'ਚ ਹੀ ਆ ਰਿਹਾ, ਮਤਲਬ ਜਥੇਦਾਰ ਟੌਣਾ ਦਾ
ਜਿਹੜਾ ਦਿਨ ਹੈ ਜਨਮ ਦਿਨ ਦਾ ਸਵਾਲ ਸੋਮਾਂ, ਫਿਰ ਬਾਕੀ ਦੇ ਲੀਡਰਾਂ ਦੇ ਨੇ, ਸੰਤ ਲੌਂਗੋਵਾਲ ਦੀ ਗੱਲ ਹੈ, ਮੋਹਨ ਸਿੰਘ ਤੁੜ ਦੀ ਗੱਲ ਹੈ, ਵੱਖ ਵੱਖ ਲੋਕ ਹੋਰ ਨੇ ਜਿਹੜੇ ਅਕਾਲੀ ਪਿਛੋਕੜ ਦੇ ਵਿੱਚ ਜਿਹੜੇ ਵੱਡੇ ਲੀਡਰ ਮਾਨਤਾ ਪ੍ਰਾਪਤ ਰਹੇ ਨੇ, ਉਹਨਾਂ ਗੱਲਾਂ ਨੂੰ ਵੀ ਜੇਕਰ ਅੱਗੇ ਵਧਾਉਣਾ ਤਾਂ ਇਹ ਕਰਨਗੇ, ਮੈਨੂੰ ਲੱਗਦਾ ਕੱਲ੍ਹ ਵਾਲਾ ਡਿਲੇ ਤਾਂ ਨਹੀਂ ਕਰਨਗੇ, ਪਰ ਜੋ ਜਥੇਦਾਰ ਸਾਹਿਬ ਨੇ ਬੁਲਾਇਆ ਉਹ ਡੇਟ ਕਦੋਂ ਹੋਏਗੀ ਕੀ ਹੋਏਗੀ ਉਹਦੇ ਅਕੋਰਡਿੰਗਲੀ ਥੋੜੀ ਜਿਹੀ ਸਟ੍ਰੈਟਜੀ ਬਦਲ ਲੈਣ, ਸ਼ਾਇਦ ਛੋਟੇ ਮੋਟੇ ਵੀ ਕਿਤੇ ਜਾਣਾ ਹੈ, ਜਿਹੜੇ ਪ੍ਰੋਗਰਾਮ ਰੱਖਣੇ ਨੇ ਜਾਂ ਮਾਸ ਕੰਟੈਕਟ ਕਰਨਾ ਉਹਦੇ 'ਚ ਤਬਦੀਲੀ ਮਾੜੀ ਮੋਟੀ ਉਸ ਮੀਟਿੰਗ ਦੇ ਸਾਹਮਣੇ ਤੋਂ ਬਾਅਦ, ਜੇ ਤਾਂ ਡੇਟ ਹੀ ਉਦੋਂ ਅਨਾਊਂਸ ਕਰਤੀ ਕੱਲ੍ਹ ਜਥੇਦਾਰ ਸਾਹਿਬ ਨੇ ਕਿ ਆਹ ਗਰੁੱਪ ਨੂੰ ਮੈਂ ਇਸ ਡੇਟ ਨੂੰ ਸੱਦਿਆ, ਇਸ ਨੂੰ ਦੂਜੇ ਨੂੰ ਇਸ ਤਰੀਕ ਨੂੰ ਸੱਦਿਆ, ਜਾਂ ਇੱਕੋ ਦਿਨ ਇੱਕ ਨੂੰ ਸਵੇਰੇ ਸੱਦਿਆ, ਇੱਕ ਦਿਨ ਇੱਕ ਨੂੰ ਸ਼ਾਮ ਨੂੰ ਸੱਦਿਆ, ਕੋਈ ਵੀ ਜੋ ਚੀਜ਼ ਹੋਏਗੀ ਫਿਰ ਉਸ ਹਿਸਾਬ ਨਾਲ ਥੋੜੀ ਬਹੁਤ ਤਬਦੀਲੀ ਤਾਂ ਖੈਰ ਕਰਨੀ ਪਊਗੀ। ਅੱਛਾ ਇਹ ਮੈਨੂੰ ਇਹ ਜ਼ਰੂਰ ਦੱਸਿਓ, ਅਕਾਲੀ ਦਲ ਦਾ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਜਲੰਧਰ ਵਾਲੀ ਚੋਣ ਨੂੰ ਲੈ ਕੇ? ਇੱਥੇ ਤਕੜੀ ਚੋਣ ਨਿਸ਼ਾਨ 1200 ਤੋਂ ਉੱਪਰ ਵੋਟ ਲੈ ਗਈ, ਔਰ ਹਾਥੀ ਜਿਹਦੇ ਤੇ ਬੈਠੇ ਸੀ ਸੁਖਬੀਰ ਸਿੰਘ ਬਾਦਲ ਉਹ 700 ਕੁਝ ਤੇ ਸਿਮਟ ਗਈ। ਇਹਦੇ ਤੇ ਅਕਾਲੀ ਦਲ ਦਾ ਅਧਿਕਾਰ ਤਾਂ ਕੋਈ ਨਹੀਂ ਮੈਨੂੰ ਲੱਗਦਾ ਹੁਣ ਤੱਕ, ਟਿੱਪਣੀ ਕੀ ਕਹਿੰਦੇ ਹੋ? ਇਹਦੇ ਤੇ ਦੂਜਿਆਂ ਦੀ ਤਾਂ ਜਿਹੜੇ ਅਲੱਗ ਸੁਰ ਵਾਲੇ ਨੇ ਉਹਨਾਂ ਦੀ ਤਾਂ ਆ ਰਹੀ ਹੈ ਲਗਾਤਾਰ, ਰੱਖੜਾ ਸਾਹਿਬ ਕਹਿ ਰਹੇ ਨੇ ਕਿ ਹਾਥੀ ਵੀ ਡੋਬਤਾ, ਔਰ ਬਾਕੀ ਵੀ ਲੋਕ ਇਹ ਕਹਿ ਰਹੇ ਨੇ ਵੀ ਇਹਦਾ ਮਤਲਬ ਸੁਖਬੀਰ ਨੂੰ ਨਹੀਂ ਪਾਉਣਾ ਚਾਹੁੰਦੇ ਲੋਕ ਵੋਟ, ਦੇਖੋ ਇੱਧਰ ਤਾਂ ਫਿਰ ਵੀ ਤਕੜੀ ਨੂੰ ਪਏਗੀ। ਨਾਲ ਉਹਨਾਂ ਨੇ ਇੱਕ ਗੱਲ ਇਹ ਵੀ ਪੁਆਇੰਟ ਆਊਟ ਕੀਤੀ ਹੈ ਕਿ ਜੇ ਬੀਬੀ ਪਲਟਾ ਨਾ ਮਾਰ ਕੇ ਇੱਕ ਵਾਰ ਨਾ ਜਾਂਦੀ ਉਹਨੇ ਵੀ ਫਰਕ ਪਾਇਆ ਤਾਂ 5-4 ਹਜ਼ਾਰ ਵੋਟ ਤੇ ਚਲੀ ਜਾਂਦੀ ਬੀਬੀ ਵੀ, ਬੀਬੀ ਨੂੰ ਵੀ ਜ਼ਿਆਦਾ ਪੈ ਜਾਂਦੀ ਇੱਦੋਂ, ਉਹਦੇ ਨਾਲ ਵੀ ਇੱਕ ਫਰਕ ਤਾਂ ਪਿਆ। ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਜਦ ਤੁਸੀਂ ਬਬਲਿੰਗ ਕਰ ਜਾਂਦੇ ਹੋ ਤਾਂ ਲੋਕਾਂ ਦਾ ਭਰੋਸਾ ਥੋੜ੍ਹਾ ਜਿਹਾ, ਜਿਹੜੇ ਸਪੋਰਟਰ ਹੁੰਦੇ ਨੇ ਬਾਕੀ ਹੁੰਦੇ ਨੇ ਉਹਨਾਂ ਤੇ ਹਿੱਲਦਾ, ਪਰ ਇਹਦੇ ਬਾਵਜੂਦ ਜਿਹੜੀ ਹਮਦਰਦੀ ਸੀ ਉਹ ਤਾਂ ਮਰ ਗਈ ਉਸੇ ਦਿਨ, ਜਿਹੜੀ ਗੱਲ ਅਸੀਂ ਕਰ ਰਹੇ ਸੀ ਉਹ ਤਾਂ ਖਤਮ ਹੋ ਗਈ ਜਿਸ ਦਿਨ ਬੀਬੀ ਨੇ ਉਧਰ ਸ਼ਿਫਟ, ਉਹ ਬਾਅਦ ਦੇ ਵਿੱਚ ਤਾਂ ਐਵੇਂ ਜੁਗਾੜ ਹੀ ਸੀ ਸਾਰਾ। ਬਿਲਕੁਲ ਉਸੇ ਕਰਕੇ ਰੱਖੜਾ ਨੇ ਇਹੀ ਕਹੀ ਗੱਲ ਵੀ ਜੇਕਰ ਉਹ ਇਹ ਨਾ ਕਰਦੀ ਤਾਂ ਜਿਹੜੀ ਇੱਕ ਹਮਦਰਦੀ ਸੀ ਤੇ ਦੂਜਾ ਜਿੰਨਾ ਜ਼ੋਰ ਬਾਕੀਆਂ ਨੇ ਲਾਉਣਾ ਸੀ, ਆਲੇ ਦੁਆਲੇ ਬੰਦੇ ਆ ਰਹੇ ਸੀ ਬਾਕੀ ਸੀ, ਤਾਂ ਫਰਕ ਪੈਣਾ ਸੀ ਇਸ ਸਾਰੀ ਗੱਲ ਦੇ ਨਾਲ ਤੇ। ਪਰ ਫਿਰ ਵੀ ਇਹ ਸਭ ਚੀਜ਼ਾਂ ਛੱਡ ਦਿਓ, ਵੋਟ ਬੀਬੀ ਨੂੰ ਨਹੀਂ ਪਈ, ਤਕੜੀ ਨੂੰ ਪਈ ਹੈ। ਮੰਨ ਲਓ ਤਕੜੀ ਦੇ ਵਿਰੋਧ ਚ ਅਫੀਸ਼ਲ ਅਕਾਲੀ ਦਲ ਖੜਾ ਹੈ ਇੱਕ ਲੈਵਲ ਤੇ, ਉਹ ਹਾਥੀ ਨਾਲ ਖੜਾ ਹੈ ਤੇ ਹਾਥੀ ਦੀ ਉਨੀ ਉਹ ਵੋਟ ਪੈਂਦੇ, ਤਕੜੀ ਉਹਨੂੰ ਅਲੱਗ ਲਗਭਗ ਡਬਲ ਦੇ ਨੇੜੇ ਤੇੜੇ ਚੱਲਦੀ ਹੈ ਉਹਦੇ ਬਾਵਜੂਦ। ਇਹ ਵੀ ਤਾਂ ਇੱਕ ਸੋਚਣ ਵਾਲੀ ਗੱਲ ਤਾਂ ਹੈ, ਅਕਾਲੀ ਦਲ ਨੂੰ ਸਪਸ਼ਟਤਾ ਨਾਲ ਕਰਨਾ ਚਾਹੀਦਾ, ਵੱਧ ਤੋਂ ਵੱਧ ਅਕਾਲੀ ਦਲ ਇਹ ਕਹਿ ਦੂਗਾ ਵੀ ਅਸੀਂ ਕਿਹੜਾ ਕੰਪੇਨ ਕੀਤੀ ਹੈ, ਅਸੀਂ ਤਾਂ ਹਮਾਇਤ ਹੀ ਦਿੱਤੀ ਹੈ, ਫਿਰ ਤੁਹਾਡੀ ਹਮਾਇਤ ਦਾ ਵੀ ਲੈ ਕੇ ਕੋਈ ਕੀ ਕਰੂਗਾ, ਇਹਦਾ ਮਤਲਬ ਉਹਦਾ ਕੋਈ ਅਸਰ ਤਾਂ ਹੋ ਨਹੀਂ ਰਿਹਾ। ਉਦੋਂ ਤਾਂ ਕੰਪੇਨ ਕਰਦੇ ਮਾੜਾ ਮੋਟਾ 100-200 ਹੋਰ ਪੈਂਦੀ, ਬਾਕੀ ਚੀਜ਼ਾਂ ਹੁੰਦੀਆਂ ਉਹ ਇੱਕ ਅਲੱਗ ਗੱਲ ਹੈ, ਇਹ ਇਸ਼ੂ ਤਾਂ ਉੱਠਦੇ ਰਹਿਣਗੇ। ਸਹਿਮੀਰ ਸਿੰਘ ਜੀ, ਪੰਜਾਬ ਦੇ ਵਿੱਚ ਤੱਕੜੀ ਦਾ ਜਿੰਨਾ ਵੱਡਾ ਜਲਜਲੌ ਸੀ, ਸੁਖਬੀਰ ਸਿੰਘ ਬਾਦਲ ਦੀ ਆਪਣੀ ਹਸਤੀ ਦਾ ਵੀ ਤੇ ਤੱਕੜੀ ਦਾ, ਦੋਨਾਂ ਦਾ ਜਿਸ ਤਰੀਕੇ ਨਾਲ ਜੇ ਇਕੱਠੀ ਬਣਾ ਲਓ 2000 ਵੋਟ ਬਣਦੀ ਹੈ ਸਰ, 2000 ਵੋਟ ਮਤਲਬ ਹੈ ਕੋਈ, ਔਰ ਜੇ ਇੰਨੇ ਇਰਰੈਲੇਵੈਂਟ ਹੋ ਗਿਆ ਜੀ ਹੁਣ, ਮਤਲਬ ਇੱਕ, ਔਰ ਜੇ ਬਸਪਾ ਨੂੰ ਵੇਖੀਏ ਤਾਂ ਇੱਕ ਰਿਜ਼ਰਵ ਹਲਕੇ ਦੇ ਵਿੱਚ ਬਸਪਾ, ਦੋ ਪਾਰਟੀਆਂ ਮੁੱਦੇ ਮੁੱਢ ਗਈਆਂ ਨੇ। ਤੁਸੀਂ ਇਹਨੂੰ ਅਨਾਲਿਸਿਸ 'ਚ ਲਿਆਉਣ ਲੋਕ ਨਾ ਲਿਆਉਣ, ਲੇਕਿਨ ਜੋ ਸਥਿਤੀ ਬਣੀ ਹੈ, ਅਕਾਲੀ ਦਲ ਡੁੱਬਿਆ ਤੇ ਬਸਪਾ ਵੀ ਡੁੱਬ ਗਈ ਪੂਰੀ ਤਰ੍ਹਾਂ, ਠੀਕ ਹੈ, ਥੋੜੇ ਸਮੇਂ 'ਚ ਹੋਇਆ ਸਾਰਾ ਕੁਝ, ਸੱਤਾ ਦੇ ਵਿੱਚ ਬੈਠੇ ਲੋਕ ਸੀ। ਬਸਪਾ ਦਾ ਡਿਕਲਾਈਨ ਲਗਾਤਾਰ ਜਾਰੀ ਹੈ, ਬਸਪਾ ਵੀ ਸੋਚ ਨਹੀਂ ਰਹੀ ਕਿਉਂਕਿ ਉਹ ਮਾਇਆਵਤੀ ਕੇਂਦਰਤ ਹੈ, ਜਿਹੜਾ ਕਹਿੰਦੇ ਨੇ ਭੈਣ ਮਾਇਆਵਤੀ ਤੋਂ ਬਿਨਾਂ ਇੱਕ ਵੀ ਡਿਸੀਜਨ ਲੋਕਲ ਨਹੀਂ ਲੈ ਸਕਦੇ, ਉਹ 4 ਦਿਨ ਬਾਅਦ ਦੇਣ ਡਿਸੀਜਨ, 10 ਦਿਨ ਬਾਅਦ ਦੇਣ, ਮਹੀਨੇ ਦਿਨ, ਹੁਣ ਪੰਜਾਬ ਆਉਂਦੇ ਵੀ ਕਿੰਨਾ ਕੁ ਨੇ, ਪੰਜਾਬ ਦੀ ਰਿਐਲਿਟੀ ਕਿੰਨਾ ਕੁ ਜਾਣਦੇ ਨੇ, ਪੰਜਾਬ ਬਾਰੇ ਕੀ ਕਰਦੇ ਨੇ, ਚੋਣਾਂ 'ਚ ਇੱਕ ਅੱਧੀ ਵਾਰੀ ਰੈਲੀ ਕਰਨ ਆ ਜਾਂਦੇ ਨੇ, ਇੱਕ ਅੱਧੀ ਵਾਰੀ 1-2 ਸਾਲ 'ਚ ਕਿਸੇ ਮੀਟਿੰਗ 'ਚ ਆ ਜਾਂਦੇ ਹੋਣਗੇ, ਇਹੀ ਜਾ ਕੇ ਦੱਸਦੇ ਹੋਣਗੇ ਜਿੰਨਾ ਕੁ। ਇੱਕ ਤਾਂ ਬਹੁਤ ਦੂਰ ਹੈ ਲੀਡਰ ਜਿਹਦੇ ਕੋਲ ਤਾਕਤ ਹੈ ਪੰਜਾਬ ਦੀ ਫਿਜ਼ਾ ਨਾਲੋਂ, ਔਰ ਇਸ ਲਈ ਜੇ ਦਲਿਤ ਕਮਿਊਨਿਟੀ ਦੀ ਵੀ ਗੱਲ ਹੈ, ਯੂਪੀ ਦੇ ਦਲਿਤ ਦੀ ਅਲੱਗ ਪੋਜੀਸ਼ਨ ਹੈ, ਪੰਜਾਬ ਦੇ ਦੀ ਅਲੱਗ ਹੈ, ਜਿਵੇਂ ਬਾਕੀ ਦੀਆਂ ਗੱਲਾਂ ਵੀ ਜੇ ਆਪਾਂ ਕਰਦੇ ਹਾਂ ਕਿ ਹੋਰਾਂ ਮਾਮਲਿਆਂ 'ਚ ਵੀ ਪੰਜਾਬ ਦੀ ਇੱਕ ਨੇਚਰ
ਚੱਲਣ, ਬਾਕੀ ਦੀਆਂ ਚੀਜ਼ਾਂ, ਹਾਲਤ, ਇਕਨੋਮਿਕ ਸਥਿਤੀ, ਸਮਾਜਿਕ ਸਥਿਤੀ, ਇਹ ਸਾਰੀਆਂ ਗੱਲਾਂ 'ਚ ਫਰਕ ਹੁੰਦਾ। ਜਿੰਨਾ ਚਿਰ ਤੁਸੀਂ ਇਹ ਨਹੀਂ ਦੇਖਦੇ, ਲੋਕਲ ਲੀਡਰਸ਼ਿਪ ਨੂੰ ਮਾਨਤਾ ਪ੍ਰਾਪਤ ਨਹੀਂ ਹੁੰਦੀ, ਆਪਣੇ ਫੈਸਲੇ ਆਪ ਨਹੀਂ ਲੈ ਸਕਦੀ, ਡਿਕਲਾਈਨ ਨਹੀਂ ਰਹਿਣਾ, ਮਤਲਬ ਉਹ ਨਹੀਂ ਅਪ ਹੋਣਾ ਉਸ ਪੱਧਰ ਦੇ ਉੱਤੇ ਜਾ ਕੇ। ਬਾਬੂ ਕਾਂਸੀ ਰਾਮ ਨੇ ਜਿੰਨਾ ਖੜਾ ਕੀਤਾ ਸੀ, ਉਹ ਵੀ ਯੂਪੀ 'ਚ ਜਾ ਕੇ ਕਾਮਯਾਬ ਜ਼ਿਆਦਾ ਹੋਏ ਪੰਜਾਬ ਦੇ ਕੰਪੈਰੇਟਿਵਲੀ, ਹਾਲਾਂਕਿ ਉਹ ਤਾਂ ਪੰਜਾਬ ਨੂੰ ਜਾਣਦੇ ਸੀ ਇੱਕ ਲੈਵਲ ਦੇ ਉੱਤੇ ਜਾ ਕੇ, ਔਰ ਉਹਨਾਂ ਨੂੰ ਸਮਝ ਸੀ ਇਸ ਲੈਵਲ ਦੇ ਕਿ ਪੰਜਾਬ ਦੀ। ਉਹਨਾਂ ਨੇ ਇੱਕ ਵਾਰ ਕਿਹਾ ਸੀਗਾ ਕਿ ਤੁਹਾਡਾ ਮੈਨੀਫੈਸਟੋ ਕੀ ਹੈ, ਉਹ ਕਹਿੰਦੇ ਗੁਰਬਾਣੀ ਮੇਰਾ ਮੈਨੀਫੈਸਟੋ ਹੈ, ਕੋਈ ਹੋਰ ਨਹੀਂ। ਪਰ ਉਸ ਤੰਦ ਨੂੰ ਸਮਝ ਕੇ ਕਿੰਨੇ ਕੁ BSP ਦੇ ਬਾਕੀ ਬੰਦੇ, ਕੀ ਗੱਲਾਂ ਬਾਕੀ ਹੋ ਰਹੀਆਂ ਨੇ, ਕਿੰਨੇ ਕੁ ਅੰਦੋਲਨ ਨੇ। BSP ਨੇ ਤਾਂ ਸੋਸ਼ਲ ਅੰਦੋਲਨ ਵੀ ਨਹੀਂ ਚਲਾਇਆ ਪੰਜਾਬ 'ਚ, ਇੱਕ ਵੀ ਕਾਸਟ ਦੇ ਖਿਲਾਫ ਇੱਕ ਅੰਦੋਲਨ ਚਲਾਉਂਦੇ ਹੋ ਕਿ ਸਿੱਖ ਜਮੀਨ ਦੇ ਵਿੱਚ ਜੇ ਕਾਸਟ ਸਿਸਟਮ ਨਹੀਂ ਹੈ, ਤੁਸੀਂ ਆਹ ਕਾਸਟਾਂ ਕਿਉਂ ਰੱਖੀਆਂ ਨੇ, ਫਲਾਨਾ ਧਿਮਕਾ। ਇੱਕ ਸਮਾਜਿਕ ਮੂਵਮੈਂਟ ਚੋਂ ਨਿਕਲਦੀ ਸੀ ਨਾ ਉਹ ਪਾਰਟੀ ਤਾਂ, ਇਸ ਲਈ ਉਹਦਾ ਡਿਕਲਾਈਨ ਆਪਣੀ ਥਿਉਰੀ ਤੋਂ ਹਿੱਲਣ ਕਰਕੇ ਲਗਾਤਾਰ ਚੱਲ ਰਿਹਾ। ਅਕਾਲੀ ਦਲ ਦਾ ਡਿਕਲਾਈਨ ਆਪਣੇ ਵਿਚਾਰਧਾਰਾ ਤੋਂ ਹਿੱਲਣ ਦੇ ਤੌਰ ਤੇ ਲਗਾਤਾਰ ਆ ਰਿਹਾ। ਔਰ ਜੇ ਪੰਜਾਬ 'ਚ 3 ਸੀਟਾਂ ਅਸੈਂਬਲੀ 'ਚੋਂ ਆਈਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ, ਹੁਣ 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋ ਗਈ ਸੀ ਪਾਰਲੀਮੈਂਟ ਦੇ ਵਿੱਚ, ਓਵਰਆਲ ਜੇ ਕਹੋ ਕਿ ਸਾਰੀਆਂ ਸੀਟਾਂ ਬਠਿੰਡਾ ਵੀ ਰਲਾ ਲਓ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੈ, 13% ਵੋਟ ਨਾਲ ਜ਼ਮਾਨਤ ਨਹੀਂ ਬਚਦੀ, 16.17% ਵੋਟ ਚਾਹੀਦੀ ਐਵਰੇਜ, ਜਿਹੜੀ ਪੋਲ ਵੋਟ ਹੈ ਜੇ ਉਹਦਾ 19% ਤੁਹਾਨੂੰ ਆਉਂਦਾ। ਇਹ ਸਥਿਤੀ ਹੈਗੀ ਹੈ। ਇਹ ਤਾਂ ਅਕਾਲੀ ਦਲ ਚਲੋ ਪਹਿਲਾਂ ਕਹਿੰਦਾ ਵੀ ਇਹ BJP ਨੂੰ ਛੱਡੀ ਸੀ ਤੇਜਲ, ਪਰ ਉੱਥੇ ਨਾ ਚਾਹੇ BJP ਨੂੰ ਛੱਡੀ ਸੀ, 20,000 ਸਿੱਖ ਵੋਟ ਤਾਂ ਹੈ ਨਾ ਇਸ ਸੀਟ ਤੇ, ਉਹ ਵੋਟ ਦੇ ਵਿੱਚੋਂ ਤੁਹਾਨੂੰ ਕਿੰਨਾ ਸ਼ੇਅਰ ਮਿਲਿਆ, ਇਹ ਵੀ ਕੱਪ ਦੇ ਆਪ 'ਚ ਇੱਕ ਇੰਪੋਰਟੈਂਟ ਗੱਲ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਜੇ ਇਹਦਾ ਮਤਲਬ ਪੰਥ ਦਾ ਮੂੰਹ ਮੋੜਨਾ ਸਭ ਤੋਂ ਬੜਾ ਕੁਐਸਚਨ ਹੈ, ਨਹੀਂ ਤਾਂ ਓਨੀਓ ਵੋਟ 'ਚੋਂ ਵੀ ਤੁਹਾਨੂੰ ਮੈਜੋਰਟੀ ਮਿਲ ਜਾਂਦੀ ਤਾਂ ਵੀ 5-4 ਹਜ਼ਾਰ ਦੇ ਨੇੜੇ ਤਾਂ ਚਲੇ ਹੀ ਜਾਂਦੇ ਪੰਥ, ਜੇ ਪੂਰੀ ਨਾ ਵੀ ਮਿਲੇ। ਮੰਨ ਲਓ ਸਿੱਖ 'ਚ ਵੋਟ 'ਚੋਂ 10,000 ਹੀ ਪੋਲ ਹੋਈ ਹੋਵੇ 20,000 ਚੋਂ, ਆਪਾਂ ਨੂੰ ਅਜੇ ਪਤਾ ਨਹੀਂ ਉਹ ਕੈਟਾਗਰੀ ਉਹਦਾ ਕੀ ਹੈ, ਕਿੰਨੀ ਪੋਲ ਹੋਈ, ਚਲੋ 50-55% ਤਾਂ ਸਾਰੀ ਹੋਈ, ਆਪਾਂ 50% ਲਾ ਲੈਂਦੇ ਹਾਂ ਸਿੱਖ ਵੋਟ ਪੋਲ ਹੋਈ ਹੋਵੇ, 10,000 ਹੋਈ ਹੋਵੇ, 10,000 ਚੋਂ ਵੀ ਕਿੰਨਾ ਸ਼ੇਅਰ ਮਿਲਿਆ, ਇਹ ਵੀ ਤਾਂ ਸੋਚਣ ਦਾ ਸਵਾਲ ਹੈ। ਬਾਕੀ ਛੱਡ ਦਿਓ ਕਿ ਦੂਜਾ ਪੋਲਰਾਈਜੇਸ਼ਨ ਹੈ, ਪੈਸੇ ਬਾਕੀ ਚੀਜ਼ਾਂ ਹੈਗੀਆਂ ਨੇ, ਇਹ ਗੱਲਾਂ ਨੂੰ ਤਾਂ ਸੋਚਣਾ ਪਏਗਾ। ਇਹੀ ਗੱਲਾਂ ਤਾਂ ਵਾਰ ਵਾਰ ਸਵਾਲ ਖੜਾ ਹੁੰਦਾ ਹੈ ਪੰਥਕ ਸਭਾ ਦੇ ਸਾਹਮਣੇ ਕਿ ਨਹੀਂ ਲੋਕ ਉਹ ਵੀ ਜਿਹੜੇ ਤੁਹਾਡੇ ਲਈ ਲੜ ਮਰਦੇ ਸੀਗੇ, ਤੁਹਾਡੇ ਲਈ ਜੇਲ੍ਹਾਂ ਜਾਂਦੇ ਸੀ, ਬਾਕੀ ਚੀਜ਼ਾਂ ਕਰਦੇ, ਹੁਣ ਉਹ ਇੱਕ ਵੋਟ ਦੀ ਪਰਚੀ, ਵੋਟ ਦੀ ਪਰਚੀ ਤਾਂ ਪੰਜਾਬੀ ਉਹੀ ਪਾ ਦਿੰਦਾ ਵੀ ਬੰਦਾ ਅੰਦਰ ਹੈ, 6,000 ਵਜੇ ਤਾਂ ਮਾੜੀ ਗੱਲ ਹੈ, ਫਿਰ ਆਪਾਂ ਪਰਚੀ ਹੋਇਆ ਇੱਕ ਪਾ ਦਿੰਦੇ ਹਾਂ, ਬੰਦਾ ਤਾਂ ਬਾਹਰ ਆ ਜਾਊਗਾ ਘੱਟੋ ਘੱਟ, ਲੋਕ ਇਸ ਲਈ ਵੀ ਤਾਂ ਪਾ ਦਿੰਦੇ ਨੇ ਨਾ ਜਿਹੜੀਆਂ ਵੋਟਾਂ, ਸਾਰਾ ਕੁਛ ਦਾਤੇ ਲਾ ਕੇ ਵਿਕਾਸ ਵਗੈਰਾ, ਜੇ ਹਮਦਰਦੀ ਦੇ ਤੌਰ ਤੇ ਵੀ ਵੋਟਾਂ ਉਸ ਲੈਵਲ ਤੇ ਪੈਂਦੀਆਂ ਨੇ। ਤੱਕੜੀ ਨੂੰ ਤਾਂ ਲੰਮੇ ਸਮੇਂ ਤੱਕ ਬਹੁਤ ਸਾਰੇ ਪੇਂਡੂ ਆਮ ਸਧਾਰਨ ਸਿੱਖਾਂ ਦੇ ਦਿਮਾਗ ਦੇ ਵਿੱਚ ਇਹ ਮੈਸੇਜ ਸੀ ਕਿ ਬਾਬੇ ਨਾਨਕ ਦੀ ਤੱਕੜੀ ਹੈ, ਅਕਾਲੀ ਦਲ ਉਹਦੀ ਰਿਪ੍ਰੈਜੈਂਟੇਸ਼ਨ ਕਰਦਾ, ਤਾਂ ਲੰਮਾ ਸਮਾਂ ਤੱਕ ਹੋ ਰਹੀ ਉਹ ਉੱਡ ਗਿਆ ਵਜੂਦ, ਕਿਉਂਕਿ ਤਾਂ ਤੱਕੜੀ ਗਲਤ ਹੱਥਾਂ ਚਲੀ ਗਈ, ਬਾਬੇ ਦੀ ਨਹੀਂ ਹੈ। ਇਹ ਕਿਵੇਂ ਬਣਿਆ, ਇਹ ਨੈਰੇਟਿਵ ਕਿਵੇਂ ਸਿਰਜਿਆ ਗਿਆ? ਸਧਾਰਨ ਬੰਦਾ ਕੋਈ ਕਿਸੇ ਇੱਕ ਗੱਲ ਦਾ ਸ਼ਿਕਾਰ ਆਇਆ ਤਾਂ ਨਹੀਂ ਹੁੰਦਾ ਕਿ ਉਹ ਬੰਦਿਆਂ ਨੂੰ ਹੁਣ ਸਮਝ ਹਟ ਗਈ, ਜਾਂ ਤੁਸੀਂ ਇਹ ਕਹੋ ਕਿ ਉਹ ਬੰਦੇ ਤਾਂ ਐਵੇਂ ਹੀ ਹੋ ਗਏ, ਖਰੀਦ ਲਏ ਗਏ, ਸਾਡੇ ਖਿਲਾਫ਼ ਨੈਰੇਟਿਵ ਗਲਤ ਪੁਣਤਾ। ਨੈਰੇਟਿਵ ਤਾਂ ਤੁਹਾਡੇ ਖਿਲਾਫ਼ 47 ਤੋਂ ਪਹਿਲਾਂ ਦਾ ਬੁਣਿਆ ਜਾ ਰਿਹਾ ਲਗਾਤਾਰ, ਉਦੋਂ ਬਾਅਦ ਵੀ ਲਗਾਤਾਰ ਬੁਣਿਆ ਜਾਂਦਾ ਰਿਹਾ, ਤੁਹਾਨੂੰ ਸਭ ਨੂੰ ਅੱਤਵਾਦੀ ਵੀ ਕਿਹਾ, ਸਭ ਕੁਝ ਕਿਹਾ, ਤੇ ਲੋਕ ਤੁਹਾਡੇ ਨਾਲ ਖੜੇ ਰਹੇ, ਲੋਕ ਉਹ ਹਟੇ ਨਹੀਂ ਹੈ ਤੁਹਾਡੇ ਨਾਲ ਉਸ ਪਰਸੈਂਟੇਜ ਤੋਂ। ਇਹੀ ਕੁਐਸਚਨ ਐਡਰੈਸ ਨਹੀਂ ਕਰਦੀ ਅਕਾਲੀ ਲੀਡਰਸ਼ਿਪ, ਉਹ ਕਹਿੰਦੀ ਆ ਵੀ ਸਾਡੇ ਤਾਂ ਵਿਰੋਧੀਆਂ ਨੇ ਨੈਰੇਟਿਵ ਸਾਡੇ ਖਿਲਾਫ਼ ਬਣਾਤਾ, ਕੁਝ ਪੱਤਰਕਾਰਾਂ ਨੇ ਬਣਾਤਾ, ਬੁੱਧੀਜੀਵੀਆਂ ਨੇ ਲਿਖ ਕੇ ਬੋਲ ਕੇ ਬਣਾਤਾ, ਤੁਸੀਂ ਦੋਸ਼ੀ ਲੱਭ ਰਹੇ ਹੋ ਤੁਹਾਡੇ ਕਿਹੜੇ ਕਿਹੜੇ ਨੇ, ਆਪਦੇ ਅੰਦਰ ਝਾਤੀ ਨਹੀਂ ਮਾਰ ਰਹੇ ਕਿ ਸਧਾਰਨ ਬੰਦੇ ਤੁਹਾਡੇ ਨਾਲ ਖੜੇ ਸੀ ਚਟਾਨ ਵਾਂਗ, ਉਹ ਕਿਉਂ ਦੂਰ ਹੋ ਗਏ, ਉਹਨਾਂ ਦੀ ਆਸਥਾ ਜਿਹੜੀ ਹੁੰਦੀ ਹੈ ਉਹ ਕਿਉਂ ਟੁੱਟ ਗਈ, ਇਹ ਸਭ ਤੋਂ ਬੜਾ ਕੁਐਸਚਨ ਹੈ।
ਜਦੋਂ ਤੋਂ ਤੁਸੀਂ ਦੂਜਿਆਂ ਵਾਂਗ ਹੀ ਕਰਪਟ ਹੋਣਾ ਸ਼ੁਰੂ ਹੋ ਗਏ, ਜਦੋਂ ਤੋਂ ਤੁਸੀਂ ਦੂਜਿਆਂ ਵਾਂਗ ਹੀ ਪਾਰਟੀ ਚਲਾਉਣਾ ਸ਼ੁਰੂ ਕਰਤੀ, ਜਦੋਂ ਤੋਂ ਦੂਜਿਆਂ ਵਾਂਗ ਹੀ ਸਾਰੀਆਂ ਟੋਟਲ ਚੀਜ਼ਾਂ ਤੁਹਾਡੀਆਂ ਦੇਖਣ ਨੂੰ ਮਿਲ ਗਈਆਂ, ਕੁਰਬਾਨੀ ਵਾਲੇ ਤੇ ਹੱਸਣ ਲੱਗ ਗਏ ਤੇ ਜਿਹੜਾ ਚੰਗਾ ਬੂਟਡ ਸੂਟਡ ਹੈ ਤੇ ਉਹਨੂੰ ਨਾਲ ਬਿਠਾਉਣ ਲੱਗ ਗਏ, ਜਦੋਂ ਤੁਹਾਡੇ ਤੇ ਐਲੀਗੇਸ਼ਨ ਲੱਗ ਗਏ ਰੇਤੇ ਦੇ, ਬਜਰੀ ਦੇ, ਸਾਰੀਆਂ ਚੀਜ਼ਾਂ ਦੇ, ਬਾਕੀਆਂ ਦੀ ਤਰ੍ਹਾਂ, ਉਹ ਚੀਜ਼ਾਂ ਨੂੰ ਕਿਵੇਂ ਠੀਕ ਕਰੋਗੇ? ਉਹ ਵੀ ਤਾਂ ਧੋਵੋਗੇ ਨਾ ਕਿਸੇ ਤਰੀਕੇ ਦੇ ਨਾਲ, ਨਹੀਂ ਤਾਂ ਇਹ ਗੱਲ ਨਹੀਂ ਚੱਲਣੀ। ਲੋਕ ਇਹੀ ਚਾਹੁੰਦੇ ਨੇ ਕਿ ਪੰਥਕ ਲੈਵਲ ਤੇ ਖਲਾਏ, ਅਜੇ ਲੀਡਰਸ਼ਿਪ ਚ ਖਲਾਏ ਟੋਟਲੀ, ਉਹ ਭਰਿਆ ਕਿਵੇਂ ਜਾਊਗਾ? ਬੜਾ ਔਖਾ ਕੰਮ ਹੈ ਜੇਕਰ ਬਦਲਿਆ ਨਾ। ਹੁਣ ਅਕਾਲ ਤਖ਼ਤ ਤੇ ਨਜ਼ਰਾਂ ਇਸੇ ਕਰਕੇ ਨੇ ਸਾਰੀਆਂ ਕਿ ਸ਼ਾਇਦ ਉਹਦੇ ਚੋਂ ਹੀ ਕੋਈ ਠੀਕ ਤਰੀਕੇ ਦਾ ਰਸਤਾ ਅਪਣਾ ਲਿਆ ਜਾਵੇ। ਇੱਕ ਮੌਕਾ, ਉਸ ਮੌਕੇ ਨੂੰ ਅਡਾਪਟ ਕਰਕੇ, ਉਸ ਮੌਕੇ ਨੂੰ ਦੇਖਦੇ ਹੋਏ ਜੇ ਅਕਾਲੀ ਲੀਡਰਸ਼ਿਪ ਮੋੜਾ ਕੱਟ ਲਏ ਜਾਂ ਕੋਈ ਨਵੀਂ ਲੀਡਰਸ਼ਿਪ ਮਰਜ ਉਹਦੇ ਵਿੱਚੋਂ ਨਾਲ ਹੋ ਜੇ ਕਿਸੇ ਨਾ ਕਿਸੇ ਲੈਵਲ ਦੀ, ਇਹ ਲੋਕਾਂ ਦੀ ਤਵੱਕੋ ਹੈਗੀ ਹੈ। ਬਾਕੀ ਤਾਂ ਖੈਰ ਸਮਾਂ ਆਪਣੀ ਤੌਰ ਚੱਲਦਾ ਚੱਲਦਾ ਰਹੂਗਾ। ਲੋਕ ਤਾਂ ਉੱਥੇ ਹੀ ਖਲੋਤੇ ਨੇ, ਬਦਲੇ ਤਾਂ ਇਹੀ ਨੇ, ਲੋਕ ਤਾਂ ਉੱਥੇ ਹੀ ਖਲੋਤੇ ਨੇ, ਵੈਕਿਊਮ ਕਾਇਮ ਆ। ਆਮ ਆਦਮੀ ਪਾਰਟੀ ਉਹ ਭਰ ਨਹੀਂ ਸਕੀ ਸੱਤਾ ਨਾਲ, ਥੋੜਾ ਬਹੁਤਾ ਜੋ ਇਹ ਕਰਦੇ ਸੀ ਸੱਤਾ ਚ ਆਮ ਆਦਮੀ ਪਾਰਟੀ ਉਹੀ ਕਰ ਰਹੀ ਆ। ਜਲੰਧਰ ਚ ਜਿਹੜੀ ਚੋਣ ਜਿੱਤੀ ਗਈ ਆ ਉਹ ਤਾਂ ਸੱਤਾ ਦੇ ਤਲਸਮ ਨਾਲ ਜਿੱਤੀ ਗਈ ਆ। ਅੱਜ ਮੁੱਖ ਮੰਤਰੀ ਸਾਹਿਬ, ਜਦੋਂ ਅਸੀਂ ਪ੍ਰੋਗਰਾਮ ਤੁਹਾਡੇ ਹੱਥਾਂ ਚ ਹੋਊਗਾ, ਮੁੱਖ ਮੰਤਰੀ ਸਾਹਿਬ ਵੱਲ ਆਮ MLA ਤੇ ਮੰਤਰੀ ਜਾ ਰਹੇ ਹੋਣਗੇ। ਉਹਨਾਂ ਨੇ ਅੱਜ ਦੁਪਹਿਰੇ 12 ਵਜੇ ਖਾਣਾ ਦਿੱਤਾ ਸਾਰਿਆਂ ਨੂੰ, ਤੇ ਖਾਣੇ ਦੇ ਦੌਰਾਨ ਸ਼ਾਬਾਸ਼ ਵੀ ਮਿਲੂਗੀ ਕਿ ਮਹਿੰਦਰ ਭਗਤ ਮੰਤਰੀ ਬਣਾਏ ਜਾਣਗੇ। ਇਹ ਰੌਲੇ ਕਾਫੀ ਦਿਨਾਂ ਦੇ ਸੀਗੇ ਹੀ ਚੱਲਦੇ, ਔਰ ਹੁਣ ਕੱਲ ਤੋਂ ਤਾਂ ਇਹ ਜ਼ਿਆਦਾ ਹੀ ਸਵਾਲ ਵੱਡਾ ਹੋ ਗਿਆ ਏਡੀ ਵੱਡੀ ਜਿੱਤ ਤੋਂ ਬਾਅਦ, ਕਿ ਕੀ ਇੱਕ ਦਲਿਤ ਵਜੋਂ ਮਹਿੰਦਰ ਭਗਤ ਨੂੰ ਔਰ ਇੰਨੇ ਵੱਡੇ ਮਾਰਜਨ ਨਾਲ ਜਿੱਤ ਤੋਂ ਬਾਅਦ ਮੰਤਰੀ ਬਣਾਇਆ ਜਾਊਗਾ? ਜਲੰਧਰ ਦੇ ਵਿੱਚ ਕੀ ਬਲਕਾਰ ਸਿੰਘ ਨੂੰ ਹਟਾਇਆ ਜਾਊਗਾ? ਔਰ ਇਸੇ ਤਰ੍ਹਾਂ ਮੈਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀਗੀ ਕਿ ਮੀਤ ਹੇਰ ਦੇ ਜਗ੍ਹਾ ਦੇ ਉੱਤੇ ਜਿਹੜਾ ਸਥਾਨ ਖਾਲੀ ਹੋਇਆ, ਲਾਡੀ ਢੋਸ ਨੂੰ ਬਣਾ ਸਕਦੇ ਆ ਜਿਹੜੇ ਧਰਮਕੋਟ ਤੋਂ MLA ਆਉਂਦੇ ਆ। ਚੀਜ਼ਾਂ ਜਿਹੜੀਆਂ ਉਹ ਅੱਗੇ ਉਵੇਂ ਹੀ ਵਿਸਥਾਰ ਲੈ ਰਹੀਆਂ। ਮੁੱਖ ਮੰਤਰੀ ਮੈਨੂੰ ਲੱਗਦਾ ਕਿ ਪਾਵਰ ਸ਼ੇਅਰ ਦੇ ਵਿੱਚ ਹੁਣ ਨੈਗੋਸੀਏਸ਼ਨ ਦੇ ਨਜ਼ਰੀਏ ਤੋਂ ਥੋੜਾ ਹੱਥ ਉੱਪਰ ਕਰਕੇ ਜਾਣਗੇ ਜੀ, ਤੇ ਜਿਹੜੀ ਇਹ ਸਥਿਤੀ ਜਿੱਤ ਵਾਲੀ ਸਥਿਤੀ ਆ ਇਹਨੂੰ ਬਰਕਰਾਰ ਰੱਖਣ ਲਈ ਵੀ ਤੁਰੰਤ ਰਣਨੀਤੀ ਬਣਾਉਣਗੇ ਨਾ ਜੀ ਅਗਲੇ ਬੰਨੇ, ਹੁਣ 4 ਜ਼ਿਮਨੀ ਚੋਣਾਂ ਤੇ ਬਾਕੀ। ਪਹਿਲੀ ਗੱਲ ਤਾਂ ਕੀ ਇਹ ਮਹਿੰਦਰ ਭਗਤ ਨੂੰ ਤੁਰੰਤ ਮੰਤਰੀ ਬਣਾ ਦੇਣਗੇ ਜੀ? ਮਹਿੰਦਰ ਭਗਤ ਇਸ ਵੇਲੇ ਸੈਂਟਰ ਪੁਆਇੰਟ ਬਣੇ ਹੋਏ ਆ ਜੀ ਸਾਰਿਆਂ ਦਾ। ਦੇਖੋ ਇਹ ਚੀਫ ਮਿਨਿਸਟਰ ਵਾਅਦਾ ਕਰਕੇ ਆਏ ਨੇ, ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੈ ਫਿਰ ਤਾਂ, ਹੋਰ ਤਾਂ ਕਹਿੰਦੇ ਨੇ ਚੀਫ ਮਿਨਿਸਟਰ ਨੇ ਮੰਤਰੀ ਬਣਾਉਣਾ ਜੇ ਬਣਾਉਣਾ ਚਾਹੁਣ, ਜੇ ਉਹਨਾਂ ਤੇ ਕਿਸੇ ਦਾ ਦਬਾਅ ਕੌਣ ਕਿ ਉਹ ਲੀਡਰ ਨੇ, ਇਕੱਲੇ ਲੀਡਰ ਨੇ ਜਿੱਤ ਕੇ ਆਏ ਨੇ ਔਰ ਲੋਕਾਂ ਨਾਲ ਵਾਅਦਾ ਕਰਕੇ ਆਏ ਨੇ, ਤੇ ਲੋਕ ਤਾਂ ਹੁਣ ਉਡੀਕਣਗੇ, ਉਦੋਂ ਬਾਅਦ ਅਗਲੀ ਫੇਰੀ ਮੁੱਖ ਮੰਤਰੀ ਤੋਂ ਜੁਹਾਰ ਸ਼ੁਰੂ ਕਰ ਦੇਣਗੇ ਵੀ ਸਾਡਾ ਮੰਤਰੀ ਕਿੱਥੇ ਹੈ ਜੇ MLA ਨਾ ਬਣ ਕੇ ਮੰਤਰੀ ਨਹੀਂ ਬਣਦਾ। ਹਾਲਾਂਕਿ ਅਜੇ ਚਲੋ ਮਹਿੰਦਰ ਭਗਤ ਉਹਨਾਂ ਨੂੰ ਸਰਟੀਫਿਕੇਟ ਮਿਲਿਆ, ਜੇ ਸਪੀਕਰ ਸਾਹਿਬ ਕੋਲ ਉਹਨਾਂ ਨੇ ਜਾਣਾ ਤੇ ਉੱਥੇ ਓਥ ਲੈਣੀ ਹੈ, MLA ਵੀ ਬਣ ਜਾਣਗੇ, ਪਰ ਮੰਤਰੀ ਤਾਂ ਬਿਨਾਂ ਉਸ ਤੋਂ ਵੀ ਬਣਾਇਆ ਜਾ ਸਕਦਾ ਹੁੰਦਾ 6 ਮਹੀਨੇ ਦੀ, ਉਹ ਤਾਂ ਚੋਣ ਜਿੱਤ ਗਏ ਨੇ, ਉਹ ਤਾਂ MLA ਬਣ ਹੀ ਗਏ ਨੇ ਹੁਣ, ਤੇ ਹੁਣ ਤਾਂ ਇਖਲਾਕੀ ਤੌਰ ਤੇ ਗੱਲ ਹੈ ਕਿ ਤੁਸੀਂ ਪਬਲਿਕ ਕਮਿਟਮੈਂਟ ਕੀਤੀ ਹੈ, ਪਬਲਿਕ ਕਮਿਟਮੈਂਟ ਨੂੰ ਜਿੰਨਾ ਕੁ ਤੁਸੀਂ ਤਵੱਜੋ ਦਿਓਗੇ ਉਹਨਾਂ ਤੇ ਨਿਰਭਰ ਹੈ। ਮੇਰੇ ਖਿਆਲ ਬਣਾ ਦੇਣਗੇ, ਕਿਉਂਕਿ ਦੂਜੇ ਪਾਸੇ ਵੀ ਇੱਕ ਪ੍ਰੋਬਲਮ ਖੜੀ ਹੋਈ ਹੈ। ਬਲਕਾਰ ਸਿੰਘ ਦੇ ਮਾਮਲੇ 'ਚ ਉਹਨਾਂ ਨੇ ਉੱਥੇ ਬੁਲਾਇਆ ਵੀ ਨਹੀਂ, ਕੰਪੇਨ ਨਹੀਂ ਕਰਾਈ, ਬਾਕੀ ਚੀਜ਼ਾਂ ਨਹੀਂ ਕਰਾਈਆਂ, ਤਾਂ ਇਸ ਲਈ ਨੰਬਰ ਲੱਗਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਕੰਪੈਰੇਟਿਵਲੀ। ਆਪਦੀ ਕਮਿਟਮੈਂਟ ਐਲਾਨ ਪਲੱਸ ਬਲਕਾਰ ਸਿੰਘ ਦਾ ਮਾਮਲਾ ਹੋ ਸਾਰਾ, ਫਿਰ ਉਹ ਜਿਹੜੇ ਇੱਕ ਦੋ ਵੀ ਜੋ ਵੀ ਬਣਾਉਣੇ ਨੇ ਡਿਸਐਪਲਿੰਗ ਹੋ ਗਏ। ਜਿਹੜਾ ਖਾਣਾ ਹੈ, ਜਿੰਨੀ ਕੁ ਖ਼ਬਰ ਹੈ, ਖ਼ਬਰ ਇਹ ਹੈ ਕਿ ਜਿਹੜੇ 23 ਬੰਦਿਆਂ ਦੇ MLA ਤੇ ਮੰਤਰੀਆਂ ਦੀ ਡਿਊਟੀ ਸੀ, ਜਿਹੜੀ ਪਹਿਲਾਂ ਵੀ 23 ਬੰਦਿਆਂ ਦੀ ਆਈ ਸੀ ਕਿ ਸ਼ਾਇਦ ਉਹ ਸੰਦੀਪ ਪਾਠਕ ਉਹਨਾਂ ਨੇ ਲਾਈ ਹੋਏਗੀ, ਜਦੋਂ ਕਿਹਾ ਸੀ ਅਸੀਂ ਆਪੇ ਹੀ ਲੜ ਲਾਂਗੇ, ਬੰਦੇ ਤਾਂ 23 ਉਹੀ ਰਹੇ, ਪਰ ਕਮਾਨ ਚੀਫ ਮਿਨਿਸਟਰ ਨੇ ਸਾਂਭ ਲਈ ਸੀ ਜਾ ਕੇ ਆਪਣੇ ਆਪ। ਉਹ ਅਖਬਾਰਾਂ ਚੋਂ ਵੀ ਸ਼ਾਇਦ ਗਾਇਬ ਗੁਬ ਹੋ ਗਈ ਜੀ, ਇਹ ਕਿਹਾ ਸੀ ਨਹੀਂ ਜੀ ਅਫੀਸ਼ਲ ਨਹੀਂ ਹੈ, 23 ਬੰਦੇ ਛਪੇ ਸੀਗੇ ਕਿ 23 ਬੰਦੇ ਆਹ ਆਈਡੈਂਟੀਫਾਈ ਕੀਤਾ, ਇਹਦਾ ਮਤਲਬ ਗੱਲ ਠੀਕ ਸੀਗੀ। ਜੇ ਅੱਜ ਦੀ ਖ਼ਬਰ ਵੀ ਇਸ ਗੱਲ ਨੂੰ ਸਾਬਤ ਕਰਦੀ ਹੈ, 23 ਨੂੰ ਬੁਲਾਇਆ ਗਿਆ, ਸਾਬਾਸ 23 ਨੂੰ ਲੈਣੀ ਹੈ, ਜਿਹਦੇ ਸੰਦੀਪ ਪਾਠਕ ਵੀ ਹੋਣਗੇ ਰਲ ਕੇ,
ਗੱਲ ਕਰਨੀ ਆ ਆਪਸ ਦੇ ਵਿੱਚ, ਤਾਂ ਇੱਕ ਤਾਂ ਉਹ ਪੈਚਅਪ ਵੀ ਹੈ ਪਾਰਟੀ ਤੇ ਚੀਫ ਮਿਨਿਸਟਰ ਦਾ, ਜਿਹੜਾ ਇੰਝ ਲੱਗਦਾ ਸੀਗਾ ਵੀ ਅਲੱਗ ਅਲੱਗ ਕੋਈ ਗੱਲ ਇਹੋ ਜਿਹੀ ਨਾ ਹੋਵੇ, ਤੇ ਚੀਫ ਮਿਨਿਸਟਰ ਹੁਣ ਇਹ ਕਹਿ ਸਕਣਗੇ ਕਿ ਜੀ ਠੀਕ ਹੈ ਭਾਵੇਂ ਲੋਕਾਂ ਨੂੰ ਉਹਨਾਂ ਨੇ ਦੱਸਤਾ ਕਿ ਮੇਰੀ ਅਗਵਾਈ 'ਚ ਹੀ ਆ ਮੈਂ ਸਾਰਾ ਕੁਛ ਕਰ ਸਕਦਾ, ਪਰ ਹੁਣ ਉਹ ਤੇਈਆਂ ਨੂੰ ਵੀ ਨਾਲ ਇੰਨਾ ਕੁ ਸ਼ਾਬਾਸ਼ ਦੇਣਗੇ ਵੀ ਸ਼ਾਬਾਸ਼ ਤੁਸੀਂ ਰਹੇ ਹੋ। ਜਦੋਂ ਪਾਰਟੀ ਜਿੱਤਦੀ ਹੈ ਤਾਂ 23 ਕਿਉਂ, ਜਦੋਂ ਪਾਰਟੀ ਜਿੱਤਦੀ ਹੈ ਉਦੋਂ ਤਾਂ ਸਭ ਨੂੰ ਹੀ ਖਾਣਾ ਕੀਤਾ ਜਾਂਦਾ ਹੁੰਦਾ ਤੇ ਉਹਨਾਂ ਦੇ ਸਾਹਮਣੇ ਹੀ ਸਨਮਾਨ ਹੁੰਦਾ ਸਭ ਦਾ, ਵੀ ਉਹ ਸਾਨੂੰ ਪਾਰਟੀ ਦੇ ਆਫਿਸ ਬੀਅਰਰ ਕੋਈ ਇਹਦਾ ਦਾਇਰਾ ਵੱਡਾ ਹੋਏਗਾ ਜਾਂ ਨਹੀਂ, ਸਾਰੇ MLA 92 ਦੇ 92 91 ਜੋ ਵੀ ਤੁਹਾਡੇ ਕੋਲ ਹੈਗੇ ਨੇ, ਤੇ ਉਹ ਵਿਚਾਰੇ ਫਿਰ ਇਹ ਦੇਖਣਗੇ ਕਿ ਸਾਨੂੰ ਵੀ ਡਿਊਟੀ ਕਿਉਂ ਨਹੀਂ ਲੱਗੀ ਜੀ, ਸਾਡੇ ਨਾਲ ਕੀ ਪ੍ਰੋਬਲਮ ਸੀ, ਤੁਸੀਂ ਕੋ ਲੰਬੀ ਤੋਂ ਚੱਕ ਕੇ ਗੁਰਮੀਤ ਸਿੰਘ ਖੁੱਡੀਆਂ ਜਲੰਧਰ ਲੈ ਜਾਂਦੇ ਹੋ, ਦੁਆਬੇ 'ਚ ਕਿੰਨੀ ਕੁ ਬੰਦਾ, ਦੁਆਬੇ 'ਚ ਹੋਰ MLA ਵੀ ਹੈਗੇ, ਆਲੇ ਦੁਆਲੇ ਹੋਰ ਚੀਜ਼ਾਂ ਵੀ ਹੋਣਗੀਆਂ ਵੱਖ ਵੱਖ, ਸਾਰਿਆਂ ਦੇ ਅੰਦਰ ਇੱਕ ਗੱਲ ਤਾਂ ਜਾਏਗੀ ਕਿ ਸਾਨੂੰ ਹੀ ਸਾਡੀ ਡਿਊਟੀ ਕਿਉਂ ਨਹੀਂ, ਵਜ੍ਹਾ ਕੀ ਹੈ ਵੱਖ ਵੱਖ ਕਾਰਨਾਂ ਦੇ ਵਿੱਚ। ਜਦੋਂ ਵੀ ਸਿਆਸਤ 'ਚ ਤੁਸੀਂ ਕੋਈ ਵੀ ਰੋਲ ਪਲੇ ਕਰਦੇ ਹੋ ਤਾਂ ਉਹਦੇ ਕਈ ਅਰਥ ਨਿਕਲਣੇ ਆਪਣੇ ਆਪ ਸ਼ੁਰੂ ਹੋ ਜਾਂਦੇ ਨੇ, ਬਾਕੀ ਗੱਲਾਂ ਬਾਕੀ ਆਪਸ਼ਨਾਂ ਤੁਸੀਂ ਵਿਚਾਰੀਆਂ ਹੁੰਦੀਆਂ ਨੇ ਨਹੀਂ ਵਿਚਾਰੀਆਂ ਹੁੰਦਾ ਉਹ ਅਲੱਗ ਹੈ, ਪਰ ਜਿਹੜੇ ਜਿਹੜੇ ਬੰਦੇ ਜੁੜੇ ਹੁੰਦੇ ਨੇ ਉਹਨਾਂ ਦੇ ਦਿਲਾਂ 'ਚ ਤਾਂ ਇਹ ਗੱਲ ਟੋਕਾ ਟਾਕੀ ਕਰਨਾ ਸ਼ੁਰੂ ਕਰ ਦਿੰਦੀ ਹੈ, ਤੇ ਜਾਂ ਹੀਣ ਭਾਵਨਾ ਆਉਣੀ ਵੀ ਮੈਂ ਤਾਂ ਉਸ ਲੈਵਲ ਦਾ ਬੰਦਾ ਨਹੀਂ ਹਾਂ, ਜਾਂ ਫਿਰ ਇਹ ਹੋਣਾ ਨਜ਼ਰਅੰਦਾਜ਼ ਨਜ਼ਰ ਆਉਣਾ ਕਿ ਯਾਰ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਅਸਲ ਦੇ ਵਿੱਚ ਗੱਲ। ਇਹ ਸਾਰੀਆਂ ਗੱਲਾਂ ਚੱਲਦੀਆਂ ਨੇ ਪਾਰਟੀਆਂ ਨੂੰ ਚਲਾਉਣਾ ਜਿੱਥੇ ਪਾਰਟੀਆਂ ਤੇ ਸਰਕਾਰਾਂ ਚਲਾਉਣਾ ਬੜਾ ਸੌਖਾ ਕੰਮ ਨਹੀਂ ਹੈ, ਤੇ ਇਹਨਾਂ ਗੱਲਾਂ 'ਚੋਂ ਨਾਰਾਜ਼ਗੀਆਂ ਤੇ ਗਰੁੱਪਬਾਜ਼ੀਆਂ ਵੀ ਬਣ ਜਾਂਦੀਆਂ ਨੇ, ਬਾਕੀ ਚੀਫ ਮਿਨਿਸਟਰ ਤੇ ਸਾਰੇ ਤਾਂ ਜ਼ਿਆਦਾ ਸਿਆਣੇ ਨੇ, ਸਾਡੇ ਅਸੀਂ ਤਾਂ ਦੂਰ ਬੈਠ ਕੇ ਗੱਪਸ਼ਪ ਮਾਰਦੇ ਹਾਂ, ਤੇ ਉਹਨਾਂ ਨੇ ਆਪਣੇ ਆਪ ਸੱਦਿਆ ਹੋਣਾ ਸਾਰਿਆਂ ਨੂੰ, ਜਿਹੜੇ ਵੀ ਸੱਦਣਗੇ ਕਿਹਦੀ ਕਿਹਦੀ ਪਿੱਠ ਤਾਪੜਨੀ ਹੈ, ਕਿਸੇ ਨੂੰ ਡਾਂਟਣਾ ਵੀ ਹੋਊਗਾ ਕਿ ਇਹਦਾ ਮਾੜਾ ਮੋਟਾ ਰੋਲ ਸ਼ਾਇਦ ਇਹੋ ਜਿਹਾ ਵੀ ਰਿਹਾ ਹੋਵੇ, ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੋਊ ਕਿ ਜਿਹੜੇ ਥਾਂ ਤੇ ਲੜਾਈ ਹੋਣਗੇ ਕਿ ਕਿਹਦੀ ਕੀ ਰੋਲ ਸੀ, ਕਿਹਦਾ ਕੀ ਰੋਲ ਸੀ। ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਕਿਸੇ ਨੂੰ ਹੁਣ ਫਾਰ ਗ੍ਰਾਂਟਡ ਨਹੀਂ ਲੈਣਾ। ਉਹਨਾਂ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਦੇਖਿਆ ਸੀ ਨਾ ਵੀ ਆਪਾਂ ਤਾਂ 13-0 ਕਰ ਦਿਆਂਗੇ, ਉਹ ਤੀਰ ਜੇ ਚਲਾ ਚਲੂ ਕੇ, ਇਸ ਵਾਰੀ ਮੈਨੂੰ ਲੱਗਦਾ ਕਿ ਉਹਨਾਂ ਨੇ ਗਰਾਊਂਡ ਤੇ ਇੱਕ ਰਣਨੀਤੀ ਬਣਾ ਕੇ ਕੰਮ ਕੀਤਾ ਹੈ। ਜਲੰਧਰ ਵੈਸਟ ਵਿੱਚ ਮੇਰਾ ਨਹੀਂ ਖਿਆਲ ਕਿ ਸਰਕਾਰ ਨਾਲ ਜੁੜਿਆ ਕਿਸੇ ਦਾ ਕੋਈ ਕੰਮ ਪੈਂਡਿੰਗ ਹੋਵੇ, ਸਭ ਦੇ ਕੀਤੇ ਨੇ ਉੱਥੇ ਵਟਸਐਪ ਗਰੁੱਪਾਂ ਦੇ ਵਿੱਚ। ਘੱਟੋ ਘੱਟ ਇਹ ਜ਼ਰੂਰ ਸੀ ਵੀ ਜੇ ਕੋਈ ਵੋਟਾਂ ਮੰਗਣ ਕਿਤੇ ਗਿਆ, ਅਗਲੇ ਨੇ ਕਿਹਾ ਤਾਂ ਕੰਮ ਆ, ਨਾਲ ਹੀ ਉਸੇ ਵਟਸਐਪ ਸਰਕਾਰ ਵਾਲੇ ਤੇ ਭੇਜ ਦਿੰਦੇ ਸੀ ਵੀ ਆਹ ਲਓ ਜੀ ਇਹ ਫਲਾਣੇ ਥਾਂ ਫਲਾਣੇ ਵਾਰਡ 'ਚ ਫਲਾਣਾ ਸਿੰਘ ਦਾ ਇਹ ਕੰਮ ਆ, ਸ਼ਾਮ ਤਾਂ ਕਹਿੰਦੇ ਕੰਮ ਹੋ ਜਾਂਦਾ ਸੀ। ਲੋਕਾਂ ਸੋਚਿਆ ਵੀ ਸਰਕਾਰ ਇੱਦਾਂ ਦੀ ਵੀ ਹੁੰਦੀ ਹੈ ਸਾਰੇ ਪੰਜਾਬ 'ਚ, ਜੇ ਕਿਤੇ ਸਹਮੀਰ ਸਿੰਘ ਜੀ ਇੰਜ ਹੋ ਜੇ ਸਿਸਟਮ ਦੇ ਵਿੱਚ ਕਰਪਸ਼ਨ ਰਹਿਤ, ਹਰੇਕ ਦਾ ਜੈਨੂਅਨ ਕੰਮ ਇੰਨੀ ਜਲਦੀ ਇੰਨੀ ਤੇਜ਼ੀ ਨਾਲ ਹੋਵੇ, ਇਹਨਾਂ ਨੂੰ ਲਾਹ ਕੌਣ ਸਕਦਾ ਜੀ? ਕਿਸੇ ਵੀ ਮੁੱਖ ਮੰਤਰੀ, ਮੈਂ ਇਹਨਾਂ ਦੀ ਗੱਲ ਨਹੀਂ ਕਰਦਾ, ਜਿਹੜਾ ਵੀ ਕੋਈ ਇੱਕ ਟ੍ਰਾਂਸਪੇਰੈਂਟ ਸਿਸਟਮ ਦੇ ਦੂਗਾ, ਪੰਜਾਬ ਦੇ ਲੋਕ ਤੇ ਬੜੀ ਦੇਰ ਤੇ ਵੇਖ ਰਹੇ ਹਨ ਅੱਡੀਆਂ ਚੁੱਕ ਚੁੱਕ ਕੇ ਵੀ ਕੋਈ ਚੱਜ ਦਾ ਕੰਮ ਕਰਦੇ। ਵੈਸੇ ਕਾਂਗਰਸ ਦੀ ਜਿੱਥੋਂ ਤੱਕ ਸਵਾਲ ਹੈ, ਚਲੋ ਮੁੱਖ ਮੰਤਰੀ ਸਾਹਿਬ ਅੱਜ ਥਾਪੜਾ ਦੇ ਕੇ ਨਾਲ ਨਵੀਆਂ ਡਿਊਟੀਆਂ ਵੀ ਲਾਉਣਗੇ, ਇਹ ਧਿਆਨ ਰੱਖਿਓ, ਛੁੱਟੀ ਛਾਟੀ ਮਾਰ ਲਓ, ਅਗਲੀ ਇਲੈਕਸ਼ਨ ਆਉਣ ਵਾਲੀ ਹੈ, ਉਦੋਂ ਆਪਾਂ ਇਕੱਠੇ ਹੋ ਕੇ ਇੱਦਾਂ ਹੀ ਯੁੱਧ ਲੜਨਾ ਹੈ, ਸਰਕਾਰ ਸਰਕੂਰ ਚਲਾਉਣ ਦਾ ਮਾਮਲਾ ਸੈਕੰਡਰੀ ਹੋ ਜਾਂਦਾ। ਖੈਰ ਕਾਂਗਰਸੀਆਂ ਦੇ ਵਿੱਚ ਵੀ ਬੜਾ ਅੰਦਰੇ ਅੰਦਰ ਨਿਰਾਸ਼ਾ ਹੈ, ਉਹਨਾਂ ਦੇ ਅੰਦਰ ਵੀ ਇਹ ਬੜਾ ਕਿ ਤੀਜੇ ਨੰਬਰ ਤੇ ਕਿਉਂ ਚਲੇ ਗਏ, 7 ਸੀਟਾਂ ਜਿੱਤ ਕੇ ਤਾਂ ਇੰਝ ਲੱਗਦਾ ਸੀ ਵੀ ਅਸੀਂ 27 ਚ ਆਏ ਕਿ ਆਏ, ਸਰਕਾਰ ਤਾਂ ਹੁਣ ਸਾਡੀ ਆ ਰਹੀ ਹੈ, ਸਾਰੇ ਭਰਮ ਪਾਲ ਕੇ ਬਹਿ ਗਏ ਸੀਗੇ। ਮੰਨਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਪਹਿਲੇ ਦਿਨ ਤੋਂ ਉੱਥੇ ਬੈਠੇ ਸੀਗੇ, ਚਰਨਜੀਤ ਸਿੰਘ ਚੰਨੀ ਜੇਕਰ ਇੰਨੇ ਵੱਡੇ ਮਾਰਜਨ ਨਾਲ ਪਾਰਲੀਮੈਂਟ ਜਿੱਤਦੇ, ਉਸ ਤੋਂ ਬਾਅਦ ਇਹ ਸੀਟ ਜਿੱਤ ਕੇ ਲੈ ਆਉਂਦੇ ਸੱਤਾ ਦੇ ਸਮਾਨ ਅੰਤਰ, ਤਾਂ ਮੇਰਾ ਖਿਆਲ ਉਹਨਾਂ ਨੂੰ ਅਗਲੇ ਮੁੱਖ ਮੰਤਰੀ ਵਜੋਂ ਪੇਸ਼ ਕਰਦੇ ਨਾ ਕਰਦੇ ਉਹ ਆਪਣੇ ਆਪ ਪੇਸ਼ ਹੋ ਜਾਣੇ ਸੀ 2 ਸਾਲ 27 ਤੋਂ ਪਹਿਲਾਂ ਪਹਿਲਾਂ। ਸੋ ਜੇ ਮੈਂ ਅੱਜ ਤੁਹਾਡੇ ਕੋਲੋਂ ਇਹ ਪੁੱਛਾਂ ਕਿ ਇਸ ਗੱਲ ਵਿੱਚ ਵਜਨ ਹੈ ਚਰਨਜੀਤ ਸਿੰਘ ਚੰਨੀ ਕਿਉਂਕਿ ਸੈਂਟਰ ਪੁਆਇੰਟ ਬਣ ਗਏ ਸੀ, ਬਾਕੀਆਂ ਨੇ ਉਨੀ ਸ਼ਿੱਦਤ ਨਾਲ ਮਿਹਨਤ ਨਹੀਂ ਕੀਤੀ, ਵੱਡੀ ਲੀਡਰਸ਼ਿਪ ਨੇ ਬਹੁਤ ਜ਼ਿਆਦਾ
ਮੋਟੀਵੇਟ ਨਹੀਂ ਕੀਤਾ ਆਪਣੇ ਜਿੰਨੇ ਵੀ ਲੀਡਰ ਸੀ ਕਿ ਤੁਸੀਂ ਉੱਥੇ ਜਲੰਧਰ ਵੈਸਟ ਵਿੱਚ ਕੰਮ ਕਰੋ। ਚੰਨੀ ਇਕੱਲੇ ਫਸ ਗਏ ਤੇ ਆਖਰੀ 2-3 ਦਿਨ ਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਸਰਕਾਰ ਹੁਣ ਅੰਨੀ ਤਾਕਤ ਦੀ ਵਰਤੋਂ ਕਰ ਰਹੀ ਹੈ, ਇੱਥੇ ਹੁਣ ਔਖਾ ਹੈ। ਸੋ ਮਤਲਬ ਇੱਕ ਤਰ੍ਹਾਂ ਨਾਲ ਚੰਨੀ ਵੀ ਇਹ ਹਾਰ ਮੰਨ ਚੁੱਕੇ ਸੀ, ਕਾਂਗਰਸੀਆਂ ਤੇ ਮੰਨ ਹੀ ਲਈ ਸੀ ਜੀ ਇੱਕ ਦਿਨ ਪਹਿਲਾਂ, ਆਪਾਂ ਵੀ ਗੱਲ ਕੀਤੀ ਸੀ ਕਿ ਕਹਿੰਦੇ ਨਹੀਂ ਉਹ ਇਸ ਲਈ ਮੰਨ ਲਈ ਜਦੋਂ ਤੁਸੀਂ ਫਾਈਟ ਚ ਹੁੰਦੇ ਹੋ ਉਦੋਂ ਤਾਂ ਤੁਹਾਨੂੰ ਡਿਊਟੀਆਂ ਵਰਕਰਾਂ ਦੀਆਂ ਲਾਉਣੀਆਂ ਪੈਂਦੀਆਂ ਨੇ, ਹਰ ਮਹੱਲੇ ਚ ਕੋਈ ਵੰਡ ਨਾ ਜਾਵੇ, ਸਰਕਾਰ ਆਹ ਨਾ ਕਰਦੇ ਆਹ ਨਾ ਕਰਦੇ, ਉਹ ਫਾਈਟਿੰਗ ਸਪਿਰਿਟ ਤਾਂ ਨਜ਼ਰ ਨਹੀਂ ਆਈ ਐਜ ਏ ਆਰਗੇਨਾਈਜੇਸ਼ਨ। ਲੀਡਰਾਂ ਦੇ ਚਿਹਰੇ ਨਜ਼ਰ ਆਏ ਨੇ, ਪਰ ਜਿਹੜੀ ਜਥੇਬੰਦਕ ਇੱਕ ਤਾਕਤ ਹੁੰਦੀ ਹੈ ਤੁਹਾਡੀ ਸਰਕਾਰਾਂ ਦੇ ਉਹਨਾਂ ਮੌਕੇ ਦੇ ਗੱਲਾਂ ਨੂੰ ਰੋਕਣ ਦੀ, ਜੇ ਕਿਸੇ ਨੂੰ ਬਰਾਈਬ ਕੀਤਾ ਜਾਂਦਾ, ਕਿਸੇ ਨੂੰ ਕੁਛ ਵੰਡਿਆ ਜਾਂਦਾ, ਕਿਸੇ ਦੇ ਕੁਛ, ਉਹ ਤਾਂ ਅਜੇ ਬੀਜੇਪੀ ਵਾਲੇ ਸੀਤਲ ਅੰਗਰਾਲ ਚ ਨਜ਼ਰ ਆਈ ਹੈ, ਚਾਹੇ 100 ਉਹਦੇ ਚ ਨੁਕਸ ਜੋ ਵੀ ਮਰਜ਼ੀ ਹੋਣਗੇ, ਉਹਨਾਂ ਨੇ ਤਾਂ ਇੱਕ ਬੰਦਾ ਵੀ ਫੜਿਆ ਜੀ, ਆਹ ਬੰਦਾ ਦੇਖੋ ਅਸੀਂ ਫੜ ਲਿਆ, ਆਹ ਦੇਖੋ ਆਹ ਕਰ ਰਹੇ ਨੇ ਆਹ ਕਰ ਰਹੇ ਨੇ, ਇੱਕ ਫਾਈਟਿੰਗ ਸਪਿਰਿਟ ਨਜ਼ਰ ਤਾਂ ਆਈ ਨਾ ਜਿਹੜੀ ਵੀ ਹੈ, ਤੇ ਇੱਧਰ ਤਾਂ ਫਾਈਟਿੰਗ ਸਪਿਰਿਟ ਉਸ ਪੱਧਰ ਦੀ ਤਾਂ ਨਜ਼ਰ ਨਹੀਂ ਆਈ ਕਿ ਪਾਰਟੀ ਲੜ ਰਹੀ ਹੈ, ਪਾਰਟੀ ਦਾ ਵਰਕਰ ਹੈ ਖੜਾ ਤੁਰਿਆ ਫਿਰਦਾ ਲੜ ਰਿਹਾ ਝਗੜ ਰਿਹਾ, ਜਿੱਥੇ ਕਿਤੇ ਰੌਲਾ ਪੈ ਰਿਹਾ, ਸਾਹਮਣੇ ਤੱਥ ਰੱਖ ਰਿਹਾ ਕਿ ਇੱਥੇ ਜਾ ਕੇ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ, ਬਿਨਾਂ ਕਿਸੇ ਇੱਕ ਗੈਂਗਸਟਰ ਨੂੰ ਪੈਰੋਲ ਮਿਲੀ ਸੀ, ਉਹ ਚਰਨਜੀਤ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਪੈਰੋਲ ਖਤਮ ਹੋ ਗਈ, ਪਤਾ ਨਹੀਂ ਹੁਣ ਉਹ ਕਿਵੇਂ ਲਿਆਂਦਾ ਕੀ ਹੈ, ਉਹਦਾ ਤਾਂ ਇੱਕ ਅਲੱਗ ਗੱਲ ਸੀ, ਪਰ ਜਿਹੜੇ ਦੂਜੇ ਸਾਰੇ ਕੰਮ ਸੀ ਕਿ ਆਹ ਅਫਸਰ ਇੱਥੇ ਬੈਠੇ ਹੋਏ ਨੇ, ਆਹ ਗਰੁੱਪ ਨੇ, ਆਏ ਕੰਮ ਹੋ ਰਹੇ ਨੇ, ਆਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ, ਕੋਈ ਚਿੱਠੀਆਂ ਕਿੰਨੀਆਂ ਇਲੈਕਸ਼ਨ ਕਮਿਸ਼ਨ ਨੂੰ ਗਈਆਂ, ਕੋਈ ਗਈਆਂ, ਕਦੇ ਕੋਈ ਜਵਾਬ ਆਇਆ, ਕਦੇ ਕੋਈ ਗੱਲ ਹੋਈ, ਜੇ ਜਵਾਬ ਨਾ ਆਉਂਦੇ ਤਾਂ ਮਤਲਬ ਕਾਂਗਰਸ ਇਹ ਕਹਿੰਦੀ ਨਜ਼ਰ ਆਉਂਦੀ ਵੀ ਇਲੈਕਸ਼ਨ ਕਮਿਸ਼ਨ ਸੁਣ ਨਹੀਂ ਰਿਹਾ, ਸਰਕਾਰ ਦੇ ਨਾਲ ਇਹੋ ਜਿਹਾ ਵੀ ਕੁਝ ਨਜ਼ਰ ਨਹੀਂ ਆਇਆ। ਔਰ ਇਹਦਾ ਮਤਲਬ ਇਹੀ ਆ ਕਿ ਜਿੰਨੇ ਵੀ ਸੱਜਣ ਨੇ ਕਾਂਗਰਸ ਚ ਕਈ ਬੰਦੇ ਨੇ ਇਹੋ ਜਿਹੇ ਜਿਹਨਾਂ ਨੂੰ 27 ਹੀ ਦਿੰਦੀ ਹੈ ਤੇ 27 ਤੋਂ ਪਹਿਲਾਂ ਚੀਫ ਮਿਨਿਸਟਰੀ ਦਿੰਦੀ ਹੈ, ਰੋਜ਼ ਸੌਂਦੇ ਹੋਣਗੇ, ਸੁਪਨੇ 'ਚ ਤਾਂ ਚੀਫ ਮਿਨਿਸਟਰ ਰੋਜ਼ ਬਣਦੇ ਨੇ ਜਿਹੜੇ ਆਪੋ ਆਪਣੇ ਦੇ, ਪਰ ਚੀਫ ਮਿਨਿਸਟਰੀ ਤੱਕ ਜਾਣ ਦੇ ਲਈ ਵੀ ਤਾਂ ਕੁਝ ਗੱਲ ਹੋਣੀ ਚਾਹੀਦੀ ਹੈ ਨਾ, ਕੋਈ ਇਕੱਠ ਕੋਈ ਸਿਸਟਮ, ਪਹਿਲਾਂ ਹੀ ਲੋਕਾਂ ਦੇ ਕਾਂਗਰਸ ਦੇ ਇੱਕ ਧੜੇ ਨੇ, ਇੱਕ ਗਰੁੱਪ ਨੇ, ਗਰੁੱਪ ਨਾ ਕਹੋ ਉਹਨਾਂ ਦੇ ਇੰਡੀਵਿਜੁਅਲ ਲੀਡਰਸ਼ਿਪ ਚੋਂ ਕੁਝ ਬੰਦਿਆਂ ਨੇ ਲਗਾਤਾਰ ਕਿਹਾ ਕਿ ਇਹ ਵੀ ਕੋਈ ਜਿੱਤ ਨਹੀਂ ਹੈ 47, ਤੇ ਇਦੋਂ ਜ਼ਿਆਦਾ ਆਪਾਂ ਜਿੱਤ ਸਕਦੇ ਸੀ, ਇਹਦਾ ਰਿਵਿਊ ਕਰੋ, ਆਪਾਂ 37 ਸੀਟਾਂ ਤੇ ਅੱਗੇ ਹਾਂ, ਅਜੇ ਅਸੈਂਬਲੀ ਤੋਂ ਦੂਰ ਆ ਬਹੁਤ, ਲੋਕਾਂ ਨਾਲ ਸਾਡਾ ਓਨਾ ਰਾਬਤਾ ਨਹੀਂ ਜਿੰਨਾ ਹੋਣਾ ਚਾਹੀਦਾ, ਤੇ ਪਰ ਉਹਦੇ ਤੇ ਰਿਵਿਊ ਨਹੀਂ ਹੋਇਆ ਉਸ ਮਾਮਲੇ ਦੇ ਵਿੱਚ। ਰਿਵਿਊ ਕਿਉਂ ਨਹੀਂ ਹੋਇਆ? ਕਿਉਂਕਿ ਸਾਰੇ ਆਉਂਦੇ ਹੀ ਆਪਣਾ ਆਪਣਾ ਏਰੀਆ ਫਿਰ ਦੇਖਿਆ ਜਾਣਾ ਸੀ, ਤੇਰਾ ਕੀ ਹੈ ਤੇਰਾ ਕੀ ਹੈ, ਇੱਥੇ ਕਿਉਂ ਹੋਇਆ, ਉਦੋਂ ਵੀ ਇਹੀ ਗੱਲਾਂ ਹੋਈਆਂ, ਇੰਡੀਵਿਜੁਅਲਿਜ਼ਮ ਹੋ ਗਿਆ, ਜਿਹੜਾ ਲੀਡਰ ਜਿੱਥੇ ਖੜਾ ਸੀ ਉਹਦੇ ਪੁਰਾਣੇ ਹਲਕੇ ਦੇ ਸਾਰੇ ਬੰਦੇ ਉਹਦੇ ਨਾਲ ਚਲੇ ਗਏ ਦੂਜੀ ਸੀਟਾਂ ਤੇ, ਤੇ ਬਹੁਤ ਬੰਦੇ ਇਸ ਕਰਕੇ ਵੀ ਹਾਰ ਗਏ, ਕਈ ਬੰਦੇ ਮਤਲਬ ਉਹਨਾਂ ਦੇ ਹੁਣ ਵੀ ਗੇੜਾ ਮਾਰਨਾ, ਚਿਹਰਾ ਦਿਖਾਉਣਾ, ਪ੍ਰੈਸ ਕਾਨਫਰੰਸ ਕਰਨੀ ਇੱਕ ਗੱਲ ਹੁੰਦੀ ਹੈ, ਪਰ ਉੱਥੇ ਸਿਰ ਜੋੜ ਕੇ ਇੱਕ ਐਜ ਏ ਟੀਮ ਗੱਲ ਕਰਨੀ ਦੂਜੀ ਗੱਲ ਹੈ। ਬਿਲਕੁਲ ਇਹ ਗੱਲ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਤੁਸੀਂ ਜ਼ੋਰ ਨਹੀਂ ਲਾਇਆ ਉੱਥੇ ਉਸ ਪੱਧਰ ਦਾ, ਵੀ ਚਲੋ ਚੰਨੀ ਹੈਗਾ, ਚੰਨੀ ਵੀ ਆਪਣੇ ਆਪ ਇੰਚਾਰਜ ਬਣ ਕੇ ਗਏ, ਮੈਨੂੰ ਲੱਗਦਾ ਬਣਾਇਆ ਵੀ ਨਹੀਂ ਕਿਸੇ ਨੇ ਸੀਗਾ, ਉਹਨਾਂ ਨੂੰ ਲੱਗਿਆ ਮੈਂ ਇੱਥੋਂ ਪਾਰਲੀਮੈਂਟ ਜਿੱਤਿਆ ਤੇ ਮੈਂ ਜਾ ਕੇ ਹੁਣ ਕਰ ਲੈਣਾ, ਸ਼ਾਇਦ ਉਹਨਾਂ ਨੂੰ ਹੋਵੇ ਵੋਟ ਆਈ ਪੈਂਦੀ ਹੈ, ਕੋਈ ਨਹੀਂ ਪੈ ਜੂਗੀ। ਦੂਜੀ ਗੱਲ, ਇੱਕ ਹੋਰ ਕਰੈਕਟਰ ਜਿਹੜੇ ਕਾਂਗਰਸ ਦੇ ਵਿੱਚ ਨੇ, ਰਾਣਾ ਗੁਰਜੀਤ ਜੀ, ਇਦੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਵੀ ਰਾਣਾ ਗੁਰਜੀਤ ਦਾ ਹੀ ਲਿਆਂਦਾ ਬੰਦਾ ਮੰਨਿਆ ਜਾਂਦਾ, ਜਦੋਂ ਕਾਂਗਰਸ ਚ ਲਿਆਂਦਾ ਸੀ ਪਹਿਲਾਂ ਤੇ ਕਾਂਗਰਸ ਲੜਾਈ ਸੀ ਸਾਰਾ ਕੁਝ, ਰਾਣਾ ਗੁਰਜੀਤ ਦਾ ਥਾਪੜੇ ਨਾਲ ਹੀ ਉਹ ਪੋਲੀਟੀਕਲ ਚ ਪੌੜੀ ਚੜ ਰਿਹਾ ਸੀ, 22 ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਲੈ ਗਈ, ਤੇ ਉਦੋਂ ਵੀ ਲੋਕਾਂ ਨੇ ਕਿਹਾ ਇੱਕ ਲੈਵਲ ਦੀ ਕੋਈ ਗੱਲ ਹੋ ਰਹੀ ਹੈ ਉਸ ਪੱਧਰ ਦੇ ਉੱਤੇ, ਤੇ ਉਦੋਂ ਬਾਅਦ ਹੁਣ ਵੀ ਰਾਣਾ ਗੁਰਜੀਤ ਨਹੀਂ ਸੀਗੇ ਕਿਤੇ ਦਿਸਦੇ, ਉਹਨਾਂ ਦਾ ਇਲਾਕਾ ਸੀਗਾ, ਤੇ ਉਹ ਸ਼ਾਇਦ ਫੌਰਨ ਕੋਈ ਬਹੁਤ ਜ਼ਰੂਰੀ ਕੰਮ ਸੀ ਜਾਂ ਨਹੀਂ ਸੀ ਇਲੈਕਸ਼ਨ ਤੋਂ ਬਿਨਾਂ, ਮੇਰੇ ਖਿਆਲ ਪੋਲੀਟੀਕਲ ਲੀਡਰ ਲਈ ਇਦੋਂ ਵੱਧ ਕੰਮ ਨਹੀਂ। ਔਰ ਰਾਣਾ ਗੁਰਜੀਤ ਨੂੰ ਕੀ ਲੱਗਦਾ ਹੈ, ਉਹਨਾਂ ਨੇ ਔਨ ਰਿਕਾਰਡ ਕਿਹਾ ਸੀ ਇਦੋਂ ਪਹਿਲਾਂ ਕਿ ਮੈਂ ਕੀ ਕਰਨਾ, ਮੇਰੀ ਤਾਂ ਕਿਸੇ ਨੇ ਡਿਊਟੀ ਨਹੀਂ ਕਿਤੇ ਲਗਾਈ ਕਿਸੇ ਨੇ,
ਕਿਸੇ ਨੇ ਮੈਨੂੰ ਕਿਹਾ ਫਲਾਨੀ ਜਗ੍ਹਾ ਕਰਨਾ ਪਾਰਲੀਮੈਂਟ ਵੇਲੇ ਵੀ ਜਾਂ ਬਾਕੀ ਜਗ੍ਹਾ ਵੀ, ਮੈਂ ਤਾਂ ਠੀਕ ਹੈ ਫਿਰ ਮੈਂ ਜਿਹੜੀ ਪਿਛਲੀ ਸੀਗੀ ਜਿਮਨੀ ਚੋਣ, ਉਹਦੇ ਚ ਉਹਨਾਂ ਨੂੰ ਇੰਚਾਰਜ ਬਣਾਇਆ ਸੀ ਜਿੱਥੇ ਆਮ ਆਦਮੀ ਪਾਰਟੀ ਜਿੱਤ ਗਈ ਸੀ। ਹਾਂਜੀ ਹਾਂ, ਉਹਦੇ ਤੇ ਵੀ ਇੱਕ ਲੈਵਲ ਤੇ ਇਹ ਗੱਲਾਂ ਉੱਠਦੀਆਂ ਰਹੀਆਂ ਕਿ ਸ਼ਾਇਦ ਉਸ ਲੈਵਲ ਦੀ ਗੱਲ ਨਹੀਂ ਹੋਈ, ਕੋਈ ਕੰਪਰੋਮਾਈਜ਼ਿੰਗ ਸਥਿਤੀ ਹੈ, ਕੋਈ ਗੱਲ ਹੈ, ਇਹ ਗੱਲਾਂ ਹੁੰਦੀਆਂ ਰਹੀਆਂ ਨੇ ਆਲੇ ਦੁਆਲੇ ਕਾਂਗਰਸ ਸਫਾ ਚ ਹੁੰਦੀਆਂ ਰਹੀਆਂ ਨੇ ਕਿ ਪ੍ਰੋਪਰਲੀ ਬਾਈ ਇਲੈਕਸ਼ਨ ਉਹ ਨਹੀਂ ਲੜੀ ਗਈ। ਪਰ ਜਦੋਂ ਪਾਰਲੀਮੈਂਟ ਦੀ ਜਨਰਲ ਚੋਣ ਸੀ ਉਦੋਂ ਤਾਂ ਉਹਨੇ ਇਹ ਕਿਹਾ ਨਾ ਕਿ ਮੈਨੂੰ ਕਿਹੜਾ ਉਹ ਕੀਤਾ, ਕਿਉਂਕਿ ਅਨੰਦਪੁਰ ਸਾਹਿਬ ਤੋਂ ਲੜਨ ਦੇ ਵੀ ਉਹ ਸੀ, ਕਿਸੇ ਕੋਈ ਸੀਟ ਦਾ ਇੰਚਾਰਜ ਵਿਧੀਵਤ ਲਾਉਣਾ ਹੁੰਦਾ ਕਿਸੇ ਨੂੰ ਕੁਛ, ਉਹ ਕਹਿੰਦੇ ਮੈਨੂੰ ਤਾਂ ਕਿਸੇ ਨੇ ਕਿਹਾ ਨੀ, ਨਾ ਪੰਜਾਬ ਦੇ ਵਿੱਚ ਕਿਤੇ ਹੋਰ ਕੰਪੇਅਰ ਕਰਨ ਲਈ ਕਿਹਾ, ਪਾਰਟੀ ਨੇ ਅਫੀਸ਼ੀਅਲ ਡਿਊਟੀ ਲਈ, ਨਾ ਕਿਸੇ ਹੋਰ। ਆਪਾਂ ਕੀ ਕੀਤਾ, ਆਪਾਂ ਆਪਣੇ ਵਾਲੀ ਤੇ ਚੱਲੇ, ਉੱਥੋਂ ਜਿਤਾਤਾ ਹੈ ਆਪਾਂ ਆਪਣਾ ਬੰਦਾ, ਫਿਰ ਵੀ ਮਾੜਾ ਮੋਟਾ ਜਿਵੇਂ ਵੀ ਹੋਇਆ ਆਪਾਂ ਤਾਂ ਜਿਤਾ ਹੀ ਦਿੱਤਾ ਜਿੰਨਾ ਕੁ ਸੀਗਾ, ਬਾਕੀ ਜਗ੍ਹਾ ਕੀ ਹੈ। ਤਾਂ ਪਾਰਟੀ ਸਟਰਕਚਰ ਕੀ ਹੈ, ਇਹ ਉਹ ਬੰਦਿਆਂ ਨੂੰ ਪਿੰਨ ਪੁਆਇੰਟ ਕਰਕੇ ਖੜਾਉਂਦਾ ਕਿਉਂ ਨਹੀਂ, ਜਿਹਨਾਂ ਨੂੰ ਲੱਗਦਾ ਕਿ ਇਹਦਾ ਅਸਰ ਹੈ, ਇਹ ਬੰਦੇ ਆਰਗੇਨਾਈਜ਼ਰ ਨੇ, ਸਗੋਂ ਉੱਥੇ ਖੜਾ ਕੇ ਸੁਪਰਵਾਈਜ਼ ਕਰਨਾ ਚਾਹੀਦਾ ਪਾਰਟੀ ਨੂੰ ਫਿਰ ਹੋਰ, ਕਿ ਵਾਕਈ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ। ਜੇ ਤੁਸੀਂ ਬੰਦਿਆਂ ਨੂੰ ਐਂ ਛੱਡ ਦਿੰਦੇ ਹੋ ਖੁੱਲੇ, ਆਪੀ ਕਰ ਲਓ ਜਿੰਨਾ ਕਰਨਾ ਹੈ, ਅੱਜ ਦੇ ਮਾਹੌਲ 'ਚ ਆਪੀ ਉੱਪੀ ਤਾਂ ਨਹੀਂ ਕੋਈ ਕਰਦਾ ਜਿੰਨਾ ਚਿਰ, ਜਾਂ ਤਾਂ ਉਹਨਾਂ ਦਾ ਕੋਈ ਇੰਟਰਸਟ ਹੋਵੇ ਜਾਂ ਕੋਈ ਗੱਲ ਹੋਵੇ, ਪੋਲੀਟੀਕਲ ਸਿਸਟਮ ਹੀ ਐਵੇਂ ਬਣ ਗਿਆ ਉਸ ਪੱਧਰ ਦੇ ਉੱਤੇ ਜਾ ਕੇ। ਹਾਂ, ਉਹਨਾਂ ਨੂੰ ਪਤਾ ਸੀ ਕਿ ਚੰਨੀ ਦੇ ਮਾਮਲੇ, ਚੰਨੀ ਨਾਲ ਉਹਨਾਂ ਨੇ ਦੋ ਚਾਰ ਮੀਟਿੰਗਾਂ, ਚੰਨੀ ਨਾਲ ਗਏ ਵੀ ਇੱਕ ਦੋ ਵਾਰ ਉਸੇ ਪਾਰਲੀਮੈਂਟ ਦੇ ਮਾਮਲੇ ਦੇ ਵਿੱਚ ਜਦੋਂ ਜਨਰਲ ਇਲੈਕਸ਼ਨ ਸੀ, ਤੇ ਬਾਕੀ ਜਗ੍ਹਾ ਨਹੀਂ। ਇਹ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਕਿਹੋ ਜਿਹਾ, ਡਿਊਟੀ ਕੌਣ ਲਾਉਂਦਾ, ਜਾਂ ਪ੍ਰਧਾਨ ਤੇ ਲੀਡਰ ਆਫ ਅਪੋਜੀਸ਼ਨ ਦੋਨਾਂ ਨੇ ਬੈਠਣਾ ਹੁੰਦਾ ਮੇਨਲੀ ਤਾਂ ਸਟੇਟ ਦੇ ਵਿੱਚ, ਤਾਂ ਸਟੇਟ ਦੀ ਇਲੈਕਸ਼ਨ ਤਾਂ ਉਹਨਾਂ ਨੇ ਬਣਾਉਣੀ ਹੈ। ਉਹ ਮੀਟਿੰਗ ਹੋ ਕੇ ਕਿਵੇਂ ਡਿਊਟੀਆਂ ਲੱਗੀਆਂ, ਕਿਹਨੂੰ ਕਿੱਥੇ ਲਾਇਆ, ਕਿੰਨੇ ਦਿਨ ਕੀ ਕਰੂਗਾ, ਕਿਹਨੂੰ ਕਿੰਨੇ ਵਾਰਡ ਵੰਡੇ, ਕਿਹਨੂੰ ਕੀ ਵੰਡਿਆ, ਇਹ ਤਾਂ ਖਬਰਾਂ 'ਚ ਕਦੇ ਨਜ਼ਰ ਹੀ ਨਹੀਂ ਆਇਆ। ਲੋਕਲ ਬੰਦੇ ਨਹੀਂ ਤਾਂ ਇਹ ਚੀਜ਼ਾਂ ਕਵਰ ਕਰਦੇ ਹੁੰਦੇ ਨਾ ਵੀ ਆਹ ਫਲਾਨੇ ਬੰਦੇ ਇੱਥੇ ਬੈਠੇ ਨੇ, ਫਲਾਨੇ ਬੰਦੇ ਆਹ ਕਰ ਰਹੇ ਨੇ, ਫਲਾਨੇ ਬੰਦੇ ਆਹ ਕਰ ਰਹੇ ਨੇ। ਤਾਂ ਕਾਂਗਰਸ ਦੇ ਬਾਰੇ ਇੱਕ ਨੋਰਮਲੀ ਉਹ ਗੱਲ ਹੈ, ਕਾਂਗਰਸ ਹੀ ਆਪ ਅੰਦਰੂਨੀ ਕਹਿੰਦੇ ਨੇ ਕਿ ਜਦੋਂ ਵੀ ਮਰਨਾ ਹੁੰਦਾ ਕਾਂਗਰਸ ਨੇ, ਹਾਰਨਾ ਹੁੰਦਾ ਬਾਕੀ ਚੀਜ਼ਾਂ ਨੇ, ਉਹ ਬਾਹਰ ਤੋਂ ਜ਼ਿਆਦਾ ਅਸੀਂ ਆਪਣੇ ਆਪ ਹੀ ਆਪਣੇ ਜਿਹੜੇ ਜੁੰਡੋ ਜੁੰਡੀ ਹੁੰਦੇ ਹਾਂ ਅਤੇ ਆਪਸ ਦੇ ਵਿੱਚ ਕਲੈਸ਼ ਹੁੰਦਾ, ਹੁਣ ਥੋੜ੍ਹਾ ਜਿਹਾ ਸਿਵਲਾਈਜ਼ਡ ਹੋ ਜਾਂਦਾ, ਰੌਲਾ ਨਹੀਂ ਪੈਂਦਾ ਅਤੇ ਉਹੀ ਉਦਾਸੀਨ ਹੋ ਜਾਓ, ਉਹ ਵੀ ਕਿਹੋ ਜਿਹਾ ਤਰੀਕਾ, ਤੇ ਹਾਰ ਜਾਂਦੀ ਹੈ ਕਾਂਗਰਸ, ਬਸ ਉਸ ਤਰੀਕੇ ਦੇ ਨਾਲ ਲੜਾਈ ਨਹੀਂ ਲੜਦੀ। ਇਹਦੇ ਬਾਰੇ ਕਾਂਗਰਸ ਨੂੰ 27 ਦਾ ਸੁਪਨਾ ਲੈਣ ਤੋਂ ਪਹਿਲਾਂ ਆਪਣਾ ਪਾਰਟੀ ਦਾ ਕਮਾਂਡ ਕਿਹਦੇ ਕੋਲ ਹੋਏਗੀ, ਕਿਵੇਂ ਹੋਏਗੀ, ਤੇ ਫਿਰ ਉਹ ਕਮਾਂਡ ਮੁਤਾਬਕ ਬਾਕੀ ਲੋਕ ਚੱਲਦੇ ਨੇ, ਨਹੀਂ ਚੱਲਦੇ, ਕਮਾਂਡ ਦੇ ਵੀ ਦਿੰਦੇ ਹੋ ਤੁਸੀਂ, ਜੇ ਨਹੀਂ ਚੱਲਦੇ ਬਾਕੀ ਬੰਦੇ ਫਿਰ ਕੀ ਕਰ ਲੈਂਦੇ ਹੋ। ਨਵਜੋਤ ਸਿੱਧੂ ਦਾ ਇੰਨਾ ਸਮਾਂ ਕੀ ਕਰ ਲਿਆ ਕਿਸੇ ਨੇ, ਠੀਕ ਹੈ ਉਹ ਛੱਡ ਕੇ ਇਸ ਲਈ ਚਲਾ ਗਿਆ ਵੀ ਮੈਨੂੰ ਤੁਸੀਂ ਬਣਾਉਂਦੇ ਤਾਂ ਕੁਛ ਹੈ ਨਹੀਂ, ਆਪਾਂ ਚੱਲਦੇ ਹਾਂ ਫਿਰ, ਹੁਣ ਮੇਰੇ ਹੱਥ 'ਚ ਕਮਾਂਡ ਨੂੰ ਤਾਂ ਅਫੀਸ਼ੀਅਲੀ ਤਾਂ ਦਿੰਦੇ ਨਹੀਂ, ਆਪਦੀਆਂ ਰੈਲੀਆਂ ਵੀ ਕੀਤੀਆਂ, ਆਪਣੀਆਂ ਬਾਕੀ ਕੰਮ ਵੀ ਕੀਤੇ, ਤੇ ਇਸੇ ਢੰਗ ਨਾਲ ਦੂਜੇ ਵੀ ਬੰਦੇ, ਵੱਡੇ ਵੱਡੇ ਲੀਡਰਾਂ ਨੂੰ ਤਾਂ ਕੁਝ ਨਹੀਂ ਹੁੰਦਾ ਕਿ ਦੂਜੇ ਦੇ ਖਿਲਾਫ਼ ਦੇ ਵੀ ਦੇਣ, ਬਿਆਨਬਾਜ਼ੀ ਕਰੀ ਜਾਣ, ਕੋਈ ਫਰਕ ਨਹੀਂ ਪੈਂਦਾ। ਫਿਰ ਇਹਦੇ 'ਚੋਂ ਲੋਕਾਂ ਨੂੰ ਕਿਵੇਂ ਲੱਗੂਗਾ ਕਿ ਕੋਈ ਪਾਰਟੀ ਰਨ ਕਰ ਰਹੀ ਹੈ ਠੀਕ ਤਰੀਕੇ ਨਾਲ, ਚੱਲ ਰਹੀ ਹੈ, ਇਹ ਬਹੁਤ ਬੜਾ ਕੁਐਸਚਨ ਮਾਰਕ ਕਾਂਗਰਸ ਤੇ ਹੈ, ਉਹਦੀ ਲੀਡਰਸ਼ਿਪ ਤੇ ਕਾਰਗੁਜ਼ਾਰੀ ਤੇ ਵੀ ਹੈਗਾ। ਤੁਸੀਂ ਰਾਣਾ ਗੁਰਜੀਤ ਦੀ ਗੱਲ ਕੀਤੀ ਆ, ਅਗਲੇ ਨੇ ਆਨੰਦਪੁਰ ਸਾਹਿਬ ਮੰਗਿਆ, ਤੁਸੀਂ ਦਿੱਤਾ ਨਹੀਂ, ਉੱਥੋਂ ਤੁਹਾਡਾ ਕੈਂਡੀਡੇਟ ਚੰਗਾ ਭਲਾ ਸੀ ਫਿਰ ਵੀ ਨਹੀਂ ਜਿੱਤ ਸਕਿਆ। ਦੂਜੇ ਬੰਨੇ ਤੁਸੀਂ ਹੁਣ ਉਹਨਾਂ ਨੂੰ ਉਹਨਾਂ ਦੇ ਇਹ ਗੱਲ ਤੁਸੀਂ ਬਹੁਤ ਅਹਿਮ ਕੀਤੀ ਹੈ ਕਿ ਜਿਹੜੇ ਬੰਦੇ ਟਿਕਟਾਂ ਦੀ ਵੰਡ ਵੇਲੇ ਬੈਠੇ ਸੀਗੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਆਊਗੀ। ਉਸ ਤੋਂ ਬਾਅਦ ਉਹੀ ਦੋ ਵਿਅਕਤੀ ਜਿਨ੍ਹਾਂ ਨੇ ਸਟੇਟ ਦੇ ਵਿੱਚ ਅੱਗੇ ਵਧਣਾ ਸੀਗਾ, ਉਹਨਾਂ ਨੇ ਕਿੱਥੇ ਕਿਹਦੀ ਡਿਊਟੀ ਲਾਈ, ਇਹ ਵੀ ਗੱਲ ਤਾਂ ਅਹਿਮ ਆ ਕਿ ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ। ਜੇ ਕਿਸੇ ਨੂੰ ਜ਼ਿੰਮੇਵਾਰੀ ਰਿਟਰਨ 'ਚ ਦਿਓਗੇ ਉਹ ਨਹੀਂ ਕਰੇਗਾ, ਕਿਉਂਕਿ ਅੰਦਾਜ਼ਾ ਹੁੰਦਾ ਕਿ ਕਿਸ ਖਿੱਤੇ ਵਿੱਚ ਕਿਸ ਬੰਦੇ ਦਾ ਰੋਲ ਵਧੀਆ ਹੋ ਸਕਦਾ, ਵੱਡਾ ਹੋ ਸਕਦਾ। ਹੁਣ ਕਾਂਗਰਸ ਦਾ ਸੰਕਟ ਇਹ ਵੀ ਆ ਕਿ 6-7 ਵੱਡੇ ਲੀਡਰ ਬਣ ਗਏ ਨੇ,
ਜਿਨ੍ਹਾਂ ਦੇ ਕੱਦ ਕਾਫੀ ਨੇ, ਲੜਾਈ ਦੇ ਵਿੱਚ ਕੌਣ ਕਿੱਧਰੋਂ ਕਿੱਧਰ ਨੂੰ ਖਿੱਚ ਕੇ ਲੈ ਜਾਏ ਕੋਈ ਪਤਾ ਨਹੀਂ। ਸੋ ਇਹ ਲੜਾਈ ਹੋਰ ਵੱਡੀ ਹੋਊਗੀ, ਛੋਟੀ ਨਹੀਂ ਹੋਣ ਵਾਲੀ, ਜੁਗਾੜਬੰਦੀਆਂ ਚੱਲਦੀਆਂ ਰਹਿਣਗੀਆਂ। ਆਖਿਰ ਦੇ ਵਿੱਚ ਚੱਲਦੇ ਆ, ਕੇਂਦਰ ਔਰ ਵਿਰੋਧੀ ਧਿਰਾਂ ਦੇ ਵਿੱਚ ਇੱਕ ਰੌਲਾ ਤਾਂ ਰੈਗੂਲਰ ਚੱਲਦਾ, ਕੋਈ ਨਾ ਕੋਈ ਇਸ਼ੂ ਤਾਂ ਆ ਹੀ ਜਾਂਦੇ ਨੇ। ਹੁਣ ਵੇਣੂਗੋਪਾਲ, ਕੇ ਸੀ ਵੇਣੂਗੋਪਾਲ ਜਿਹੜੇ ਕਿ ਇਹਨਾਂ ਦੇ ਸੈਕਟਰੀ ਨੇ, ਕਾਂਗਰਸ ਦੇ ਬੜੇ ਪਾਵਰਫੁੱਲ ਨੇ, ਗਾਂਧੀ ਪਰਿਵਾਰ ਦੇ ਬੜੇ ਨੇੜੇ ਨੇ, ਆਫਿਸ ਸੈਕਟਰੀ ਵੀ ਨੇ ਸ਼ਾਇਦ, ਉਹਨਾਂ ਦੇ ਆਰਗੇਨਾਈਜੇਸ਼ਨ ਨੂੰ ਵੀ ਦੇਖਦੇ ਆ। ਹਾਂਜੀ ਹਾਂਜੀ, ਆਰਗੇਨਾਈਜੇਸ਼ਨ ਦੇ ਸੈਕਟਰੀ ਹੈਗੇ ਨੇ, ਔਰ ਉਹਨਾਂ ਦਾ ਫੋਨ ਹੈਕ ਹੋਣ ਦੀ ਗੱਲ ਇਹ ਆਪਣੇ ਆਪ ਦੇ ਵਿੱਚ। ਤੇ ਦੂਜਾ ਜਿਹੜਾ ਇਸੇ ਤਰ੍ਹਾਂ ਭਾਰਤ ਸਰਕਾਰ ਵੱਲੋਂ ਜਿਹੜੇ 3 ਨਵੇਂ ਕ੍ਰਿਮੀਨਲ ਕਾਨੂੰਨ ਬਣਾਏ ਗਏ ਨੇ, ਉਹਨਾਂ ਦੇ ਉੱਤੇ ਗੈਰ ਭਾਜਪਾਈ ਸਰਕਾਰਾਂ ਵੱਖ ਵੱਖ ਸਟੇਟਾਂ 'ਚ ਜਿਹੜੀਆਂ, ਉਹਨਾਂ ਦਾ ਵਿਰੋਧ ਅੱਗੇ ਲਗਾਤਾਰ ਵਧਣਾ, ਇਹ ਦੋ ਚੀਜ਼ਾਂ ਨੂੰ ਜ਼ਰੂਰ ਐਡਰੈਸ ਕਰ। ਬਿਲਕੁਲ, ਇਹ ਤਾਂ ਜਿਹੜਾ ਫੋਨ ਟੇਪਿੰਗ ਦਾ ਜਿਵੇਂ ਪਹਿਲਾਂ ਅੱਗੇ ਮਾਮਲਾ ਹੁੰਦਾ ਸੀ, ਹੁਣ ਫੋਨ ਟੇਪਿੰਗ ਤਾਂ ਪੁਰਾਣੀ ਹੋ ਗਈ ਗੱਲ ਜੀ। ਹੁਣ ਤਾਂ ਉਹ ਨਵਾਂ ਕਹਿੰਦੇ ਨੇ ਸਪਾਈਵੇਅਰ ਜਿਹੜਾ ਆਇਆ ਨਾ, ਉਹ ਤਾਂ ਕਹਿੰਦੇ ਨੇ ਵੀ ਜਿਹੜਾ ਇਲਜ਼ਾਮ ਲਾਇਆ ਕੇ ਸੀ ਵੇਣੂਗੋਪਾਲ ਨੇ, ਇਦੋਂ ਪਹਿਲਾਂ ਪੈਗਾਸਸ ਦੇ ਜਿਹੜਾ ਸੋਫਟਵੇਅਰ ਦੀ ਗੱਲ ਪਾਰਲੀਮੈਂਟ 'ਚ ਬਹੁਤ ਰੌਲਾ ਪਿਆ ਸੀ, ਇਹਦੀ ਜਾਂਚ ਸੁਪਰੀਮ ਕੋਰਟ ਤੱਕ ਹੋਈ, ਬਾਕੀ ਕਮੇਟੀ ਬਣੀ, ਉਹਦੇ 'ਚ ਕੁਝ ਕਲੈਰਿਟੀ ਨਾਲ ਨਹੀਂ ਨਿਕਲਿਆ। ਗਵਰਨਮੈਂਟ ਆਫ ਇੰਡੀਆ ਨੇ ਬਹੁਤ ਡਿਟੇਲ ਕੁਝ ਦਿੱਤਾ ਵੀ ਨਹੀਂ, ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਨਹੀਂ ਸੀ ਕੋਈ ਬਹੁਤ ਵਿਸਥਾਰਤ ਹਲਫਨਾਮਾ ਦਿੱਤਾ, ਪਰ ਇੱਕ ਕਮੇਟੀ ਬਣ ਗਈ, ਕਮੇਟੀ ਉੱਥੇ ਹੀ ਖੜੀ ਹੈ ਕਿ ਕੀ ਹੈ, ਬਹੁਤਾ ਫਾਈਂਡਿੰਗ 'ਚ ਨਹੀਂ ਆਈਆਂ। ਪਰ ਇਸ ਮਾਮਲੇ ਦੇ ਵਿੱਚ ਵੀ ਹੁਣ ਦੁਬਾਰਾ ਹੋਇਆ, ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਕੋਈ ਬਾਹਰੋਂ ਤੁਹਾਡੇ, ਉਹ ਕਹਿੰਦੇ ਨੇ ਵੀ ਸਾਨੂੰ ਅਲਰਟ ਆਇਆ ਉਹਨਾਂ ਦੇ ਫੋਨ ਦੇ ਉੱਤੇ ਕਿ ਕੋਈ ਬਾਹਰੋਂ ਤੁਹਾਡੇ ਉਹਦੇ 'ਚ ਇੰਜੈਕਟ ਕਰਨ ਦੀ ਟਰਾਈ ਕਰ ਰਿਹਾ, ਹੈਕ ਕਰਨ ਦੀ ਟਰਾਈ ਕਰ ਰਿਹਾ ਤੁਹਾਡੇ ਫੋਨ ਦੇ ਵਿੱਚ, ਜਿਹੜੀਆਂ ਸਾਰੀਆਂ ਮਾਮਲੇ ਨੇ। ਇਹ ਗੱਲ ਵੈਸੇ ਹੀ ਨਹੀਂ ਉਹਨਾਂ ਨੇ ਕਿਹਾ ਵੀ ਧੰਨਵਾਦ ਜੀ ਤੁਸੀਂ ਮੇਰੇ ਮੈਨੂੰ ਇਹ ਮਤਲਬ ਸੂਚਨਾ ਦਿੱਤੀ ਹੈ ਤੇ ਸਰਕਾਰ ਇਹ ਕਰ ਰਹੀ ਹੈ ਮੇਰੇ ਤੇ ਮੈਂ ਉਹਦਾ ਵੀ ਧੰਨਵਾਦ ਕਰਦਾ, ਤੇ ਉਹ ਪਤਾ ਨਹੀਂ ਕੀ ਕਰ ਰਹੀ ਹੈ ਵਿੱਚ, ਬਾਕੀ ਤਾਂ ਗੱਲਾਂ ਉਹਨਾਂ ਨੇ ਵੈਸੇ ਉਹ ਕੀਤੀਆਂ ਨੇ। ਪਰ ਸਵਾਲ ਇਹ ਹੈ ਕਿ ਇਹ ਗੱਲ ਐਵੇਂ ਨਹੀਂ ਕਹੀ ਜਾ ਸਕਦੀ, ਇਹਦੇ ਪਿੱਛੇ ਲੌਜਿਕ ਨੇ। ਸਭ ਤੋਂ ਬੜਾ ਲੌਜਿਕ ਇੱਕ ਹੈ, ਜਿਹੜਾ ਭੀਮੇ ਕੌਰੰਗ ਦੇ ਮਾਮਲੇ 'ਚ ਕੇਸ ਸੀਗੇ, ਉਹਦੇ 'ਚ ਰੋਨਾ ਵਿਲਸਨ ਜਿਹੜੇ ਉਸੇ ਕੇਸ 'ਚ ਅੰਦਰ ਨੇ, ਜਿਹਦੇ ਤੋਂ ਬਾਕੀ ਫੜੇ ਗਏ ਨੇ ਸਾਰੇ ਬੰਦੇ ਜਿਹਨੂੰ ਆਧਾਰ ਬਣਾ ਕੇ, ਉਹ ਦੋ ਵਾਰ ਦੁਨੀਆ ਦੀ ਬਹੁਤ ਇੰਪੋਰਟੈਂਟ ਲੈਬ 'ਚੋਂ ਦੇ ਰਾਹੀਂ ਉਹਦਾ ਜਿਹੜਾ ਟੈਸਟ ਹੋ ਕੇ ਆ ਗਿਆ ਉਹਨਾਂ ਦਾ ਲੈਪਟਾਪ, ਉਹ ਇਹ ਕਹਿੰਦੇ ਨੇ ਦੋਨੇ, ਔਰ ਉਹ ਹਾਈ ਕੋਰਟ 'ਚ ਵੀ ਤੱਕ ਵੀ ਚਲਾ ਗਿਆ, ਟ੍ਰਾਇਲ ਕੋਰਟ 'ਚ ਵੀ ਦਿੱਤਾ, ਜਾਂ ਉਹਨੂੰ ਰਿਜੈਕਟ ਕਰੋ ਆਪਣੀ ਕਿਸੇ ਅਦਾਲਤ ਦੇ, ਆਪਣੀ ਕਿਸੇ ਲੈਬੋਰੇਟਰੀ ਦੇ ਥਰੂ, ਲੈਬ ਦੇ ਥਰੂ, ਜਿਹੜੀਆਂ ਸਾਈਬਰ ਲੈਬ ਨੇ ਤੁਹਾਡੇ ਕੋਲ ਇਸ ਲੈਬ ਦੀਆਂ, ਜਾਂ ਐਕਸੈਪਟ ਕਰ ਲਓ ਕਿ ਤੱਥ ਹੈ ਤੁਹਾਡੇ ਕੋਲ, ਅਮਰੀਕਾ ਦੀ ਉਹ ਲੈਬ ਦੁਨੀਆ 'ਚ ਮੰਨੀ ਜਾਂਦੀ ਹੈ ਤੇ ਲਾਸਟ ਕਹਿੰਦੇ ਨੇ ਕਿ ਉਹਦੇ ਥਰੂ ਉਹਦੀਆਂ ਸਾਰੀ ਦੁਨੀਆ 'ਚ ਫਾਈਂਡਿੰਗ ਮੰਨੀਆਂ ਜਾਂਦੀਆਂ ਨੇ। ਉਹਨੇ ਕਿਹਾ ਸੀਗਾ ਕਿ ਕਿਹੜੀਆਂ ਡੇਟਾਂ ਨੂੰ ਕਾਫੀ ਪਹਿਲਾਂ ਇੱਕ ਮੇਲ ਬਾਹਰੋਂ ਉਹਦੇ ਉੱਥੇ ਪਾ ਦਿੱਤੀ ਗਈ ਉਹਦੇ ਲੈਪਟਾਪ ਦੇ ਵਿੱਚ, ਨਾਲ ਇਹ ਵੀ ਕਿਹਾ ਕਿ ਉਹਨੂੰ ਪਤਾ ਨਹੀਂ ਹੈ ਤੇ ਉਹਨੇ ਖੋਲਿਆ ਹੀ ਨਹੀਂ ਲੈਪਟਾਪ ਉਹਦੇ ਤੱਕ, ਉਹ ਗੁਪਤ ਤਰੀਕੇ ਦੇ ਨਾਲ ਅੰਦਰ ਰੱਖ ਦਿੱਤੀ ਗਈ, ਉਹ ਬੰਦੇ ਨੇ ਨਹੀਂ ਖੋਲੀ, ਉਸੇ ਦੇ ਵਿੱਚੋਂ ਅੱਗੇ ਬਾਕੀਆਂ ਨੂੰ ਚਲੀ ਗਈ ਉਹ ਮੇਲ, ਉੱਥੋਂ ਉਹਦੇ ਲੈਪਟਾਪ ਤੋਂ ਬਾਹਰ ਬੈਠ ਕੇ ਤੁਸੀਂ ਦੇਖੋ ਦੂਜਿਆਂ ਨੂੰ ਪਾ ਦਿੱਤੀ ਗਈ ਮੇਲ। ਉਹ ਇੱਕ ਕੇਸ ਬਣਿਆ ਕਿ ਸਾਰੇ ਸਾਜਿਸ਼ ਸ਼ਾਮਲ ਨੇ ਪ੍ਰਾਈਮ ਮਿਨਿਸਟਰ ਦੀ ਜਾਨ ਲੈਣ ਦੇ ਮਾਮਲੇ ਦੇ ਵਿੱਚ, ਬਹੁਤ ਬੜਾ ਕੇਸ ਬਣ ਗਿਆ ਇਹ, 5-5 ਸਾਲ ਤੋਂ ਬੰਦੇ ਅੰਦਰ ਨੇ, 4-4 ਸਾਲ ਤੋਂ, ਇੱਕ ਦੋ ਤਾਂ ਮਰੀ ਗਏ ਕਿਸੇ ਨੂੰ, ਹੁਣ ਸੁਧਾ ਭਾਰਦਵਾਜ ਵਰਗਿਆਂ ਨੂੰ, ਗੌਤਮ ਨੌਲ ਲਖੇ ਨੂੰ, ਇੱਕਾ ਦੁੱਕਾ ਨੂੰ ਹੁਣ ਜ਼ਮਾਨਤ ਮਿਲੀ ਹੈ ਸੁਪਰੀਮ ਕੋਰਟ ਤੱਕ ਜਾ ਕੇ ਉਹ ਸਾਰੇ ਮਾਮਲੇ 'ਚ, ਫਿਰ ਵੀ ਕਿਹਾ ਕਿ ਤੁਸੀਂ ਮੁੰਬਈ ਛੱਡ ਕੇ ਨਹੀਂ ਜਾਓਗੇ, ਬਾਕੀ ਅਜੇ ਉਹ ਚੀਜ਼ਾਂ ਨੇ।
ਇਹ ਸਾਰੇ ਨੋਰਮਲੀ ਸੋਸ਼ਲ ਐਕਟਿਵਿਸਟ ਸੀ, ਟ੍ਰਾਈਬਲ ਲੋਕਾਂ 'ਚ ਕੰਮ ਕਰਦੇ ਸੀ, ਬਾਕੀ ਚੀਜ਼ਾਂ ਸਾਰੀਆਂ ਵਿਦੇਸ਼ੋਂ ਪੜ੍ਹ ਕੇ ਆਏ ਬੰਦੇ ਨੇ ਬਹੁਤੇ, ਔਰ ਸਾਰੀ ਸਾਰੀ ਲਾਈਫ ਲਾਤੀ ਹੈ ਕਈਆਂ ਨੇ, ਉਹਨਾਂ ਦਾ ਹਿਸਟੋਰੀਕਲ ਪਿਛੋਕੜ ਵੀ ਇਹੋ ਜਿਹਾ ਕਿ ਤਿੰਨ ਤਿੰਨ ਪੀੜ੍ਹੀਆਂ ਤੋਂ ਸੇਵਾਦਾਰ ਨੇ ਲਗਭਗ ਉਹੋ ਜਿਹੇ ਬੰਦੇ ਨੇ, ਉਸ ਕੱਦ ਦੇ ਜਿਹੜੇ ਅਲੀਟ ਪਰਿਵਾਰਾਂ ਦੇ ਬੰਦੇ ਨੇ, ਕੋਈ ਐਵੇਂ ਨਹੀਂ ਹੈ ਕਿ ਨੋਰਮਲ ਛੋਟੇ ਮੋਟੇ ਕੋਈ ਗੱਲ ਬੰਦੇ ਕਿਤੋਂ ਉੱਠਿਆ ਜੀ, ਉਹਨੂੰ ਕਹਿਤਾ ਇਹਨੂੰ ਅਰਬਨ ਨਕਸਲੀ, ਇਹਨੂੰ ਫਲਾਨਾ, ਜੋ ਵੀ ਮਰਜ਼ੀ ਕਹੋ। ਤੇ ਜੇ ਉਹ ਗੱਲ ਵਾਪਰ ਸਕਦੀ ਹੈ ਤਾਂ ਮਤਲਬ ਹੁਣ ਸੋਫਟਵੇਅਰ ਇਹੋ ਜਿਹਾ ਹੋ ਗਿਆ ਕਿ ਕਿਸੇ ਨਾਲ ਵੀ ਇਹ ਗੱਲ ਕਿਸੇ ਦਾ ਵੀ ਕੋਈ ਟਾਈਪ ਹੋ ਸਕਦਾ। ਇਹ ਬਹੁਤ ਨਿੱਜਤਾ ਦੇ ਅਧਿਕਾਰ ਦਾ ਉਹਨਾਂ ਨੇ ਗੱਲ ਕੀਤੀ ਹੈ। ਵੇਣੁਗੋਪਾਲ ਨੇ ਕਿਹਾ ਕਿ ਮੈਂ ਪ੍ਰਾਈਵੇਸੀ ਦਾ ਜਿਹੜਾ ਮੇਰਾ ਅਧਿਕਾਰ ਹੈ ਇਹ ਉਹਦੇ ਤੇ ਹਮਲਾ ਸਮਝਦਾ, ਇਹ ਨਹੀਂ ਹੈ ਠੀਕ, ਇਹਨੂੰ ਅਸੀਂ ਉਹਨੂੰ ਉਠਾਇਆ ਜਾਣਾ ਚਾਹੀਦਾ, ਇਹ ਮੁੱਦਾ ਉੱਠੂਗਾ, ਆਪੋਜੀਸ਼ਨ ਇਹਨੂੰ ਪ੍ਰਵਾਨ ਨਹੀਂ ਕਰੂਗੀ। ਇੱਕ ਤਾਂ ਇਹ ਕਲੈਸ਼ ਹੋਣਾ ਹੀ ਹੋਣਾ ਉਸ ਲੈਵਲ ਦੇ ਉੱਤੇ, ਹੁਣ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆਏਗਾ ਸ਼ਾਇਦ ਉਹਦੇ 'ਚ ਵੀ ਇਹ ਮੁੱਦਾ ਵੱਡੇ ਪੱਧਰ ਦੇ ਉੱਤੇ ਉੱਠੇ। ਇਹਨਾਂ ਚੀਜ਼ਾਂ ਤੋਂ ਸ਼ਾਇਦ ਗੁਰੇਜ਼ ਹੀ ਕਰਨਾ ਚਾਹੀਦਾ, ਪਾਰਲੀਮੈਂਟ ਨੂੰ ਡਿਸਕਸ ਕਰਨੀ ਚਾਹੀਦੀ ਹੈ ਵੀ ਇਹੋ ਜਿਹਾ ਕੋਈ ਹੈ ਜਾਂ ਉਹਦੇ ਫਿਰ ਨੋਰਮ ਕੀ ਬਣਨੇ ਚਾਹੀਦੇ ਨੇ, ਜੇ ਕਿਸੇ ਦਾ ਟ੍ਰਿਪ ਹੋਣਾ ਤੇ ਕਿਹੜੀ ਅਥਾਰਟੀ ਦੀ ਅਪਰੂਵਲ ਨਾਲ ਹੋਣਾ, ਉਹ ਤੋਂ ਬਿਨਾਂ ਨਹੀਂ ਹੋਣਾ। ਵੱਖ ਵੱਖ ਚੀਜ਼ਾਂ ਸੀ ਪਹਿਲਾਂ ਵੀ ਫੋਨ ਟੇਪ ਤੇ, ਉਹ ਮੰਨਿਆ ਜਾਂਦਾ ਸੀ ਵੀ ਜੇ ਕਿਸੇ ਨੇ ਕਰਨਾ ਤਾਂ ਹੋਮ ਸੈਕਟਰੀ ਦਾ ਆਰਡਰ, ਫਲਾਨੇ ਦਾ ਆਰਡਰ, ਫਲਾਨੇ ਦਾ ਇੱਕ ਹਾਇਰਾਰਕੀ ਬਣੀ ਹੋਈ ਸੀ ਤਾਂ ਕਿ ਪਤਾ ਰਹਿੰਦਾ ਸੀ ਕਿ ਰਿਕਾਰਡ ਕੌਣ ਕਿਹਦਾ ਹੋ ਰਿਹਾ ਕਿਹਦਾ ਨਹੀਂ ਹੋ ਰਿਹਾ। ਦੂਜਾ ਸਵਾਲ ਉਹ ਕਾਨੂੰਨਾਂ ਦਾ, ਜਿਹੜੇ ਕਾਨੂੰਨ ਜਿਨ੍ਹਾਂ ਨੂੰ ਇੱਕ ਨਵੇਂ ਧਰਮ 'ਚ ਹੁਣ ਉਹ ਕਿਸਾਨਾਂ ਨਾਲ ਤੋਂ ਬਾਅਦ ਕਾਲੇ ਕਾਨੂੰਨ ਹੀ ਕਹਿਣ ਲੱਗੇ ਨੇ ਲੋਕ ਆਪਣੀ ਭਾਸ਼ਾ ਦੇ ਵਿੱਚ, ਤੇ ਉਹ ਸਭ ਤੋਂ ਬੜਾ ਸਵਾਲ ਉਹਦੇ ਤੇ ਇਹੀ ਉੱਠਦਾ ਕਿ 146 MP ਪਾਰਲੀਮੈਂਟ ਤੋਂ ਕੱਢੇ ਹੋਏ ਸੀ ਤੇ ਉਦੋਂ ਬਾਅਦ ਤੁਸੀਂ ਉਹ ਪਾਸ ਕਰ ਗਏ, ਉਹ ਵੈਸੇ ਹੀ ਡੈਮੋਕ੍ਰੈਟਿਕ ਦੀ ਡੈਮੋਕ੍ਰੈਟਿਕ ਐਗਜੈਕਟ ਪ੍ਰਕਿਰਿਆ ਨੂੰ ਫੋਲੋ ਨਹੀਂ ਕਰਦੇ। ਦੂਜੀ ਗੱਲ ਇਹ ਹੈ ਕਿ ਤੁਸੀਂ ਉਹਨੂੰ ਸਟੈਂਡਿੰਗ ਕਮੇਟੀ ਨੂੰ ਮਨੀਤ ਭੇਜਿਆ, ਨੋਰਮਲੀ ਇਹੋ ਜਿਹੜੇ ਕਰੂਸ਼ਲ ਬਿੱਲ ਨੇ ਉਹਨੂੰ ਭੇਜ ਦਿੰਦੇ। ਤੀਜੀ ਗੱਲ ਇਹ ਕੰਕਰੈਂਟ ਲਿਸਟ ਦਾ ਇਸ਼ੂ ਹੈ, ਰਾਜਾਂ ਨੂੰ ਵਿਸ਼ਵਾਸ 'ਚ ਲੈਣਾ ਬੜਾ ਜ਼ਰੂਰੀ ਹੁੰਦਾ ਉਹਨਾਂ ਮਾਮਲਿਆਂ ਦੇ ਵਿੱਚ। ਹੁਣ ਇਹ ਸਰਕਾਰਾਂ ਕੀ ਕਰ ਰਹੀਆਂ ਨੇ, ਤਾਮਿਲਨਾਡੂ ਦਾ ਇੱਕ ਮੈਂਬਰੀ ਕਮਿਸ਼ਨ ਬਣਾਤਾ, ਵੱਖ ਵੱਖ ਕਾਂਗਰਸ ਦਾ ਵੀ ਇਹ ਸਟੈਂਡ ਹੈ ਜਿੱਥੇ ਕਾਂਗਰਸ ਰੂਲਡ ਸਟੇਟਸ ਨੇ, ਜਿੱਥੇ ਬਾਕੀ ਦੇ ਸਰਕਾਰਾਂ ਨੇ ਜਿਹੜੀਆਂ ਈਵਨ ਵਿਰੋਧੀ ਧਿਰ ਦੀਆਂ ਕਈ ਉਹਨਾਂ 'ਚ ਵੀ ਇਹ ਹੈ, ਔਰ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੋਂ ਬਿਨਾਂ। ਮੈਂ ਇਹ ਦੋਨੇ ਨਹੀਂ ਦੇਖੀਆਂ ਇਹ ਕੀ ਕਰ ਰਹੀਆਂ ਨੇ, ਦਿੱਲੀ ਦਾ ਬਿਆਨ ਨਹੀਂ ਸੁਣਿਆ ਉਸ ਲੈਵਲ ਤੇ, ਨਾ ਪੰਜਾਬ ਦਾ ਕੋਈ ਗੱਲ ਸੁਣੀ, ਬਾਕੀ ਦੀਆਂ ਜਿਹੜੀਆਂ ਅੱਜ ਸੂਚਨਾਵਾਂ ਆ ਰਹੀਆਂ ਨੇ ਉਹ ਇਹਦੇ ਤੇ ਆਪਣੀਆਂ ਆਪਣੀਆਂ ਸਟੇਟਾਂ 'ਚ ਵੀ ਇਹਨੂੰ ਅਮੈਂਡ ਕਰਨ ਦੀਆਂ, ਮਤਲਬ ਐਕਸਪਰਟਸ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਕਿਵੇਂ ਅਮੈਂਡ ਕਰ ਸਕਦੇ ਹਾਂ ਆਪਣੀ ਸਟੇਟ ਮੁਤਾਬਕ, ਜੇ ਪਾਰਲੀਮੈਂਟ ਮੰਨ ਲਓ ਇਨ ਕੇਸ ਨਹੀਂ ਵੀ ਇਹਨੂੰ ਦੁਬਾਰਾ ਰਿਵਾਈਵ ਕਰਦੀ ਜਾਂ ਕੁਛ ਕਰਦੀ, ਕਿਉਂਕਿ ਅਸੀਂ ਆਪਣੀ ਸਟੇਟ 'ਚ ਆਹ ਜਿਹੜੀਆਂ ਘੱਟੋ ਘੱਟ ਪੁਲਿਸ ਰਾਜ ਬਣਾਉਣ ਵਾਲੀਆਂ ਧਾਰਾਵਾਂ ਨੇ ਇਹਨਾਂ ਨੂੰ ਅਸੀਂ ਰਿਮੂਵ ਕਰਨਾ ਚਾਹੁੰਦੇ ਹਾਂ। ਇਹ ਬਹੁਤ ਵੱਡਾ ਕੁਐਸਚਨ ਹੈ, ਸੈਂਟਰ ਸਟੇਟ ਰਿਲੇਸ਼ਨ ਦਾ ਵੀ ਹੈ, ਫੈਡਰਲ ਸਟਰਕਚਰ ਦਾ ਵੀ ਹੈ, ਤੇ ਚੰਗੀ ਗੱਲ ਹੈ ਜੇ ਚੀਫ ਮਿਨਿਸਟਰ ਸਾਰੇ ਬੰਦੇ ਇਕੱਠੇ ਨੇ ਖਾਣੇ ਤੇ, ਕਹਿੰਦੇ ਬਹੁਤ ਇੰਪੋਰਟੈਂਟ ਡਿਸਕਸ਼ਨਾਂ ਹੁੰਦੀਆਂ ਨੇ ਸਭ ਤੋਂ, ਕਹਿੰਦੇ ਜਿਹੜੀਆਂ ਕ੍ਰੂਸ਼ੀਅਲ ਗੱਲਾਂ ਨੇ ਉਹ ਬਹੁਤੀ ਵਾਰੀ ਖਾਣੇ ਤੇ ਨਿਬੜ ਜਾਂਦੀਆਂ ਨੇ, ਬਾਕੀ ਗੱਲਾਂ ਇਹੋ ਜਿਹੇ ਮੁੱਦੇ ਤੇ ਸ਼ਾਇਦ ਚਰਚਾ ਹੀ ਕਰ ਲੈਣ ਵੀ ਆਪਾਂ ਵੀ ਕੁਝ ਕਹਿਣਾ ਹੈ, ਆਪਾਂ ਦੇਖਣਾ ਪੰਜਾਬ ਨੂੰ ਪੁਲਿਸ ਸਟੇਟ ਬਣਾਉਣਾ ਹੈ ਜਾਂ ਆਪਾਂ ਵੀ ਕੋਈ ਅਮੈਂਡਮੈਂਟ ਕਰ ਲਾਂਗੇ ਮਾੜੀ ਮੋਟੀ। ਸਭ ਤੋਂ ਪੌੜਾ ਰੌਲਾ ਤਾਂ ਇੱਥੇ ਪੈ ਰਿਹਾ, ਗੰਗਾਨਗਰ ਵਾਲੇ ਇੱਕ ਸਿੱਖ ਤੇ ਤਜਿੰਦਰ ਪਾਰਟੀ ਤੇ ਪੈ ਗਿਆ ਪਰਚਾ, ਦੇਸ਼ ਧਰੋਹ ਦਾ ਦਰਜ ਹੋ ਗਿਆ। ਇਹ ਕਾਨੂੰਨ 'ਚ ਹੁਣ ਸਿੰਪਲ ਥਾਣੇ ਵਾਲਾ ਬੰਦਾ ਜਿੱਥੇ ਮਰਜ਼ੀ ਦਰਜ ਕਰ ਸਕਦਾ, ਕਿਉਂਕਿ ਉਹਦੇ 'ਚ ਤੁਸੀਂ ਦੇਸ਼ ਦੀ ਸੋਵਰਨਟੀ ਤੇ ਉਹ ਬਣਾ ਦੀ। ਅੱਗੇ ਤਾਂ ਇੱਕ ਸਟੈਪ ਬਾਏ ਸਟੈਪ ਹੁੰਦੇ ਸੀ, ਗੌਰਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਇਹਦੇ ਲਈ ਦੇਸ਼ ਧਰੋਹ ਵਾਲੇ ਮਾਮਲੇ 'ਚ, ਹੁਣ ਕਿਸੇ ਦੀ ਪਰਮਿਸ਼ਨ ਪਰਮੋਸ਼ਨ ਦੀ ਲੋੜ ਨਹੀਂ, ਪੁਲਿਸ ਏ ਕਰ ਸਕਦੀ ਹੈ। ਇਹ ਗੱਲਾਂ ਤੇ ਸਾਡੇ ਵਾਲੇ ਵੀ ਸੋਚਣਗੇ ਸ਼ਾਇਦ, ਫੈਡਰਲ ਸਟਰਕਚਰ 'ਚ ਅਸੀਂ ਵੀ ਹਾਂ, ਸਾਡਾ ਵੀ ਤਾਂ ਪੈਸੇ ਪੂਸੇ ਬਹੁਤ ਰੋਕੇ ਨੇ ਗੌਰਮੈਂਟ ਆਫ ਇੰਡੀਆ ਨੇ, ਪੈਸੇ ਵੀ ਰੋਕੇ ਨੇ, ਲਾ ਐਂਡ ਆਰਡਰ 'ਚ ਵੀ ਤੁਹਾਡੇ 'ਚ ਦਖਲ ਹੋ ਗਿਆ, ਹੁਣ ਹੌਲੀ ਹੌਲੀ ਹੋ ਜੂਗਾ, ਹੋਰ ਇਹਨੂੰ ਦੇਖੋ ਥੋੜ੍ਹਾ ਜਿਹਾ, ਅਪੀਲ ਹੀ ਕਰ ਸਕਦੇ ਹਾਂ ਪੰਜਾਬ ਸਰਕਾਰ ਨੂੰ ਕਿ ਉਹ ਵੀ ਦੇਖ ਲੈ ਮਾੜਾ ਮੋਟਾ। ਗੱਲ ਇਹ ਹੈ ਕਿ ਖਾਣੇ ਤੇ ਵੀ ਉਦੋਂ ਹੀ ਜ਼ਿਆਦਾ ਅਹਿਮ ਗੱਲਾਂ ਹੁੰਦੀਆਂ ਜਦੋਂ ਬਰਾਬਰ ਦੇ ਲੋਕ ਬੈਠੇ ਹੋਣ, ਜੇ ਸਾਹਮਣੇ ਜੈਸਮੈਨ ਬੈਠੇ ਹੋਣਗੇ ਤੇ ਫਿਰ ਨਤੀਜੇ ਕੀ ਆਉਣੇ ਆ। ਵੈਸੇ ਵੀ ਤਾਂ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕਰਨਾ ਆਪਣੇ ਸੁਪਰੀਮੋ ਤੋਂ ਪੁੱਛ ਕੇ ਵੀ ਆਪਾਂ ਕਿੱਦਾਂ ਕਰਨਾ ਜੀ ਇਹਦੇ ਬਾਰੇ। ਦੂਜੀ ਗੱਲ, ਵੈਸੇ ਇਹ ਤਾਂ ਲਜ਼ੀਜ਼ ਖਾਣਿਆਂ ਦਾ ਆਨੰਦ ਮਾਣਨਗੇ,
ਪਰ ਉਧਰ ਕੇਜਰੀਵਾਲ ਸਾਹਿਬ ਦਾ 8.5 ਕਿਲੋ ਭਾਰ ਘਟ ਗਿਆ, ਉਹ ਤਾਂ ਕਚੀਚੀਆਂ ਲੈਂਦੇ ਹੋਣਗੇ ਨਾ, ਤੁਸੀਂ ਤਾਂ ਖਾਣੇ ਖਾਈ ਜਾਂਦੇ ਹੋ, ਮੇਰਾ ਕੀ ਕਸੂਰ ਹੈ, ਮੈਂ ਤੁਹਾਡੇ ਸਾਰਿਆਂ ਨੂੰ ਬਣਾਉਂਦਾ ਬਣਾਉਂਦਾ ਅੰਦਰ ਬੈਠਾ ਹੈ। ਪਰ ਇਹਨੂੰ ਛੱਡਦੇ ਆ ਆਪਾਂ ਅੱਜ ਇੱਥੇ ਹੀ। ਜੀ ਜੀ ਕੁਛ ਕਹਿਣ ਲੱਗੇ? ਮੈਂ ਇੱਕੋ ਹੀ ਗੱਲ ਕਹਿਣੀ ਹੈ ਵੀ ਇਹਨਾਂ 'ਚ ਕਲਾਕਾਰ ਬਹੁਤ ਨੇ, ਸਟਾਇਰਿਸਟ ਨੇ ਭਗਵੰਤ ਮਾਨ ਖੁਦ, ਕੋਈ ਇਹੋ ਜਿਹਾ ਹੀ ਲਿਖਦੇ ਨੇ ਇਹਨਾਂ ਗੱਲਾਂ ਤੇ, ਸਟਾਇਰ ਘੱਟੋ ਘੱਟ ਆ ਜਿਹੜੇ ਵਾਪਰ ਰਹੇ ਕਾਨੂੰਨ ਨੇ, ਹੋਰ ਅੱਗੇ ਬਹੁਤ ਹਰ ਕਾਨੂੰਨ ਤੇ ਹਰ ਗੱਲ ਤੇ ਹਰ ਡਿਪਾਰਟਮੈਂਟ ਤੇ ਸਟਾਇਰ ਕਰਦੇ ਰਹੇ ਨੇ। ਕਈ ਗਾਇਕ ਨੇ ਉੱਥੇ ਭਾ ਗਾਉਣ ਲੱਗ ਵੀ ਜਾਂਦੇ ਨੇ ਸਾਂਝੇ ਖਾਣਿਆਂ 'ਚ, ਸਾਂਝੀਆਂ ਪਾਰਟੀਆਂ 'ਚ, ਕੋਈ ਗੀਤ ਹੀ ਇਹੋ ਜਿਹਾ ਬਣਾ ਲੈਣ ਮਾੜਾ ਮੋਟਾ ਜਿਹੜਾ, ਉਹਦੇ ਨਾਲ ਜੇ ਉਹ ਪੋਲੀਟਿਕਸ ਨਹੀਂ ਕਰਨੀ, ਸਟਾਇਰ ਦੇ ਨਾਲ ਹੀ ਕਰਨੀ ਆ, ਤਾਂ ਸਟਾਇਰਿਸਟ ਵੀ ਬਣ ਸਕਦੇ ਨੇ, ਕੋਈ ਗੱਲ ਨਹੀਂ, ਉਹ ਵੀ ਲੋਕਾਂ ਦਾ ਭਲਾ ਹੀ ਹੋਊ, ਜਾਗਰੂਕਤਾ ਹੋ ਜਾਊਗੀ। ਬੱਲੇ ਤੁਹਾਡੇ ਉਧਰ ਦੇ ਮਨ ਮਾੜਾ ਜਿਹਾ ਕਹਿ ਕੇ ਕਿ ਮੈਂ ਵੀ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਥੋੜੀ ਆ, ਮੈਂ ਵੀ ਡਿਪਟੀ ਸੀਐਮ ਦਾ ਉਮੀਦਵਾਰ ਹੋ ਹੀ ਸਕਦਾ। ਪਤਾ ਲੱਗਿਆ ਬਾਅਦ ਦੇ ਵਿੱਚ ਉਹ ਨੱਕ ਨਾਲ ਲਕੀਰਾਂ ਕੱਢ ਕੇ ਫਿਰ ਹੌਲੀ ਹੌਲੀ ਦੁਬਾਰਾ ਐਸਟੈਬਲਿਸ਼ ਹੋਣ ਵੱਲ ਵੱਧ ਰਹੇ ਨੇ। ਏਦਾਂ ਨਹੀਂ ਹੁੰਦਾ ਸਰ, ਆਪਾਂ ਜਾਣਾ ਖਾਣਾ ਖਾ ਕੇ ਮੁੜ ਆਉਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।